ਕਿਵੇਂ ਪਛਾਨੇ ਵੀ ਮਲੇਰੀਆ ਨਹੀਂ ਇਹ ਤਾਂ ਡੈਂਗੂ ਹੈ ਇਹ ਕੋਰੋਨਾ ਨਹੀਂ ਹੈ ਇਹ ਤਾਂ ਡੈਂਗੂ ਹੈ ਵੀ ਪਲੇਟ ਲੈਟ ਵਿਧਾਨ ਦੀ ਕੋਈ ਦਵਾਈ ਨਹੀਂ ਸਾਰੇ ਬੰਨਾ ਬੱਕਰੀ ਦਾ ਦੁੱਧ ਪਿਲਾ ਦਿਓ ਜੀ ਆਪਾ ਪੀਤਾ ਖਲਾ ਦਿਓ ਜੀ ਆ ਕੀ ਵੀ ਖਲਾ ਦਿਓ ਜੀ ਡੈਂਗੂ ਦੇ ਵਿੱਚ ਇਹ ਗੱਲ ਦਾ ਧਿਆਨ ਰੱਖਣਾ ਹੈ ਕਿ ਪਹਿਲੀ ਗੱਲ ਦੱਸਣਾ ਨਹੀਂ 3 ਲੀਟਰ ਪਾਣੀ ਜਿਹੜਾ ਬੰਦਾ ਪੀਏਗਾ ਉਹਦੇ ਚਾਂਸ ਇਹ ਨੇ ਕਿ ਉਹਨੂੰ ਡੈਂਗੂ ਦੀ ਕੰਪਲਿਕੀਸ਼ਨ ਨਹੀਂ ਹੋਏਗੀ ਸਾਡੀ ਸਮੱਸਿਆ ਇਹ ਹੈ ਕਿ ਸਰਕਾਰ ਨੇ 1980 ਤੋਂ ਲੈ ਕੇ 50 ਸਰਕਾਰ ਨੇ ਗਿੰਤੀ ਬੈੱਡ ਦੀ ਵਧਾਈ ਨਹੀਂ ਘਟਾਈ ਹੈ ਜਿੰਨੇ ਵੀ ਬਾਰਸ਼ੀ ਵਰਨੇ ਆਪਣੇ ਆਪ ਰੂਪ ਦੇ ਨੇ ਉਹਨਾਂ ਦੀ ਕੋਈ ਦਵਾਈ ਨਹੀਂ ਆ ਸਕਦੀ 3 ਕਰੋੜ ਲੋਕਾਂ ਲਈ 18000 ਰੁਪਏ 18000 ਫਿਰ ਤਾਂ ਹਸਪਤਾਲਾਂ ਦੀ ਲੋੜ ਹੀ ਨਹੀਂ ਫਿਰ ਕਾਨੂੰ ਚਾਗਲਾ ਕਰਦੇ ਵੀ ਰੋਜ਼ ਹੀ ਹਸਪਤਾਲ ਖੋਲੋ ਜੀ ਫਲਾਣਾ ਕਰੋ ਜੀ ਫਿਰ ਤਾਂ ਜਿੰਨੀ ਰੱਬ ਨੇ ਦਿੱਤੀ ਜੇ ਉਹਨੇ ਮਰਨਾ ਤਾਂ ਮਰ ਜਾਣਾ ਤੇ ਜੇ ਬਚਣਾ ਤਾਂ ਬਚ ਜਾਣਾ ਕਿਸੇ ਦਾ ਵੀ ਨੁਕਸਾਨ ਕਰਕੇ ਉਹਨੂੰ ਕਿਸਮਤ ਦੇ ਖਾਤੇ ਪਾ ਦੇਣਾ ਉਹਨੂੰ ਰੱਬ ਦੇ ਖਾਤੇ ਪਾ ਲੈਣਾ ਇਹਦੂ ਸੌਖਾ ਢੰਗ ਕੋਈ ਹੈ ਹੀ ਨਹੀਂ ਸਰਕਾਰ ਚਾਹੁੰਦੀ ਹੈ ਕਿ ਲੋਕ ਵਿਗਿਆਨਕ ਸੋਚ ਵਾਲੇ ਬਣ ਨਹੀਂ ਨਾ ਜੇ ਅਸੀਂ ਸਰਕਾਰਆਂ ਦੀਆਂ ਜਿਹੜੀਆਂ ਗਲਤ ਲੋਕਾਂ ਨੂੰ ਦਬਾ ਕੇ ਰੱਖਣ ਦੀਆਂ ਨੀਤੀਆਂ ਨੇ ਉਹਨਾਂ ਦੇ ਖਿਲਾਫ ਲੜਾਈ ਨਹੀਂ ਕਰਦੇ ਤਾਂ ਕਰੋਨਾ ਖਿਲਾਫ ਵੀ ਨਹੀਂ ਲੜ ਸਕਦੇ ਕਿਉਂਕਿ ਫਿਰ ਦਬੇ ਜਾ ਹੋ ਜੂ ਸਿੱਖਿਆ ਸਿਹਤ ਤੇ ਰੁਜ਼ਗਾਰ ਇਹ ਤਿੰਨ ਗੱਲਾਂ ਕਰ ਲੀਆਂ ਸ਼ੁਰੂ ਕਰ ਦੋਗੇ ਪਰਿਆਵਰਣ ਵੀ ਬਚਾ ਲੈਣਗੇ ਉਹ ਆਪਣੀ ਸਿਹਤ ਵੀ ਬਚਾ ਲੈਣਗੇ ਉਹ ਖਾਣਾ ਪੀਣਾ ਵੀ ਬਚਾ ਲੈਣਗੇ ਸਭ ਕੁਝ ਕਰਾਂਗੇ। ਸਵਾ ਕਰੋ ਰੁਪਏ ਜਿਹੜਾ ਖਰਚੂਗਾ 9 ਸਾਲ ਪੜ੍ਹਾਈ ਕਰੂਗਾ। ਉਹ ਕਿੱਥੋਂ ਦੇ ਦਤਾ ਤੁਹਾਨੂੰ ਰੱਬ ਜੀ ਆ ਵੀ ਉਹ ਫਿਰ ਪੈਸੇ ਵੀ ਕਮਾਊਗਾ। ਦੜੀਆ, ਕਿਚੜੀ, ਕੇਲਾ, ਆਲੂ, ਮਾਂ ਦੇ ਦੁੱਧ ਨਾਲ ਕਰ ਦਿਓ ਚਾਲੂ। ਨੰਨੇ-ਮੁੰਨੇ ਦੀ ਇਹੋ ਖਰਾਕ ਸੇਤ ਬਣੇ ਫਿਰ ਆਪੇ ਆ। ਸਸ਼ੀਕਲ ਜੀ ਤੁਸੀਂ ਦੇਖ ਰਹੇ ਹੋ ਪ੍ਰਾਈਮੇਸ਼ੀਆ ਟੈਲੀਵਿਜ਼ਨ ਤੇ ਮੈਂ ਹਾਂ ਨਿਰਮਲ ਸਿੰਘ ਮਾਨਸ਼ਈਆ ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਅਸੀਂ ਹਰ ਹਫਤੇ ਤੁਹਾਡੇ ਲਈ ਕੋਈ ਨਾ ਕੋਈ ਮੁੱਦਾ ਲੈ ਕੇ ਆਉਨੇ ਆ ਜਿਹੜਾ ਪੰਜਾਬ ਨਾਲ ਜੁੜਿਆ ਹੋਵੇ ਪੰਜਾਬ ਦੇ ਲੋਕਾਂ ਦੀ ਗੱਲ ਹੋਵੇ ਨਾ ਗੱਲ ਇੱਧਰ ਦੀ ਹੋਵੇ ਤੇ ਨਾ ਉੱਧਰ ਦੀ ਹੋਵੇ ਸਿੱਧੀ ਪੰਜਾਬ ਤੇ ਪੰਜਾਬੀਆਂ ਦੀ ਹੋਵੇ ਤੇ ਉਹਨਾਂ ਮੁੱਦਿਆਂ ਦੇ ਉੱਤੇ ਚਰਚਾ ਕਰਨ ਦੇ ਲਈ ਇਹ ਮੁੱਦੇ ਜਿਹੜੇ ਪੰਜਾਬ ਦੇ ਨੇ ਅਸੀਂ ਤੁਹਾਡੇ ਸਾਹਮਣੇ ਜਿਹੜੇ ਪੰਜਾਬ ਪੱਖੀ ਵਿਦਵਾਨ ਨੇ ਪੰਜਾਬ ਦੀ ਗੱਲ ਕਰਦੇ ਨੇ ਜਿਨ੍ਹਾਂ ਨੂੰ ਪੰਜਾਬ ਦੀ ਸਮਝੇ ਉਹਨਾਂ ਨੂੰ ਤੁਹਾਡੇ ਰੂਬਰੂ ਕਰਦੇ ਹਾਂ ਅੱਜ। ਇਸ ਵਾਰ ਵੀ ਅਸੀਂ ਸਾਡੇ ਸਟੂਡੀਓ ਦੇ ਵਿੱਚ ਵਿਦਵਾਨ ਨੇ, ਬੁੱਧੀਜੀਵੀ ਨੇ ਤੇ ਬਾਬਾ ਫਰੀਦ ਯੂਨੀਵਰਸਿਟੀ ਦੇ ਸਾਫਕਾਰ ਰਜਿਸਟਰ ਡਾਕਟਰ ਪਿਆਰਾ لال ਗਰਗ ਜੀ ਜਿਹੜੇ ਕਿ ਆਪਣੇ ਹਰ ਸ਼ੋਅ ਦੇ ਵਿੱਚ ਤੁਹਾਡੇ ਰੂਬਰੂ ਹੁੰਦੇ ਨੇ। ਅੱਜ ਅਸੀਂ ਗੱਲ ਕਰਾਂਗੇ ਪੰਜਾਬ ਦੇ ਵਿੱਚ ਜਿਹੜਾ ਹੁਣ ਡੇਂਗੂ ਕਾਰਨ ਜਿਹੜਾ ਲੋਕਾਂ ਨੂੰ ਭਾਰੀ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਲੋਕਾਂ ਦੀ ਸੇਤਨਾ ਜੁੜੀ ਗੱਲ ਹੈ ਪਹਿਲਾਂ ਕਰੋਨਾ ਦਾ ਕਹਿ ਰਿਹਾ ਕਰੋਨਾ ਨੇ ਲੋਕਾਂ ਦੀਆਂ ਕੀਮਤੀ ਜਾਨਾਂ ਲਈਆਂ ਹੁਣ ਡੇਂਗੂ ਬੱਚਿਆਂ ਤੋਂ ਲੈ ਕੇ ਵੱਡਿਆਂ ਤੱਕ ਮਾਰ ਕਰ ਰਿਹਾ ਤੇ ਸਰਕਾਰ ਸੁੱਤੀ ਪਈ ਆ ਚਾਹੇ ਵੱਡੇ ਵੱਡੇ ਦਾਅਵੇ ਜਰੂਰ ਕਰਦੀ ਆ ਆ ਕਰ ਦੇਾਂਗੇ ਅਸੀਂ ਇਹਨੂੰ ਕੈਲੀਫੋਰਨੀਆ ਬਣਾ ਦਾਂਗੇ ਪੰਜਾਬ ਨੂੰ ਅਸੀਂ ਐ ਕਰ ਦੇਾਂਗੇ ਇੱਥੇ ਹੈਲਥ ਸਿਸਟਮ ਅਸੀਂ ਸੁਧਾਰ ਦੇਾਂਗੇ ਪਰ ਸਿਰਫ ਤੇ ਸਿਰਫ ਆਪੀ ਕੁਰਸੀ ਦਾ ਝਗੜਾ ਚਾਹੇ ਉਹ ਗੱਲ ਕਾਂਗਰਸ ਪਾਰਟੀ ਦੀ ਹੋਵੇ ਚਾਹੇ ਉਹ ਆਮ ਆਦਮੀ ਪਾਰਟੀ ਦੀ ਹੋਵੇ ਚਾਹੇ ਉਹ ਸ਼੍ਰੋਮਣੀ ਅਕਾਲੀ ਦਲ ਦੀ ਹੋਵੇ ਸਾਰੀਆਂ ਸਰਕਾਰਾਂ ਦੇ ਲੀਡਰ 2022 ਦੀਆਂ ਚੋਣਾਂ ਨੂੰ ਲੈ ਕੇ ਆਪਣੋ ਆਪਣੀ ਡਫਲੀ ਵਜਾ ਰਹੇ ਨੇ ਵੱਡੇ ਵੱਡੇ ਵਾਅਦੇ ਲੋਕਾਂ ਦੇ ਨਾਲ ਕਰ ਰਹੇ ਨੇ ਪਰ ਜੇ ਅਸੀਂ ਗਰਾਊਂਡ ਜ਼ੀਰੋ ਤੇ ਜਾ ਕੇ ਦੇਖਦੇ ਹਾਂ ਤਾਂ ਉਹਨਾਂ ਦਾਅਵਿਆਂ ਦੀ ਪੋਲ ਖੁੱਲਦੀ ਆ ਡੇਂਗੂ ਕਾਰਨ ਪੰਜਾਬ ਦੇ ਵਿੱਚ ਲਗਾਤਾਰ ਮੌਤਾਂ ਹੋ ਰਹੀਆਂ ਨੇ ਪਿਛਲੇ 1 ਮਹੀਨੇ ਤੋਂ ਮੌਤਾਂ ਦਾ ਗ੍ਰਾਫ ਹੈ ਲਗਾਤਾਰ ਵੱਧ ਰਿਹਾ ਹੈ ਤੇ ਇਸ ਮੁੱਦੇ ਦੇ ਉਸੇ ਗੱਲਬਾਤ ਕਰਾਂਗੇ ਡਾਕਟਰ ਪਿਆਰਾ ਲਾਲ ਗਰਗ ਜੀ ਨਾਲ ਡਾਕਟਰ ਸਾਹਿਬ ਤੁਹਾਡਾ ਸਾਡੇ ਸਟੂਡੀਓ ਦੇ ਵਿੱਚ ਬਹੁਤ-ਬਹੁਤ ਸਵਾਗਤ ਹੈ ਜੀ ਜੀ ਬਹੁਤ-ਬਹੁਤ ਡਾਕਟਰ ਸਾਹਿਬ ਜਿਵੇਂ ਕਿ ਆਪਾਂ ਗੱਲ ਕੀਤੀ ਆ ਪੰਜਾਬ ਦੇ ਇਸ ਪੱਖ ਦੇ ਮੁੱਦੇ ਦੀ ਜੀ ਕਰੋਨਾ ਤੋਂ ਬਾਅਦ ਡੇਂਗੂ ਦਾ ਕਹਿਰ ਹੈ ਜਿਹੜਾ ਉਹ ਬਹੁਤ ਜ਼ਿਆਦਾ ਚਿੰਤਾ ਦਾ ਕਾਰਨ ਬਣ ਰਿਹਾ ਤੇ ਇਹਦੇ ਬਾਰੇ ਜਰਾ ਦੱਸੋ ਸਰਕਾਰ ਦੀਆਂ ਦੇਖੋ ਜਦ ਕਰੋਨਾ ਦੀ ਦੂਜੀ ਲਹਿਰ ਖਤਮ ਹੋ ਰਹੀ ਸੀ ਉਦੋਂ ਤੋਂ ਹੀ ਕਿਉਂਕਿ ਮੌਨਸੂਨ ਆਣੀ ਸੀ ਜੀ ਤੇ ਮੌਨਸੂਨਾਂ ਤੋਂ ਬਾਅਦ ਇਹ ਦਾ ਡੇਂਗੂ ਦਾ ਖਤਰਾ ਸੀ ਦੋਨੇ ਵਾਇਰਸ ਦੀਆਂ ਬਿਮਾਰੀਆਂ ਨੇ ਕਰੋਨਾ ਵੀ ਵਾਇਰਸ ਦੀ ਬਿਮਾਰੀ ਹੈ ਜੀ ਇਹ ਵੀ ਵਾਇਰਸ ਦੀ ਬਿਮਾਰੀ ਹੈ ਇਹ ਉਹੀ ਜਿਹੀ ਬਿਮਾਰੀਆਂ ਨੇ ਵਾਇਰਸ ਦੀਆਂ ਜਿਵੇਂ ਚੇਚਕ ਹੈ ਜਾਂ ਖਸਰ ਹੈ ਜਾਂ ਕਨਪੇਲੇ ਹੁੰਦੇ ਨੇ ਜਾਂ ਜਿਹਨੂੰ ਛੋਟੀ ਮਾਥਾ ਕਹਿੰਦੇ ਨੇ ਜਾਂ ਜਨੇਊ ਨਿਕਲ ਆਉਂਦਾ ਜਾਂ ਪੋਲੀਓ ਹੈ ਇਹ ਸਾਰੀਆਂ ਵਾਇਰਸ ਦੀਆਂ ਬਿਮਾਰੀਆਂ ਨੇ ਇਹ ਵੀ ਵਾਇਰਸ ਹੈ ਇਹ ਬਿਮਾਰੀ ਭਾਰਤ ਦੇ ਵਿੱਚ ਪਹਿਲੀ ਵਾਰੀ ਤਕਰੀਬਨ 25 ਸਾਲ ਪਹਿਲਾਂ ਹੋਈ ਜਿਹੜੀ 15000 ਕੇਸ ਹੋਏ ਸਨ ਜੀ ਉਸ ਤੋਂ ਉਹਦੇ ਹਰ ਸਾਲ ਵੱਧਦੀ ਜਾ ਰਹੀ ਹੈ ਤੇ ਇਸ ਵਾਰੀ ਤਾਂ ਜਿਵੇਂ ਮੈਂ ਕਹਾ ਵੀ ਅਸੀਂ ਜੇ ਪੰਜਾਬ ਦੀ ਗੱਲ ਕਰੀਏ ਜਾਂ ਦੋ ਮੁਲਕਾਂ ਦੀ ਗੱਲ ਕਰੀਏ ਜਿਹੜੇ ਅਸੀਂ 47 ਚੁੰਡੇ ਗਏ ਸੀ ਕਰੋਨਾ ਨੇ ਫਿਰ ਹਨ ਬਰਾਬਰ ਕਰਤਾ ਇਸ ਵਾਰੀ ਲਹਿੰਦੇ ਪੰਜਾਬ 'ਚ ਵੀ ਤੇ ਚੜ੍ਹਦੇ ਪੰਜਾਬ 'ਚ ਵੀ ਅੱਜ ਤੱਕ ਜਿਹੜੇ ਕੇਸ ਨੇ ਲਹਿੰਦੇ ਪੰਜਾਬ 'ਚ 19565 ਨੇ ਤੇ ਚੜ੍ਹਦੇ ਪੰਜਾਬ ਦੇ ਵਿੱਚ 19238 ਨੇ ਤਕਰੀਬਨ ਬਰਾਬਰ ਬਰਾਬਰ ਤੇ ਖੜੇ ਨੇ ਡੇਂਗੂ ਦੇ ਕੇਸ ਡੇਂਗੂ ਦੇ ਕੇਸ ਜੀ ਸੋ ਇਹ ਤੋਂ ਪਤਾ ਲੱਗਦਾ ਹੈ ਵੀ ਇਸ ਖਿੱਤੇ ਦੇ ਵਿੱਚ ਇਹ ਡੈਂਗੂ ਕੁਝ ਜ਼ਿਆਦਾ ਹੀ ਫੈਲਿਆ ਹੋਇਆ ਹੈ ਕਿਉਂਕਿ ਚਾਹੇ ਸਰਹੱਦਾਂ ਬੰਦ ਬੰਦਤੀਆਂ ਪਰ ਭੂਗੋਲਕ ਤੌਰ ਤੇ ਤਾਂ ਅਸੀਂ ਨਹੀਂ ਨਾ ਵੱਖਰਾ ਕਰ ਸਕਦੇ ਜੋ ਵਾਤਾਵਰਣ ਹੈ ਜੋ ਸਾਰਾ ਕੁਝ ਹੈ ਸੋ ਡੈਂਗੂ ਦੇ ਵਿੱਚ ਇੱਕ ਵੱਡਾ ਖਤਰਾ ਕਰੋਨਾ ਦੇ ਮੁਕਾਬਲੇ ਜੋ ਹੁਣ ਤੱਕ ਕਰੋਨਾ ਨਹੀਂ ਕਰਿਆ ਹੁਣ ਡੈਲਟਾ ਉਹਦਾ ਵੇਰੀਐਂਟ ਆ ਰਿਹਾ ਹੈ ਇੱਕ ਸੰਭਾਵਨਾ ਹੈ ਵੀ ਸ਼ਾਇਦ ਬੱਚਾਂ 'ਚ ਵੱਧੇ ਕਰੋਨਾ ਕੇਸ ਵੀ ਵਧਣੇ ਸ਼ੁਰੂ ਹੋ ਗਏ ਭਾਰਤ 'ਚ ਵੀ ਜੀ ਤੇ ਜਿਹੜੇ ਕਾਫੀ ਥੱਲੇ ਆ ਗਏ ਸੀ ਹੁਣ ਤਕਰੀਬਨ 40000 ਤੱਕ ਰੋਜ ਦੇ ਪਹੁੰਚੁੱਕੇ ਨੇ ਸੋ ਡੈਂਗੂ ਦੇ ਜਿਹੜੇ ਕੇਸ ਨੇ ਉਹਦੇ ਵਿੱਚ ਬੱਚਿਆਂ ਨੂੰ ਜ਼ਿਆਦਾ ਖਤਰਾ ਹੈ ਜੀ ਤੇ ਵੈਸੇ ਤਾਂ ਬਜ਼ੁਰਗਾਂ ਨੂੰ ਜਿਨ੍ਹਾਂ ਨੂੰ ਕੋਈ ਹੋਰ ਬਿਮਾਰੀ ਹੋਵੇ ਨਾਲ ਉਹਨਾਂ ਨੂੰ ਬੱਚਿਆਂ ਨੂੰ ਤੇ ਜਿਹੜੀਆਂ ਔਰਤਾਂ ਦੇ ਬੱਚਾ ਹੋਣਾ ਹੋਵੇ ਉਹਨਾਂ ਨੂੰ ਇਹ ਜ਼ਿਆਦਾ ਖਤਰਾ ਹੈ ਬਿਮਾਰੀਆਂ ਤੋਂ ਕਿਸੇ ਵੀ ਬਿਮਾਰੀ ਤੋਂ ਜ਼ਿਆਦਾ ਖਤਰਾ ਹੁੰਦਾ ਹੈ ਜੀ ਪਰ ਜਿਹੜੀਆਂ ਵਾਇਰਸ ਦੀਆਂ ਬਿਮਾਰੀਆਂ ਨੇ ਉਹਨਾਂ ਦੇ ਤੋਂ ਜ਼ਿਆਦਾ ਖਤਰਾ ਹੈ ਤੇ ਡੈਂਗੂ ਤੋਂ ਵੀ ਜਿਵੇਂ ਕਰੋਨਾ ਤੋਂ ਜ਼ਿਆਦਾ ਖਤਰਾ ਇਹਨੇ ਗਰੁੱਪਾਂ ਨੂੰ ਡੈਂਗੂ ਤੋਂ ਵੀ ਆ ਹੁਣ ਡੈਂਗੂ ਹੈ ਕੀ ਜੀ ਹੁੰਦਾ ਕਿਵੇਂ ਆ ਜਿਵੇਂ ਆਪਾਂ ਇਹਨੂੰ ਦੇਖੀਏ ਜੀ ਅ ਡੈਂਗੂ ਤਾਂ ਹੁਣ ਜਵਾਨ ਤੇ ਚੜਿਆ ਹੋਇਆ ਹੈ ਲੋਕਾਂ ਦੇ ਡੈਂਗੂ ਹੋ ਗਿਆ ਜੀ ਜੀ ਕਿਵੇਂ ਹੁੰਦਾ ਹੈ ਕਿਉਂ ਹੁੰਦਾ ਹੈ ਕੀ ਕਰਦੇ ਨੇ ਉਹਦੇ ਚ ਬੜੀ ਪੇਤਰੀ ਪੇਤਰੀ ਜਾਣਕਾਰੀ ਲੋਕਾਂ ਨੂੰ ਹੈਗੀ ਹੈ ਪਰ ਪੂਰੀ ਨਹੀਂ ਹੈ ਜੀ ਜਿਵੇਂ ਜਿਹੜਾ ਕਰੋਨਾ ਵਾਇਰਸ ਹੈ ਉਹ ਇੱਕ ਬੰਦੇ ਤੋਂ ਦੂਜੇ ਬੰਦੇ ਵੱਲ ਨੂੰ ਫੈਲਦਾ ਹੈ ਜੀ ਇਹ ਜਿਹੜਾ ਇਹ ਦੇ ਵਿੱਚ ਇੱਕ ਵਾਇਰਸ ਮੀਡੀਆ ਫੈਲਣ ਵਾਸਤੇ ਉੱਥੇ ਸਿੱਧਾ ਫੈਲਦਾ ਹੈ ਇੱਕ ਬੰਦੇ ਨੂੰ ਕਰੋਨਾ ਹੋਇਆ ਉਹਦੋਂ ਕਾਂਸੀ ਕੁੰਸੀ ਹੋਈ ਉਹ ਦੂਜੇ ਦੇ ਉੱਤੇ ਗਿਰਿਆ ਤੇ ਉਹਨੂੰ ਚਲਾ ਗਿਆ ਜੀ ਇੱਥੇ ਇਸ ਤਰ੍ਹਾਂ ਨਹੀਂ ਹੁੰਦਾ ਇੱਥੇ ਇੱਕ ਬੰਦੇ ਨੂੰ ਜਿਹਨੂੰ ਡੈਂਗੂ ਹੋਇਆ ਹੋਇਆ ਉਹਨੂੰ ਇੱਕ ਮੱਛਰ ਕੱਟਦਾ ਹੈ ਉਹ ਮੱਛਰ ਆਪਦੇ ਅੰਦਰ ਵਾਇਰਸ ਲੈ ਲੈਂਦਾ ਹੈ ਫਿਰ 10 ਦਿਨ ਉਹਨੂੰ ਪਾਲਦਾ ਹੈ 10 ਦਿਨਾਂ ਬਾਅਦ ਉਹ ਦੂਜੇ ਨੂੰ ਕੱਟਦਾ ਹੈ ਤੇ ਉਹਦੇ ਅੰਦਰ ਚਲਾ ਜਾਂਦਾ ਹੈ ਇਹ ਬਿਲਕੁਲ ਮਲੇਰੀਆ ਦੀ ਤਰ੍ਹਾਂ ਟ੍ਰਾਂਸਫਰ ਹੁੰਦਾ ਹੈ ਪਰ ਫਰਕ ਉਹ ਦੇ ਚਮਲੇਰੀ ਨਾਲੋਂ ਇਹ ਹੈ ਮਲੇਰੀਆ ਵੀ ਇਦਾਂ ਹੁੰਦਾ ਜੀ ਕਿ ਇੱਕ ਬੰਦੇ ਨੂੰ ਮਲੇਰੀਆ ਹੋਇਆ ਮੱਛਰ ਨੇ ਉਹਨੂੰ ਕੱਟਿਆ ਉਹ ਮਰੀਜ਼ ਦਾ ਪੈਰਾਸਾਈਟ ਉਹਦੇ ਅੰਦਰ ਚੜਾ ਗਿਆ ਤੇ ਉਹ ਫਿਰ ਦੂਜੇ ਤੰਦਰੁਸਤ ਬੰਦੇ ਨੂੰ ਕੱਟਦਾ ਤਾਂ ਉਹਦੇ ਅੰਦਰ ਪਾ ਦਿੰਦਾ ਹੈ। ਇਹੀ ਡੇਂਗੂ ਦੇ ਵਿੱਚ ਪਰ ਮੱਛਰ ਵੱਖਰਾ ਹੈ। ਉਹਦੇ ਵਿੱਚ ਜਿਹੜਾ ਮੱਛਰ ਹੈ ਉਹ ਰਾਤ ਨੂੰ ਕੱਟਦਾ ਹੈ ਮਲੇਰੀਆ 'ਚ ਜੀ ਇਹ ਤਾਂ ਮੱਛਰ ਦਿਨ ਨੂੰ ਕੱਟਦਾ ਹੈ। ਡੇਂਗੂ ਦਾ ਡੇਂਗੂ ਦਾ ਮੱਛਰ ਜਿਹੜਾ ਹੈ ਇਹ ਦਿਨ ਨੂੰ ਕੱਟਦਾ ਹੈ। ਇਹ ਦੁਪਹਿਰ ਤੋਂ ਬਾਅਦ ਜ਼ਿਆਦਾ ਕੱਟਦਾ ਹੈ। ਡੈਂਗੂ ਦਾ ਮੱਛਰ ਡੈਂਗੂ ਦਾ ਮੱਛਰ ਜੀ ਤੇ ਇਹਦਾ ਨਾਮ ਏਡੀਜ਼ ਇਜੀਪਟਾਈ ਵੈਸੇ ਉਸ ਏਡੀਜ਼ ਕਿਸਮ ਦੇ ਮੱਛਰੀਆਂ ਕਈ ਹੋਰ ਵੀ ਨੇ ਕਿਸਮਾਂ ਜੀ ਤੇ ਪਰ ਜਿਆਦਾ ਜਿਹੜਾ ਘਟਦਾ ਉਹ ਇਹੀ ਘਟਦਾ ਹੈ ਜੀ ਇਹ ਨੂੰ ਜਿਵੇਂ ਜਿਹੜਾ ਮਲੇਰੀਆ ਦਾ ਮੱਛਰ ਹੈ ਉਹ ਪਾਲਦਾ ਗੰਦੇ ਪਾਣੀ ਤੇ ਖੜੇ ਪਾਣੀ ਤੇ ਇਹ ਪਾਲਦਾ ਸਾਫ ਪਾਣੀ ਤੇ ਖੜੇ ਤੇ ਇੱਕਾ ਦੂਜਾ ਫਰਕ ਹੈ ਜੀ ਸੋ ਇਸ ਕਰਕੇ ਜਿਹੜਾ ਮਲੇਰੀਆ ਦੇ ਮੁਕਾਬਲੇ ਡੇਂਗੂ ਜਿਹੜਾ ਜਿਆਦਾ ਫੈਲ ਰਿਹਾ ਹੈ ਉਹ ਜਿੱਥੇ ਵੱਡੇ ਸ਼ਹਿਰ ਨੇ ਉਹਨਾਂ ਜ਼ਿਆਦਾ ਫੈਲਿਆ ਹੈ ਜੀ ਐਚ ਮਹਾਦੀ ਚ ਤਕਰੀਬਨ ਕਾਫੀ 17% ਕੇਸ ਪੂਰੇ ਪੰਜਾਬ ਦੇ ਕੱਦੇ ਮਹਾਦੀ ਚ ਨੇ ਪੂਰੇ ਪੰਜਾਬ ਦੇ ਵਿੱਚੋਂ ਮਹਾਦੀ ਚ ਵੱਧ ਜੀ ਮਹਾਦੀ ਚ ਤਿੰਨ ਜ਼ਿਲ੍ਹੇ ਕਾਫੀ ਜ਼ਿਆਦਾ ਪ੍ਰਭਾਵਿਤ ਨੇ ਮਹਾਦੀ ਬਠਿੰਡਾ ਤੇ ਹਰਪਰ ਜੀ ਸੋ ਇਹ ਜਦ ਅਸੀਂ ਦੇਖਦੇ ਆ ਕਿ ਕੇਸ ਜਿਹੜੇ ਨੇ ਉਹ ਤਾਜਾ ਪਾਣੀ ਜਿਹੜਾ بارش ਦਾ ਪਾਣੀ ਹੋਵੇ ਜਾਂ ਤੁਸੀਂ ਵੈਸੇ ਪੌਦਿਆਂ ਨੂੰ ਪਾਣੀ ਪਿਆ ਗਮਲਿਆਂ ਚ ਖੜਿਆ ਛੋਟੇ-ਮੋਟੇ ਤੁਸੀਂ ਪਲਾਸਟਿਕ ਦੇ ਡੱਬੇ-ਡੁੱਬੇ ਛੱਡ ਦਿੰਨੇ ਹੋ ਕੋਡੀਆਂ ਬਠੜੀਆਂ ਬੜਾ ਕੁਝ ਪਿਆ ਹੁੰਦਾ ਕੁਝ ਪਾਣੀ ਖੜ ਜਾਂਦਾ ਉਹਦੇ ਉੱਤੇ ਮੱਛਰ ਪੜਦਾ ਹੈ ਜੀ ਸੋ ਕੋਸ਼ਿਸ਼ ਕਰੀ ਜਾਂਦੀ ਹੈ ਸਰਕਾਰ ਨੇ ਵੀ ਕੋਸ਼ਿਸ਼ ਕੀਤੀ ਕਿ ਇਹਦੇ ਲਾਰਵਾ ਦੇਖੋ ਕਿੱਥੇ-ਕਿੱਥੇ ਆ ਫਿਰ ਉਹਨੂੰ ਲਾਰਵੇ ਨੂੰ ਖਤਮ ਵੀ ਕਰਦੇ ਨੇ ਇਹ ਕਹਾਣੀਆਂ ਤਾਂ ਬਹੁਤ ਨੇ ਪਰ ਜਿਹੜਾ ਇੱਕੀ ਸਭ ਤੋਂ ਜ਼ਿਆਦਾ ਹੈ ਪਿਛਲੇ ਸਾਲਾਂ 'ਚ ਜਿਵੇਂ ਜਿਵੇਂ ਮੈਂ કહਾਂ ਵੀ 2017 'ਚ ਬਹੁਤ ਘਟ ਕੇ ਸੀਗੇ ਜੀ 18 'ਚ ਫਿਰ 8000 ਹੋ ਗਿਆ 19 'ਚ 12000 ਹੋ ਗਿਆ ਇਤਕੀ ਹੁਣ ਤੱਕ 1928 38 ਤੱਕ ਹੋ ਵੀ ਚੁੱਕੇ ਤੇ ਸੰਭਾਵਨਾ ਇਹ ਹੈ ਇਹ ਵੀ 8 ਤਰੀਕ ਤੱਕ ਦੀ ਰਿਪੋਰਟ ਅਦਰ ਬਲਕਿ ਮੈਂ ਜੀ ਕਹਾਂਗਾ ਤੇ ਹੁਣ ਤੱਕ ਤਾਂ 20000 ਤੋਂ ਵੀ ਟੱਪ ਚੁੱਕਿਆ ਹੈ ਸੋ ਇਹ ਜਿਹੜਾ ਡੇਂਗੂ ਦਾ ਪ੍ਰਕੋਪ ਹੈ ਇਹਨਾਂ ਮੌਤਾਂ ਵੀ ਹੋ ਰਹੀਆਂ ਨੇ ਜੀ ਤੇ ਬੱਚਿਆਂ ਚ ਮੌਤ ਦਰ ਇਹਦੇ ਨਾਲ ਜ਼ਿਆਦਾ ਹੈ ਜੀ ਜੀ ਸੋ ਕਿ ਬੱਚੇ ਟਾਂਟੇ ਨਹੀਂ ਕਰਦੇ ਜੀ ਡਾਕਟਰ ਸੋ ਇਹ ਜਿਹੜਾ ਇਹਨੂੰ ਇੱਕ ਤਾਂ ਕੰਮ ਹੈ ਰੋਕਣਾ ਜੀ ਡਾਕਟਰ ਜੇ ਆਪਾਂ ਰੋਕ-थाम ਦੀ ਗੱਲ ਕਰੀਏ ਤਾਂ ਕਿਤੇ ਪਾਣੀ ਨਾ ਖੜਨ ਦੇਣਾ ਉਹ ਚਲੋ ਕਿਸੇ ਵਿਅਕਤੀ ਦਾ ਕੰਮ ਹੋ ਸਕਦਾ ਹੈ ਪਰ ਜੋ ਮੱਛਰ ਪਹਲੀ ਚੁੱਕਿਆ ਉਹ ਤਾਂ ਵਿਅਕਤੀ ਕੁਝ ਨਹੀਂ ਕਰ ਸਕਦਾ ਉਹਦੇ ਤੇ ਉਹਦੇ ਉੱਤੇ ਹੀ ਫੋਗਿੰਗ ਕਰਦੇ ਨੇ ਆ ਸ਼ਹਿਰਾਂ 'ਚ ਮਿਊਸਲ ਕਮੇਟੀਆਂ ਫੋਗਿੰਗ ਕਰਦੀਆਂ ਨੇ ਪਰ ਸਾਨੂੰ ਪਤਾ ਵੀ ਫੋਗਿੰਗ ਦੇ ਵਿੱਚ ਵੀ ਉਹ ਫੋਗਿੰਗ ਆਪਣੇ ਵੱਲੋਂ ਕਰਦੀਆਂ ਨੇ ਪਰ ਉਹ ਸੱਚੀ ਮੁੱਚੀ ਫੋਗਿੰਗ ਜਿੰਨੀ ਕਨਸੈਂਟ੍ਰੇਸ਼ਨ ਦੀ ਚਾਹੀਦੀ ਹੈ ਜਿੰਨੇ ਵਾਰੀ ਚਾਹੀਦੀ ਹੈ ਜਿੰਨੇ ਸਮੇਂ ਵਾਸਤੇ ਚਾਹੀਦੀ ਹੈ ਉਹ ਕਰੀ ਵੀ ਜਾਂਦੀ ਹੈ ਜਾਂ ਨਹੀਂ ਕਰੀ ਜਾਂਦੀ ਹੈ ਕਿਸੇ ਨੂੰ ਨਹੀਂ ਜਦ ਕਿ ਕਾਗਜ਼ਾਂ 'ਚ ਹੀ ਹੁੰਦੀ ਹੈ ਡਾਕਟਰ ਸਾਹਿਬ ਪੰਜਾਬ 'ਚ 탑ੜੇ ਪੰਜਾਬ ਚ ਕਾਗਜ ਨਹੀਂ ਚ ਚੰਡੀਗੜ੍ਹ ਕਰਦੇ ਵੀ ਨੇ ਪਰ ਚੰਡੀਗੜ੍ਹ ਚ ਕਿਹੜਾ ਕਿਸ ਘਟ ਨੇ ਜੀ ਚੰਡੀਗੜ੍ਹ ਚ ਵੀ ਬਸਰੇ ਕਿਸ ਨਹੀਂ ਆ ਬੱਤੀ ਦੇ ਵਿੱਚ ਦਾਖਲਾ ਨਹੀਂ ਮਿਲਦਾ ਮਰੀਜ਼ਾਂ ਨੂੰ ਕਿਉਂਕਿ ਇੰਨੀ ਜ਼ਿਆਦਾ ਮਰੀਜ਼ ਹੋ ਗਏ ਸੋ ਇਹ ਜਿਹੜੀ ਹੈਗੀ ਆ ਕਿ ਮੱਛਰ ਨੂੰ ਇੱਕਦਾਂ ਪਾੜਨ ਨਾ ਦਿਓ ਜੇ ਉਹਦਾ ਲਾਰਵਾ ਆ ਗਿਆ ਉਹਨੂੰ ਮਾਰ ਦੋ ਉਸ ਤੋਂ ਬਾਅਦ ਉਹਦੋਂ ਅਗਲਾ ਸਟੈਪ ਹੈ ਸਾਡੇ ਕੋਲੇ ਕਿ ਤੁਸੀਂ ਮੱਛਰ ਤੋਂ ਨੂੰ ਕੱਟੇ ਨਾ ਜੀ ਡਾਕਟਰ ਉਹਦੇ ਵਾਸਤੇ ਕਿਹਾ ਤੁਸੀਂ ਪੂਰੇ ਜਿਹੜੇ ਮਹਾਵਾਰੇ ਪੂਰੇ ਪਜਾਮੇ ਇਸ ਤਰ੍ਹਾਂ ਕੱਪੜੇ ਪਾ ਕੇ ਰੱਖੋ ਦਿਨ ਨੂੰ ਤਾਕਿ ਤੁਹਾਨੂੰ ਮੱਛਰ ਨਾ ਕੱਟੇ ਦਿੱਤਾ ਬਾਹਾਂ ਤੋਂ ਜੀ ਡਾਕਟਰ ਤੇ ਜੋ ਮੱਛਰ ਕੱਟਦਾ ਤਾਂ ਉਹਦੇ ਵਾਇਰਸ ਨੂੰ ਅੰਦਰ ਭੇਜਦਾ ਹੈ ਉਹ ਫਿਰ ਵਾਇਰਸ ਹੈ ਜਿਹੜਾ ਬੁਖਾਰ ਕਰਦਾ ਸੋ ਆਪਣੇ ਵਾਸਤੇ ਤੇ ਹੀ ਰੋਕ ਥਾਮਾ ਹੁਣ ਤਾਂ ਕੋਈ ਰੋਕ ਸਾਹਮਣੀ ਵਰਤ ਕੱਲੇ ਵਿਅਕਤੀ ਵਾਸਤੇ ਤਾਂ ਜੇ ਆਪਦੇ ਘਰ ਚਾਲਣ ਵਾਲੇ ਆਪਦੇ ਘਰ ਚ ਤੁਸੀਂ ਪਾਣੀ ਖੜਨ ਨਾ ਦਿਓ ਉਹ ਤਾਂ ਤੁਹਾਡੀ ਇੱਕ ਸਮੂਹਿਕ ਜ਼ਿੰਮੇਵਾਰੀ ਹੋਈ ਹੈ ਪਰ ਇਹ ਗਵਾਂਡੀ ਦੇ ਖੜਾ ਮੱਛਰ ਨੇ ਤਾਂ ਵੀ ਆ ਜਾਣਾ ਉਥੇ ਕਿਹੜਾ ਦਵਾਰ ਕੱਢੀ ਹੋਈ ਹੈ ਜੀ ਸੋ ਇਸ ਕਰਕੇ ਵੱਡੀ ਗੱਲ ਇਹ ਹੈ ਵੀ ਤੁਸੀਂ ਆਪਦੇ ਆਪ ਨੂੰ ਟੱਕ ਕੇ ਰੱਖੋ ਜੀ ਦਿਨੋਂ ਵੀ ਪੂਰੇ ਵਾਰੇ ਕੱਪੜੇ ਪਾਓ ਇਹ ਹੁਣ ਜੇ ਕੀ ਮੌਨਸੂਨ ਡੇਟ ਹੋ ਗਿਆ। ਵਿਭਾਗਤ ਇਹ ਹੀ ਕਹਿੰਦਾ ਵੀ ਮੌਨਸੂਨ ਡੇਟ ਹੋ ਗਿਆ ਜੀ ਤਾਂ ਹੋ ਗਿਆ। ਵਿਭਾਗਤ ਕਦੀ ਨਹੀਂ ਸਹੀ ਤਰ੍ਹਾਂ ਵਿਭਾਗਤ ਦੱਸੇਗਾ ਕਿ ਜੀ ਅਸੀਂ ਤਿਆਰੀ ਵੀ ਉਹ ਨਹੀਂ ਨਹੀਂ ਕਰੀ ਹੋਈ। ਦੂਜੀ ਗੱਲ ਮੈਨ ਪਾਫਰੀ ਵੀਰਨ ਕੋਲ ਨਹੀਂ ਹੈ ਨਹੀਂ ਜਿੰਨਾ ਵੱਡਾ ਕੰਮ ਵਧੀ ਜਾ ਰਿਹਾ ਰੋਜ਼ ਉਹਨਾਂ ਨੇ। ਹੁਣ ਫਿਰ ਮਰੀਜ਼ ਕੀ ਕਰਨ? ਰੋਕ ਕੀ ਕਰਨ? ਜੀ ਡਾਕਟਰ ਸਾਹਿਬ। ਕਿਵੇਂ ਪਛਾਣੇ ਵੀ ਡੈਂਗੂ ਹੋ ਗਿਆ। ਕਿਵੇਂ ਪਛਾਣੇ ਵੀ ਮਲੇਰੀਆ ਨਹੀਂ ਇਹ ਤਾਂ ਡੈਂਗੂ ਹੈ। ਇਹ ਕੋਰੋਨਾ ਨਹੀਂ ਹੈ ਇਹ ਤਾਂ ਡੈਂਗੂ ਹੈ। ਇਹ ਕੋਈ ਹੋਰ ਬੁਖਾਰ ਨਹੀਂ ਵਾਇਰਸ ਦਾ। ਜੀ। ਝੁਕਾਮ ਹੀ ਨਹੀਂ ਸਿੰਪਲ ਇਹ ਚ ਡੈਂਗੂ ਹੈ। ਕਿਵੇਂ ਪਤਾ ਲੱਗੇ? ਜੀ। ਇਦੇ ਵਾਸਤੇ ਇਹ ਹੈ ਕਿ ਤਿੰਨਾ ਤਾਂ ਜੇ ਅਸੀਂ ਮਰੀਜ਼ ਨੂੰ ਜਿਹੜਾ ਬੰਦੇ ਨੂੰ ਜਦ ਜੈਂਗੂ ਦਾ ਵਾਇਰਸ ਅੰਦਰ ਜਾਂਦਾ ਹੈ ਤਾਂ ਉਹ ਗਲਾ ਖਰਾਬ ਕਰਦਾ ਹੈ ਖਾਂਸੀ ਹੁੰਦੀ ਹੈ ਇਹ ਕੋਰੋਨਾ ਚ ਵੀ ਇਦਾਂ ਹੀ ਹੁੰਦਾ ਜੀ ਬੁਖਾਰ ਚੜਦਾ ਹੈ ਤੇ ਫਿਰ ਉਸ ਤੋਂ ਅੱਗੇ ਉਸ ਨੂੰ ਪੇਟ ਦੇ ਦਰਦ ਵੀ ਹੋ ਸਕਦਾ ਹੈ ਉਲਟੀਆਂ ਵੀ ਲੱਗ ਸਕਦੀਆਂ ਨੇ ਟੱਟੀਆਂ ਵੀ ਲੱਗ ਸਕਦੀਆਂ ਨੇ ਜੇ ਹੋਰ ਜ਼ਿਆਦਾ ਵੱਧ ਜੇ ਤਾਂ ਖੂਨ ਦੇ ਥੋੜੇ ਥੱਬੇ ਥੱਬੇ ਜਿਵੇਂ ਜੀ ਵੀ ਪੈ ਜਾਂਦੇ ਨੇ ਉਹਨੂੰ ਅਸੀਂ ਪਟੀਕਲ ਹਮਰੇ ਜਪਜੀ ਪਾਛਾਜ ਕਹਿੰਨੇ ਆ ਜਾਨੀ ਕਿ ਖੂਨ ਦੇ ਦਾਣੇ-ਦਾਣੇ ਜੇ ਦੇਖਣ ਲੱਗ ਜਾਂਦੇ ਨੇ ਜੀ ਦਾਣ ਲਾਲ ਤੇ ਉਹ ਬਾਹਾਂਾਂ ਤੇ ਨੱਤਾਂ ਤੇ ਪਿੱਠ ਤੇ ਚਾਤੀ ਤੇ ਇਵਨ ਮੂੰਹ ਦੇ ਉੱਤੇ ਰੈਸ਼ ਹੋ ਜਾਂਦੇ ਨੇ ਜਾਨੀ ਕਿ ਜਿਹਨੂੰ ਆਪਾਂ ਕਹਿੰਿਆ ਵੀ ਲਾਲ ਲਾਲ ਲਾਸ਼ਾਂ ਜੀਆਂ ਪੈ ਜਾਂਦੀਆਂ ਨੇ ਨਿਸ਼ਾਨ ਪੈ ਜਾਂਦੇ ਨੇ ਪਿੱਠ ਤੇ ਪੈ ਜਾਂਦੇ ਨੇ ਮੂੰਹ ਤੇ ਮੂੰਹ ਲਾਲਜਾ ਹੋ ਜਾਂਦਾ ਇਹਨੂੰ ਅਸੀਂ ਰੈਸ਼ ਕਹਿੰਦੇ ਆ ਜੀ ਆਦੀ ਪਾਛਾ ਸੋ ਇਹ ਸਾਰਾ ਕੁਝ ਇਹ ਨਿਸ਼ਾਨੀਆਂ ਹੋਣੀਆਂ ਸ਼ੁਰੂ ਹੋ ਜਾਂਦੀਆਂ ਨੇ ਪਰ ਇੱਕ ਗੱਲ ਵੱਡੀ ਇਹਦੇ 'ਚ ਇਹ ਦੇਖਣ ਦੀ ਲੋੜ ਹੈ ਕਿ ਜਿੰਨੇ ਵੀ ਵਾਰਸਵੀ ਵਰਨੇ ਆਪਣੇ ਆਪ ਰੁਕਦੇ ਨੇ ਇਹਨਾਂ ਦੀ ਕੋਈ ਦਵਾਈ ਨਹੀਂ ਹੈ ਅਸਲ ਵਿੱਚ ਕਹਿਨ ਨੂੰ ਜਿੰਨਾ ਮਰਜ਼ੀ ਕਹੀ ਜਾਈਏ ਜੀ ਡਾਕਟਰ ਸਾਹਿਬ ਡੈਂਗੂ ਦੀ ਵੀ ਨਾ ਬਹਾਨੇ ਜਿੰਨੇ ਮਰਜ਼ੀ ਲਾਈ ਜਾਣਾ ਜੀ ਡਾਕਟਰ ਸਾਹਿਬ ਤੁਸੀਂ ਕਿਤੇ ਵੀ ਜਦ ਹਸਪਤਾਲ ਜਿਹੜਾ ਵਿਗਿਆਨਕ ਤਰੀਕੇ ਨਾਲ ਅਜ ਕਰਦਾ ਕੋਈ ਦਵਾਈ ਨਹੀਂ ਦਿੰਦਾ ਠੀਕ ਹੈ ਜੀ ਇਹ ਆਪੇ ਠੀਕ ਹੁੰਦੀਆਂ ਨੇ ਇਹ ਪੰਜ ਇਹਦੇ ਤਿੰਨ ਤੋਂ ਲੈ ਕੇ ਪੰਜਵਾਂ ਦਿਨਾਂ ਜਿਹੜਾ ਜਦ ਬੁਖਾਰ ਸ਼ੁਰੂ ਹੋਇਆ ਜੀ ਡਾਕਟਰ ਸਾਹਿਬ ਤੀਜੇ ਤੋਂ ਪੰਜਵੇਂ ਦਿਨ ਇਹ ਤਾਂ ਬੜਾ ਖਤਰਨਾਕ ਹੁੰਦਾ ਹੈ ਜੀ ਉਧਰ ਧਿਆਨ ਰੱਖਣਾ ਜ਼ਰੂਰੀ ਹੈ ਇੱਕ ਤਾਂ ਪੰਜ ਨਾਲ ਤੋਂ ਪੰਜ ਤੋਂ 7 ਦਿਨਾਂ ਚ ਹੀ ਤਕਰੀਬਨ ਠੀਕ ਹੋ ਜਾਂਦਾ ਹੈ ਬੁਖਾਰ ਉਤਰਨਾ ਸ਼ੁਰੂ ਹੋ ਜਾਂਦਾ ਹੈ ਜੀ ਡਾਕਟਰ ਸਾਹਿਬ ਸੋ ਇਹ ਜਿਹੜੀਆਂ ਇਹਨੂੰ ਅਸੀਂ ਤਿੰਨ ਕਿਸਮਾਂ ਸਮਝਵਾਂਦੇ ਆ ਇੱਕ ਆਮ ਸਧਾਰਨ ਡੈਂਗੂ ਬੁਖਾਰ ਹੋ ਗਿਆ ਜੀ ਉਹਦੇ ਚ ਕੀ ਬੁਖਾਰ ਹੋ ਰਿਹਾ ਹੈ 102 ਤਿੰਨ ਬੁਖਾਰ ਰਹਿੰਦਾ ਹੈ ਮੁੜਕਾ ਆਈ ਜਾਂਦਾ ਹੈ ਉਤਰ ਵੀ ਜਾਂਦਾ ਹੈ ਫਿਰ ਚੜ ਜਾਂਦਾ ਹੈ ਉਤਰ ਜਾਂਦਾ ਹੈ ਕਈ ਵਾਰ ਕੰਬਾ ਵੀ ਲੱਗਣ ਲੱਗ ਜਾਂਦਾ ਹੈ ਕਈ ਵੇ ਨਹੀਂ ਵੀ ਲੱਗਦਾ ਗਲਾ ਖਰਾਬ ਹੈ ਕਦੇ-ਕਦੇ ਉਲਟੀ ਵੀ ਆ ਸਕਦੀ ਹੈ ਇਹਨੂੰ ਅਸੀਂ ਸਧਾਰਨ ਕਹਿੰਦੇ ਆ ਇਹਦੇ ਵਿੱਚ ਕੋਈ ਦਵਾਈ ਕਿਉਂਕਿ ਦਵਾਈ ਤਾਂ ਕੋਈ ਹੈ ਹੀ ਨਹੀਂ ਇਹਦੀ ਜੀ ਇਹਦੇ ਵਿੱਚ ਜਾਇਦਾ ਬੁਖਾਰ ਤੇਜ ਹੈ 102 ਆਇਆ ਤਿੰਨਾ ਹੈ ਉਦੋਂ ਪੈਰਾਸੀਟਾਮੋਲ ਦੀ ਗੋਲੀ ਅਸੀਂ ਹਰੇਕ ਨੂੰ ਕਹਿੰਦਾ ਕਰੀ ਲੈ ਕੇ ਰੱਖ ਲੋ ਜੀ ਡਾਕਟਰ ਸਾਹਿਬ ਤਿੰਨ ਚਾਰ ਚਾਰਕ ਤੱਕ ਗੋਲੀਆਂ ਤੁਸੀਂ ਰੋਜ਼ ਲੈ ਸਕਦੇ ਹੋ ਜੀ ਡਾਕਟਰ ਇਹ ਫੇਰੋਂ ਨਹੀਂ ਉਤਰਿਆ ਫੇਰ ਪਾਣੀ ਦੀਆਂ ਪੱਟੀਆਂ ਰੱਖ ਲੋ ਬਰਫ਼ ਦੇ ਪਾਣੀ ਦੇ ਲੈ ਕੇ ਠੰਡੇ ਪਾਣੀ ਦੀਆਂ ਉਹ ਮੱਥੇ ਤੇ ਲੱਤਾਂ ਤੇ ਮਾਂ ਤੇ ਰੱਖੋ ਛਾਤੀ ਤੇ ਰੱਖ ਦੋ ਤੇ ਠਿਠੀ ਉਹਦਾ ਬੁਖਾਰ ਉਤਰ ਜਾਂਦਾ ਸੋ ਬੁਖਾਰ ਤਰਨਾ ਇਹਦੇ ਚ ਇੰਨਾ ਕੰਮ ਹੈ ਪੰਜ ਸੱਤ ਦਿਨਾਂ ਚ ਨੇ ਆਪੇ ਠੀਕ ਹੋ ਜਾਣਾ 10 ਬਦ ਤੋਂ ਬਾਅਦ 8 10 ਨੇ ਸੋ ਜਦ ਇਹ ਆਪੇ ਠੀਕ ਹੋ ਜਾਂਦਾ ਗੱਲ ਖਤਮ ਹੋ ਗਈ ਉਹਦੇ ਬਾਅਦ ਥੋੜਾ ਆਰਾਮ ਕਰਨਾ ਹੁੰਦਾ ਉਹ ਮੈਂ ਬਾਤ ਚਾਹਾਂਗਾ ਜੀ ਡਾਕਟਰ ਸਾਹਿਬ ਹੁਣ ਫੇਰ ਇਹ ਹਸਪਤਾਲ ਦੀ ਜਾਂਦੀ ਦਾ ਲੋੜ ਪਵੇ ਕਿਵੇਂ ਪਤਾ ਲੱਗੇ ਵੀ ਹੁਣ ਸਾਨੂੰ ਹਸਪਤਾਲ ਲੈ ਜਾਣਾ ਪਏਗਾ ਜੀ ਮੇਰੇ ਨੂੰ ਜੀ ਉਹਦੇ ਵਿੱਚ ਜਿਹੜਾ ਡੈਂਗੂ ਹੈ ਉਹਨੂੰ ਅਸੀਂ ਕਹਿੰਦੇ ਆ ਡੈਂਗੂ ਹੈਮਰੇਜਿਕ ਜੀ ਡਾਕਟਰ ਸਾਹਿਬ ਦੂਜਾ ਅਸੀਂ ਕਹਿੰਦੇ ਆ ਹੈਮਰੇਜਿਕ ਸ਼ੌਕ ਜਾਨੀ ਕਿ ਇੱਕ ਤਾਂ ਖੂਨ ਵਗਣਾ ਸ਼ੁਰੂ ਹੋ ਗਿਆ ਜੀ ਜੇ ਡੈਂਗੂ ਚ ਅੰਦਰ ਖੂਨ ਵਗਣਾ ਸ਼ੁਰੂ ਹੋ ਜੇ ਜੀ ਤਾਂ ਉਹ ਹਸਪਤਾਲ ਚ ਜਾਣਾ ਜ਼ਰੂਰੀ ਅਮਰੀਦਾਂ ਕਿਉਂਕਿ ਇਹਦੇ ਵਿੱਚ ਕੀ ਹੁੰਦਾ ਇੱਕ ਤਾਂ ਪਲੇਟਲੇਟ ਨਾ ਦੀ ਚੀਜ਼ ਆ ਸਾਡੇ ਸਰੀਰ ਚ ਖੂਨ ਦੇ ਜਿਹੜੇ ਕਣ ਨੇ ਕਈ ਕਿਸਮ ਦੇ ਨੇ ਉਹਨਾਂ ਚ ਇੱਕ ਕਾਣਾ ਪਲੇਟਲੇਟ ਕਹਿੰਦੇ ਨੇ ਉਹਨੂੰ ਜੀ ਹਾਂਜੀ ਪਲੇਟ ਉਹ ਖੂਨ ਨੂੰ ਜੰਮਣ ਚ ਸਹਾਇਤਾ ਕਰਦੇ ਪਲੇਟਲੇਟਸ ਜਿਹੜੇ ਪਲੇਟਲੇਟ ਜਿਹੜੇ ਨੇ ਜੀ ਤੇ ਉਹ 150 ਤੋਂ 5 ਲੱਖ ਹੁੰਦੇ ਨੇ ਜੀ ਡਾਕਟਰ ਤੇ 4 ਛੱਕ ਤੱਕ ਤੇ ਪਰ ਜੇ ਉਹ 1.5 ਲੱਖ ਸਵਾ ਡੱਕ ਵੀ ਲੈ ਗਏ 2 ਲੱਖ ਨੇ 2.5 ਲੱਖ ਨੇ 2.5 ਤੋਂ 500 ਸੋ ਉਹ ਘਟ ਘਟਦੇ ਨੇ ਜਦੋਂ ਘਟਦੇ ਨੇ ਘਟਦੇ ਘਟਦੇ ਜੇ 10000 ਤੱਕ ਅੱਗੇ ਅਸੀਂ ਕਹਿੰਦੇ ਜੇ 15000 ਤੱਕ ਆਣ ਤਾਂ ਅਸੀਂ ਉਹਨੂੰ ਪਲੇਟਲਟ ਚੜਾਉਂਦੇ ਸੀਗੇ ਜੀ 300 ਹੁਣ ਅਸੀਂ 10000 ਤੇ ਵੀ ਤਾਂ ਚੜਾਉਣਾ ਜੇ ਖੂਨ ਵਗੈਰਾ ਵਗਣ ਲੱਗੇ ਜੇ ਖੂਨ ਵਗੈਰਾ ਨਾ ਵਗਦਾ ਹੋਵੇ ਤਾਂ ਕੋਈ ਤੁਹਾਨੂੰ ਇਹ ਨਹੀਂ ਲੋੜ ਹੁੰਦੀ ਵੀ 10000 ਤੇ ਪਲੇਟਲਟ ਚੜਾਈ ਜਾਣ ਆ ਪਰसों ਹੀ ਮੈਨੂੰ ਇੱਕ ਟੈлефон ਆਇਆ ਕਿਸੇ ਦਾ ਕਿ ਜੀ ਇੱਕ ਗਰੀਬ ਬੱਚਾ ਹੈ ਤੇ ਉਹਦੇ 6000 ਰੁਪਏ ਦੇ ਪਲੇਟਲਟ ਤੇ ਉਹਦੇ ਦਾਖਲੇ ਦਾ ਪ੍ਰਬੰਧ ਨਹੀਂ ਹੋ ਰਿਹਾ ਮੈਨੂੰ 32 ਚਲੇ ਗਏ ਯਾਰ ਉਸੇ ਦਾਖਲ ਕਰ ਲੈਣਗੇ ਉਹ 32 ਚਲੇ ਗਏ ਉਹਨਾਂ ਨੇ ਦਾਖਲ ਕਰ ਲਿਆ ਹੁਣ 6000 ਤੋਂ ਤੁਰਿਆ ਫਿਰਦਾ ਅਸ ਬੱਚਾ ਮਤਲਬ ਨੌਜਵਾਨ ਸੀ 17 18 ਸਾਲ ਦਾ ਜੀ ਡਾਕਟਰ ਸਾਹਿਬ ਤੇ ਮੇਰਾ ਕਹਿਣ ਦਾ ਮਤਲਬ ਇਹ ਹੈ ਵੀ ਹੁਣ ਪਲੇਟ ਲੈਟ ਗਿਰਨ ਤੋਂ ਘਵਰਾਉਣਾ ਨਹੀਂ ਇੱਕ ਤਾਂ ਜੀ ਡਾਕਟਰ ਸਾਹਿਬ ਬਹੁਤ سارے ਲੋਕ ਬਹੁਤ ਜ਼ਿਆਦਾ ਘਵਰਾਉਣਾ ਸ਼ੁਰੂ ਕਰ ਗਏ ਹਾਈਪਰ ਟੈਕ ਰਕੀ ਹੁਣ ਜਦ ਬੰਦਾ ਕਰਵਾਇਆ ਹੋਵੇ ਡਾਕਟਰੀ ਚਾਹੇ ਉਹ ਆਧੁਨਿਕ ਡਾਕਟਰੀ ਆ ਚਾਹੇ ਹੋ ਉਜੇ ਨੇ ਚਾਹੇ ਹੋ ਕੋਈ ਦੇਸੀ ਨੇ ਜੀ ਉਹ ਸਾਰੇ ਮਰੀਜ਼ ਹੀ ਕਬਰਾਂ ਚੋਂ ਪੈਸਾ ਬਣਾਉਂਦੇ ਨੇ ਵੀ ਹੁਣੇ ਕਬਰਾਇਆ ਹੋਇਆ ਨੌ ਜਾਨ ਲੜਕਾ ਲੜਕੀ ਹੈ ਚਲੋ ਅੱਜ ਮੰਜ ਹੋ ਇਹਨਾਂ ਨੂੰ ਸੋ ਕਬਰਾਉਣਾ ਨਹੀਂ ਇਹਦੇ ਚ ਦੂਜੀ ਗੱਲ ਦੂਜੀ ਗੱਲੇ ਨੇ ਚ ਇਹ ਧਿਆਨ ਰੱਖਣਾ ਵੀ ਪਲੇਟ ਲੈਟ ਵਿਧਾਨ ਦੀ ਕੋਈ ਦਵਾਈ ਨਹੀਂ ਸਾਰੇ ਬੰਨੋ ਬੱਕਰੀ ਦਾ ਦੁੱਧ ਪਿਲਾ ਦਿਓ ਜੀ ਆਪ ਅਪੀਪਾ ਖਿਲਾ ਦਿਓ ਜੀ ਆ ਕੀ ਵੀ ਖਿਲਾ ਦਿਓ ਜੀ ਆ ਫਰਾਣਾ ਕਰ ਦਿਓ ਜੀ ਅਸੀਂ ਜੀ ਆਹ ਇੱਕ ਕੈਸੋ ਦਿੰਨਿਆ ਜੀ ਆ ਜਿਵੇਂ ਕੋ ਰਾਬਾਬ ਆਰਾਮਦੇਵ ਨੇ ਕੋਰੋਨਲ ਦੇਤੀ ਸੀ ਇਹ ਸਾਰਾ ਪੈਸਾ ਇਕੱਠਾ ਕਰਨ ਦਾ ਟੰਗ ਹੈ ਜੀ ਦੱਸ ਚਾਂ ਝੂਠੀ ਸ਼ੋਰਤ ਦਾ ਇਹ ਟੋਟਲ ਗੈਰ ਵਿਗਿਆਨਕ ਹੈ ਅੱਜ ਤੱਕ ਇੱਕ ਵੀ ਆਯੁਰਵੇਦ ਵਾਲੇ ਨੇ ਇਹ ਸਾਬਤ ਨਹੀਂ ਕਰਿਆ ਵੀ ਆ ਦੇਖ ਲੋ ਜੀ ਪਲੇਟਲਟ ਜਿਹੜੇ ਆਪੀ ਵਧਨੇ ਨੇ 5 ਦਿਨਾਂ ਤੋਂ ਬਾਅਦ ਪਲੇਟਲਟ ਵਧਨੇ ਸ਼ੁਰੂ ਹੋ ਜਾਂਦੇ ਨੇ ਉਹ ਚਾਹੇ ਕੋਈ ਕਿਸੇ ਮੱਟੀ ਦੇ ਪਾਣੀ ਪਾਇਆ ਵੀ ਤਾਂ ਵਧ ਗਏ ਜੇ 7 ਦਿਨ ਚ ਬੁਖਾਰ ਟੁੱਟੀ ਜਾਣਾ ਹੈ 95% ਬੰਦਿਆਂ ਦਾ 95% ਜਿਹਨੂੰ ਮਰ ਗਿਆ ਉਹਦਾ ਖੱਤੇ ਪਾੜੇ ਕੋਈ ਕਹੋ ਜੀ ਮੈਂ ਇਹਨੂੰ ਫਲਾਣਾ ਪਾਣੀ ਦਿੱਤਾ ਸੀ ਤਾਂ ਠੀਕ ਹੋ ਗਿਆ ਕੋਈ ਕਹੋ ਇਹਨੇ ਪੂਜਾ ਕਰੀ ਸੀ ਤਾਂ ਠੀਕ ਹੋ ਗਿਆ ਕੋਈ ਕਹੋ ਇਹਨੇ ਫਲਾਣੀ ਸਾ ਮੱਥਾ ਟੇਕਿਆ ਸੀ ਤਾਂ ਠੀਕ ਹੋ ਗਿਆ ਕੋਈ ਕਹਣਗੇ ਫਲਾਣੇ ਬੈਦ ਤੋਂ ਦਵਾਈ ਲਈ ਸੀ ਤਾਂ ਠੀਕ ਹੋ ਗਿਆ ਕੋਈ ਕਹਣਗੇ ਫਲਾਣੇ ਹੱਥ ਲਾ ਦਿੱਤਾ ਸੀ ਤਾਂ ਠੀਕ ਹੋ ਗਿਆ ਕੋਈ ਕਹਣਗੇ ਇਹ ਚੀਜ਼ ਖਾਧੀ ਸੀ ਤਾਂ ਠੀਕ ਹੋ ਗਿਆ ਸੋ ਇਹ ਐਵੇਂ ਸਾਰਾ ਅਸਲ 'ਚ ਸਾਡੇ ਸਿਸਟਮ 'ਚ ਡੇਂਗੂ ਦਾ ਜਿਹੜਾ ਭੈ ਤੁਸੀਂ ਕੱਲ੍ਹ ਕਹ ਵਰਤਿਆ ਸੀ ਹਾਂਜੀ ਵੀ ਡਰ ਪੈਦਾ ਹੋ ਗਿਆ ਇਹ ਡਰ ਪੈਦਾ ਕਰਿਆ ਜਾ ਰਿਹਾ ਅੱਜ ਸਾਡੇ ਰਾਜੋਣ ਸਾਡੀ ਰਾਜ ਸੱਤਾ ਵੱਲ ਲੋਕਾਂ ਨੂੰ ਡਰ ਕੱਢਣ ਦੀ بجائے ਉਹਦੇ ਵਿੱਚ ਇੱਕ ਡਰ ਇਸ ਵਾਸਤੇ ਪੈਦਾ ਕਰਿਆ ਜਾਂਦਾ ਵਹਿਮਾਂ ਭਰਮਾਂ ਚ ਪੈ ਜਾਣ। ਵਿਗਿਆਨ ਦਾ ਪਰਦਾ ਛੱਡ ਕੇ ਜਿੰਨ ਸੱਚ ਪੱਲੇ ਹੋਏ ਉਹ ਸੱਚ ਤਾਂ ਬੰਦੇ ਹੈ ਨਹੀਂ। ਸੋ ਸੱਚ ਪੱਲੇ ਨਾ ਹੋਣ ਕਰਕੇ ਕੂੜ ਦਾ ਪਰਦਾ ਪਾਉਣ ਵਾਸਤੇ ਇਹ ਕੋਸ਼ਿਸ਼ ਕਰੀ ਜਾਂਦੇ ਵੀ ਲੋਕਾਂ ਨੂੰ ਡਰਾ ਦੋ ਵੀ ਤੁਸੀਂ ਮਾਰੇਗੇ। ਫਿਰ ਚੋ ਕੋ ਆਈ ਚੀਜ਼ ਦਾ ਫਾਇਦਾ ਐਦਾ ਫਾਇਦਾ ਜਿਹਨੂੰ ਉਹ ਓੜਪੋੜ ਕਹਿੰਦੇ ਨੇ। ਸੋ ਤਾਂ ਚੰਗਾ ਪੈਸਾ ਫਿਰ ਜਿਹੜੇ ਦਰਮਿਆਨੇ ਦਰਜੇ ਦੇ ਲੋਕ ਨੂੰ ਉਹ ਚੰਗਾ ਪੈਸਾ ਵੀ ਬਣ ਜਾਂਦਾ ਹੈ ਕਿੰਨੂੰ ਇਹ ਬਹੁਤ ਜ਼ਿਆਦਾ ਇੱਕ ਸਾਡੇ ਸਮੱਸਿਆ ਹੈ ਸਰਕਾਰ ਨੇ ਅੱਜ ਤੱਕ ਕਿਉਂਕਿ ਸਰਕਾਰ ਦਾ ਆਪਦਾ ਮੰਤਰਾ ਲੱਗਿਆ ਹੋਇਆ ਹੈ ਕਰੋਨਾ ਦੇ ਵਿੱਚ ਇਹੋ ਜਿਹੇ ਗੈਰ ਵਿਗਿਆਨਕ ਸਰਕਾਰ ਦੇ ਮੰਤਰਾ ਦੇ ਨੇ ਦਵਾਈਆਂ ਪ੍ਰਚਾਰ ਕਰਦੇ ਰਹੇ ਉਹ बिक ਰਹੀਆਂ ਉਹ ਲੋਕ ਖਾਂਦੇ ਰਹੇ ਬਾਅਦ ਦੇ ਵਿੱਚ ਆਗੀਆਂ ਰਿਪੋਰਟਾਂ ਵੀ ਇਹਨਾਂ ਦਾ ਕੋਈ ਫਾਇਦਾ ਨਹੀਂ ਸੀ ਉਲਟਾ ਫੈਕਟ ਹੋਰ ਹੋ ਗਏ ਉਹ ਉਹਦਾ ਨੁਕਸਾਨ ਹੋਰ ਹੁੰਦਾ ਹੁਣ ਤੁਸੀਂ ਰੋਟੀ ਲੋੜ ਤੋਂ ਬਿਨਾਂ ਤਾਂ ਤੁਸੀਂ ਖੀਰ ਵੀ ਖਾ ਲੋ ਫੜ ਵੀ ਖਾ ਲੇ ਤਾਂ ਬਿਮਾਰ ਹੋਏਗਾ ਬੰਦਾ ਸੋ ਇਸ ਕਰਕੇ ਡੈਂਗੂ ਦੇ ਵਿੱਚ ਇਹ ਗੱਲ ਦਾ ਧਿਆਨ ਰੱਖਣਾ ਹੈ ਕਿ ਪਹਿਲੀ ਗੱਲ ਡਰਨਾ ਨਹੀਂ ਠੀਕ ਹੈ ਜੀ ਕੋਈ ਡਰਨ ਦੀ ਲੋੜ ਨਹੀਂ ਹੈ ਡੈਂਗੂ ਚ ਇੰਨੀ ਮੌਤਾਂ ਨਹੀਂ ਹੁੰਦੀਆਂ ਜਿੰਨੀਆਂ ਕਰੋਨਾ ਚ ਹੁੰਦੀਆਂ ਸੀ ਕਿਵੇਂ ਅੱਜ ਤੱਕ ਪੰਜਾਬ 70 ਮੌਤਾਂ ਹੋਈਆਂ ਨੇ ਕੇਸ तकरीबन 20000 ਹੋ ਗਿਆ ਜੀ ਡਾਕਟਰ 20000 ਤੋਂ 70 70 ਹੀ ਹੋਈ ਨੇ ਨਾ ਬੈਠ ਸੋ ਇਸ ਕਰਕੇ ਇੱਕ ਤਾਂ ਇਸ ਤੇ ਬਹੁਤ ਜ਼ਿਆਦਾ ਘਬਰਾਉਂਦੀ ਪਰ ਮੌਤ ਤਾਂ ਇੱਕ ਵੀ ਮਾੜੀ ਆ ਭਾਵੇਂ ਬੱਚਿਆਂ ਤੇ ਬਹੁਤ ਅਸਰ ਕਰ ਰਿਹਾ ਡਾਕਟਰ ਸਾਹਿਬ ਬੱਚਿਆਂ ਦੀਆਂ ਜਿਹੜੀਆਂ 15 15 ਸਾਲ ਦੇ 13 13 ਸਾਲ ਦੇ ਬੱਚਿਆਂ ਦੀਆਂ ਜਿਹੜੀਆਂ ਮੌਤਾਂ ਦੀਆਂ ਖਬਰਾਂ ਆ ਰਹੀਆਂ ਆ ਰਹੀਆਂ ਇਹ ਚ ਕਿਤੇ ਨਾ ਕਿਤੇ ਡਰ ਤਾਂ ਚਿੰਤਾ ਲੋਕਾਂ ਚ ਪੈਦਾ ਕਰਦੀਆਂ ਨੇ ਕਿ ਪਿਛਲੇ ਦਿਨੀ ਆ ਪੀਜੀਆਈ ਦੇ ਵਿੱਚ ਜੇ ਆਪਾਂ ਦੇਖੀਏ ਤੁਸੀਂ ਖੁਦ ਹੀ ਇਹਨੂੰ ਦੇਖ ਰਹੇ ਹੋ ਬਾਤ ਕਰਦੇ ਹੋ ਤੁਹਾਡੇ ਨਜ਼ਦੀਕੀਓ ਮਤਲਬ ਇਹ ਮੌਤਾਂ ਦੇ ਕਾਰਨ ਕੀ ਨੇ ਜਿਹੜੇ ਡੇਂਗੂ ਨਾਲ ਮੌਤਾਂ ਹੋ ਰਹੀਆਂ ਨੇ ਇਹਦੇ ਪਿੱਛੇ ਦੇ ਕਾਰਨ ਜਾਂ ਡਾਰਾ ਹੈ ਜਾਂ ਪਲੇਟਲੇਟ ਹੈ ਜਾਂ ਕੀ ਆ ਲੋਕਾਂ ਨੂੰ ਆਪਾਂ ਪੰਜਾਬ ਦੇ ਲੋਕਾਂ ਨੂੰ ਇਹ ਦੱਸੀਏ ਵੀ ਇਹ ਇਹ ਭਾਈ ਇਹਦੇ ਵਿੱਚ ਬੱਕਰੀ ਦਤਣਾ ਨਹੀਂ ਠੀਕ ਹੋਣਾ ਇਹ ਤਾਂ ਆ ਚਲੋ ਪਰਹੇਜ਼ ਵੀ ਤੁਸੀਂ ਰੱਖ ਲਓਗੇ ਪਰ ਜੇ ਬੰਦੇ ਨੂੰ ਹੋ ਹੀ ਗਿਆ ਕਿਉਂਕਿ ਜ਼ਿਆਦਾਤਰ ਆਪਣੇ ਸਫਾਈ ਦਾ ਤਾਂ ਉਹ ਦੇਸ਼ ਦੇ ਵਿੱਚ ਵੀ ਬੁਰਾ ਹਾਲ ਆ। ਕਹਿੰਦੇ ਜੀ ਜੇ ਉਸ ਦੇਸ਼ ਦੇ ਵਿੱਚ ਸਫਾਈ ਅਭਿਆਨ ਚਲਾਉਣਾ ਪਵੇ ਪ੍ਰਧਾਨ ਮੰਤਰੀ ਨੂੰ ਝਾੜੂ ਮਾਰ ਕੇ ਲੋਕਾਂ ਨੂੰ ਦੱਸਣਾ ਪਵੇ ਹਨਾ ਤੇ ਉਹ ਫਿਰ ਆਪਾਂ ਨੂੰ ਪਤਾ ਹੀ ਹੈ ਵੀ ਕਿੰਨਾ ਕੁ ਰੱਖਦੇ ਨੇ। ਹੁਣ ਜਿਹੜੀਆਂ ਪੰਜਾਬ ਦੇ ਪੰਜਾਬ ਸਰਕਾਰ ਦੀ ਵੀ ਜ਼ਿੰਮੇਵਾਰੀ ਹੈ। ਨਾ ਤਾਂ ਸਰਕਾਰ ਸੀਰੀਅਸ ਹੈ। ਲੋਕਾਂ ਨੂੰ ਜਾਗਰੂਕ ਕਰਦੀ ਹੈ। ਜਿਹੜੇ ਜਿਹੜੇ ਫੰਡ ਆਉਂਦੇ ਨੇ ਉਹ ਖਾ ਜਾਂਦੇ ਨੇ ਥੱਲੋ। ਤੇ ਜਿਹੜਾ ਫੋਗਿੰਗ ਕਰਨੀ ਹੈ ਦਵਾਈ ਛਿੜਕਣੀ ਹੈ ਉਹ ਕਹਿੰਦੇ ਮਿਊਸਪਲ ਕਾਰਪੋਰੇਸ਼ਨ ਵਾਲੇ ਖਾਗੇ ਜੀ ਜਾਂ ਆਪਣੇ ਲੋਕਲ ਬਾਡੀਜ਼ ਵਾਲੇ ਖਾਗੇ ਹੁਣ ਇੱਕ ਤਾਂ ਇਹ ਦੱਸੋ ਜੀ ਮੌਤਾਂ ਦੇ ਜਿਹੜੇ ਕਾਰਨ ਨੇ ਉਹ ਕੀ ਹੈ ਲੋਕਾਂ ਦੇ ਵਿੱਚ ਜਿਹੜਾ ਡਰ ਪੈਦਾ ਹੁੰਦਾ ਉਹਨੂੰ ਕਿਵੇਂ ਕਿਵੇਂ ਲੋਕ ਸਮਝਣ ਕਿਉਂਕਿ ਹਸਪਤਾਲ 'ਚ ਜਾਂਦੇ ਤਾਂ ਕਹਿੰਦੇ ਇਹ ਪਲੇਟ ਡਟ ਘਟ ਗਏ ਮੈਂ ਦੋ ਹੀ ਗੱਲਾਂ ਦੱਸ ਰਿਹਾ ਫਿਰ ਦੁਬਾਰਾ ਜੀ ਡਾਕਟਰ ਸਾਹਿਬ ਇੱਕ ਤਾਂ ਜਿਹੜਾ ਪਲੇਟ ਲੱਗਾ ਵੀ ਸਵਾਲ ਆ ਵੀ ਆ ਵੀ ਕਰੋ ਆ ਵੀ ਕਰੋ ਆ ਵੀ बार-बार ਇੰਨੀ ਹੀ ਹੋ ਨਾ ਬਟੀਆਂ ਕੁੜੀਆਂ ਜਿਹੜੀਆਂ ਆਈਆਂ ਵੀ ਝੂਠੀ ਰਿਪੋਰਟ ਵੀ ਗਲਤ ਰਿਪੋਰਟ ਵੀ ਕਿਉਂਕਿ ਸਟੈਂਡਰਡਾਈਜੇਸ਼ਨ ਤੋਂ ਬਗੈਰ ਤਾਂ ਕੁਝ ਵੀ ਜੋ ਮਰਜ਼ੀ ਕਹ ਦੋ ਤੁਸੀਂ ਜੀ ਡਾਕਟਰ ਸਾਹਿਬ ਤੁਸੀਂ ਮਾੜੇ ਮਿਸਤਰੀ ਕੋਲ ਜਾਓ ਉਹ ਉਹ ਹੀ ਕਹਿੰਦਾ ਵੀ ਇਹਦਾ ਆ ਬਦਲਣਾ ਪਊ ਆ ਬਦਲਣਾ ਪਊਗਾ ਸਵਾਲ ਤਾਂ ਕੀ ਉਹਨੂੰ ਆਉਂਦਾ ਹੈ ਉਹਨੂੰ ਕੰਮ ਆਉਂਦਾ ਹੈ ਜੀ ਡਾਕਟਰ ਸਾਹਿਬ ਸੋ ਜੇ ਕੰਮ ਨਹੀਂ ਆਉਂਦਾ ਤਾਂ ਕਈ ਵੀ ਇੱਕ ਤਾਂ ਹੋ ਸਕਦਾ ਹੈ ਵੀ ਤੁਹਾਨੂੰ ਕੰਮ ਆਉਂਦਾ ਹੈ ਪਰ ਤੁਸ ਤੋਂ ਤੁਹਾਨੂੰ ਸਮਝ ਨਹੀਂ ਆਇਆ ਜਿਹਦੇ ਵਿੱਚ ਅਸੀਂ ਕਹਿੰਨੇ ਆ ਜਿਵੇਂ ਬਾਬੇ ਨਾਨਕ ਨੇ ਮਤਲਬ ਗੁਰੂ ਗ੍ਰੰਥ ਸਾਹਿਬ ਦੇ ਵਿਚਾਰ ਰੋਗ دارو ਦੋਵੇਂ ਬੱਜੇ ਜੀ ਡਾਕਟਰ ਸਾਹਿਬ ਸੋ ਰੋਗ ਨੂੰ ਪੁੱਜਣਾ ਜਿਹੜਾ ਤੁਸੀਂ ਕਹਿਣਾ ਵੀ ਕਿਵੇਂ ਪਤਾ ਲੱਗੇ ਕਿ ਡੈਂਗੂ ਹੁੰਦੇ ਐਂਜਲ ਸਾਹਿਬ ਮੌਤ ਕਿਉਂ ਹੋ ਰਹੀ ਹੈ ਬਿਲਕੁਲ ਜੀ ਮੌਤ ਹੁੰਦੀ ਹੈ ਇਹਦੇ ਵਿੱਚ ਕਿ ਅੰਦਰ ਖੂਨ ਵਗਦਾ ਪਲੇਟਲਟ ਕਦੇ ਘਟਣ ਕਰਕੇ ਉਹਨਾਂ ਨੂੰ ਦੱਸਿਆ ਵੀ 10000 6000 ਤੇ ਬੰਦਾ ਤੁਰਿਆ ਫਿਰਦਾ ਜੀ ਉਹਨੇ ਮਰਨਾ ਨਹੀਂ ਹੈ ਅੰਦਰ ਖੂਨ ਕਿੱਥੇ ਦੀ ਨਹੀਂ ਇਹ ਦੱਸ ਪਲੇਟਲਟ ਕੀ ਕਰਦੇ ਨੇ ਪਲੇਟਲੇਟ ਖੂਨ ਜਿਹੜਾ ਹੈ ਜਦ ਕਿਸੇ ਤੇ ਸੱਟ ਵੱਜਦੀ ਆ ਤੁਸੀਂ ਦੇਖਿਆ ਖੂਨ ਜਮ ਜਾਂਦਾ ਹੈ ਹਾਂਜੀ ਕਹੇ ਆਪਾਂ ਦੱਬ ਕੇ ਰੱਖੀਏ ਜਿਹੜੇ ਅਸੀਂ ਡਾਕਟਰ ਵੀ ਖੂਨ ਬੰਦ ਕਰਦੇ ਆ ਉਹ ਜਾਂ ਤਾਂ ਉਹਨੂੰ ਬੰਨ੍ਹਾ ਲਾ ਦਿੰਨੇ ਆ ਟਾਂਕਾ ਲਾ ਦਿੰਨੇ ਆ ਜਾਂ ਫਿਰ ਦੱਬ ਲੈਨੇ ਆ ਜੀ ਤੇ ਮੈਂ ਹਰੇਕ ਨੂੰ ਕਹਿੰਦਾ ਵੀ ਜਿੱਥੇ ਮਰਜੀ ਜਿੱਥੇ ਮਰਜੀ ਫੱਟ ਲੱਗਿਆ ਐਂ ਦੱਬ ਲੂ 15 ਮਿੰਟ ਘੜੀ ਦੇਖ ਕੇ ਦਬੀ ਰੱਖੋ ਖੂਨ ਆਪ ਹੀ ਬੰਦ ਹੋ ਜਾ ਖੂਨ ਦੇ ਵਿੱਚ ਅੰਦਰ ਤਾਕਤ ਹੈ ਉਹਨੂੰ ਜਮਨ ਦੀ ਉਹ ਪਲੇਟਲੇਟ ਉਹਨੂੰ ਜਮਾਉਂਦੇ ਨੇ ਪਲੇਟਲੇਟ ਇੱਕ ਜਾਲਾ ਬਣਾ ਦਿੰਦੇ ਨੇ ਉੱਥੇ ਜਦੋਂ ਜਾਲ ਬਣਦੀ ਹੈ ਨਾ ਉਹਦੇ ਉੱਤੇ ਗਾੜਾ ਗੂੜਾ ਪੈ ਜੇ ਫਿਰ ਬੰਦ ਹੋ ਜਾਏਗਾ ਵੀਕ ਸੋ ਪਲੇਟਲਟ ਜਦ ਘਟਦੇ ਨੇ ਉਹ ਖੂਨ ਦੇ ਜਮਨ ਦੀ ਤਾਕਤ ਘਟ ਜਾਂਦੀ ਹੈ ਜੀ ਉਹ ਜਦ ਖੂਨ ਦੇ ਜਮਨ ਦੀ ਤਾਕਤ ਘਟ ਗਈ ਤੇ ਅੰਦਰ ਜੇ ਮਾਰਾ ਜੀ ਵੀ ਕੋਈ ਮਾੜੀ ਮੋਟੀ ਸੱਟ ਅੰਦਰ ਲੱਗਦੀ ਰਹਿੰਦੀ ਹੈ ਚੂੜੀ ਤੇ ਰੋਟੀ ਖਾਣ ਆ ਹੋ ਰਿਹਾ ਕੁਝ ਵੀ ਆ ਕੋਈ ਨਾ ਕੋਈ ਉਹਦੇ ਨਾਲ ਅੰਦਰ ਜੀ ਖੂਨ ਵਗਣਾ ਸ਼ੁਰੂ ਹੋ ਗਿਆ ਤੇ ਫਿਰ ਕੌਣ ਘਟ ਜਾਏਗਾ ਅੰਦਰ ਵਗੀ ਜਾ ਰਿਹਾ ਪਤਾ ਵੀ ਨਹੀਂ ਟੱਟੀ ਕਾਲੀ ਆਏਗੀ ਖੂਨ ਦੀ ਉਲਟੀ ਆ ਸਕਦੀ ਹੈ ਟੱਟੀ ਚ ਦਾਲ ਖੂਨ ਵੀ ਆ ਸਕਦਾ ਕਾਲਾ ਵੀ ਆ ਸਕਦਾ ਕਾਲੀ ਉਲਟੀ ਆ ਸਕਦੀ ਹੈ ਜੀ ਅੱਛਾ ਫਿਰ ਪੇਟ ਫੁੱਲਿਆ ਜਾਂ ਫੁੱਲਿਆ ਰਹਿ ਸਕਦਾ ਕਿਉਂਕਿ ਅੰਦਰੀ ਤੇ ਖੂਨ ਉਹ ਵਗਿਆ ਹੋਇਆ ਫਿਰ ਕੁਝ ਇਹੋ ਜਿਹੇ ਅੰਗਾਂ ਦੇ ਵਿੱਚ ਜਿਵੇਂ ਜਿਗਰ ਚ ਦੇ ਅੰਦਰ ਵਗਿਆ ਉਹਦਾ ਤਾਂ ਪਤਾ ਹੀ ਨਹੀਂ ਲੱਗੇਗਾ ਵੀ ਉੱਥੇ ਅੰਦਰ ਖੂਨ ਉਹ ਸਰੀਰ ਦੇ ਅੰਦਰ ਤਾਂ ਆਮ ਜਿਹੜੀ ਲੋਕਾਂ ਨੂੰ ਇਸ ਗੱਲ ਦੀ ਕਿਉਂਕਿ ਸਾਲ ਤਰ ਸਾਡੇ ਜੇ ਪਿੰਡਾਂ ਦੇ ਲੋਕ ਗੱਲ ਕਰੀਏ ਹਮਕੋ ਕਿ ਡੇਂਗੂ ਦਾ ਪ੍ਰਕੋਪ ਪਿੰਡਾਂ ਚ ਵੀ ਜਿਆਦਾ ਵਧ ਗਿਆ ਸ਼ਹਿਰਾਂ ਦੇ ਵਿੱਚ ਲੋਕਾਂ ਨੂੰ ਅੰਦਰ ਪਤਾ ਹੀ ਨਹੀਂ ਹੁੰਦਾ ਵੀ ਮੇਰੇ ਸਰੀਰ ਚ ਖੂਨ ਕਿੱਥੇ ਵਗ ਰਿਹਾ ਕੋਈ ਜੇ ਬਾਹਰ ਨਿਕਲੂ ਫਿਰ ਤਾਂ ਪਤਾ ਨਹੀਂ ਮੈਂ ਇਹੀ ਕਹਿੰਦਾ ਸੋ ਪਹਿਲੀ ਗੱ ਵੀ ਇੱਕ ਤੱਕ ਬਰਾਵਣਾ ਠੀਕ ਹੈ ਜੀ ਦੂਜੀ ਗੱਲ ਆਮ 103 ਤੱਕ ਬੁਖਾਰ ਤੋਂ ਡਰੋ ਨਾ ਜੀ 103 ਤੱਕ ਨਾਰਮਲ ਹੈ 103 ਤੱਕ ਹੁੰਦਾ ਹੀ ਹੁੰਦਾ ਹੈ ਠੀਕ ਹੈ ਜੋ 3 2 3 ਰਹੀ ਜਾਵੇ ਤੁਸੀਂ ਉਹਦੇ ਚ ਕੀ ਕਰਨਾ ਪੈਰਾਸੀਟਮ ਹੋ ਲੈਣੀ ਹੈ ਚਾਰ ਵਾਰੀ ਲੈ ਸਕਦੇ ਹੋ ਦਿਨ ਚ ਠੀਕ ਹੈ ਜੀ ਤੇ ਨਾਲ ਤੁਸੀਂ ਜੇ ਨਹੀਂ ਉਤਰਿਆ ਫੇਰ ਵੀ ਦੇ ਚੰਨੀ ਹੈ ਤਾਂ ਠੰਡੇ ਪਾਣੀ ਦੀਆਂ ਪੱਟੀਆਂ ਰੱਖੋ ਠੀਕ ਹੈ ਬਰਸਦਾ ਪਾਣੀ ਠੀਕ ਹੋ ਗਿਆ ਇਹ ਤਾਂ ਹੈਗਾ ਕ੍ਰੇਡੂ ਰਾਜ ਬਾਰ-ਬਾਰ ਪਾਣੀ ਪੀਣਾ ਹੈ ਜਿੰਦੇ ਵਿੱਚ ਮੈਂ ਪੜੇ ਲਿਖੇ ਬੰਦਿਆਂ ਨੂੰ ਦੇਖਿਆ ਨਹੀਂ ਜੀ ਬਥੇਰਾ ਫੇਰਾ ਤੁਹਾਨੂੰ ਇੱਕ ਉਦਾਹਰਨ ਦੇ ਦਿੰਦਾ ਮੈਂ ਹੁਣੀ 4 ਦਿਨ 5 ਦਿਨ ਪਹਿਲਾਂ ਇੱਕ ਬੜੇ ਸਿਆਣੇ ਬੰਦੇ ਨੂੰ ਮੈਂ ਮਿਲਿਆ ਮੈਂ ਕਿਹਾ ਤੁਹਾਡਾ ਤਾਂ ਪਾਣੀ ਘਟਿਆ ਪਿਆ ਪਾਣੀ ਚਾਹੀ ਜੀ ਕਹਿੰਦੇ ਮੈਂ ਬਹੁਤ ਪੀਤਾ ਮੈਂ ਕਿਹਾ ਚੱਕਣਾਓ ਜੀ ਫੇਕ ਨਹੀਂ ਨਹੀਂ ਮੈਂ ਤਾਂ ਸਾਰਾ ਦਿਨ ਪੀਂਦਾ ਰਿਹਾ ਮੈਂ ਕਿਹਾ ਨਹੀਂ ਨਹੀਂ ਮੈਨੂੰ ਦਸੋ ਵੀ ਕਿੰਨਾ ਕਿੰਨਾ ਪੀਤਾ ਸਵੇਰੇ ਚਾਹ ਪੀਤੀ ਜੀ ਆ ਲੱਸੀ ਪੀਤੀ ਜੀ ਫਲਾਣਾ ਗਿਣਾ 1100 ਐਮਐਲ ਹੋਇਆ ਸਾਰੀ ਜਿਹਨੂੰ 103 ਨੂੰ ਬੁਖਾਰ ਹੈ ਉਹਦਾ 2 ਲੀਟਰ ਤਾਂ ਮੁੜਕੇ ਝੋੜ ਜਾਂਦਾ ਪਤਾ ਨਹੀਂ ਲੱਗਦਾ ਇਹਨੂੰ ਇਨਸੈਂਸਿਬਲ ਜੀ ਮੈਂ ਬਿਨਾ ਬਿਨਾ ਦੱਸੇ ਨੁਕਸਾਨ ਹੋਈ ਜਾਂਦਾ ਪਾਣੀ ਨਿਕਲ ਜਾਂਦਾ ਜੀ ਡਾਕਟਰ ਸਾਹਿਬ 2 ਕਿ ਡੇਢ ਲੀਟਰ ਨੂੰ ਵੈਸੇ ਚਾਹੀਦਾ ਚਾਹੀਦਾ ਤੁਹਾਨੂੰ 3.5 ਲੀਟਰ ਸੀ ਤੇ ਪੀਤਾ ਉਸਨੇ ਅੱਜ ਇਹ 1100 ਐਮਐਲ ਹੈ ਉਹ ਵੀ ਜੋੜਾ ਕੇ ਜੇ ਉਹਨੇ ਕਿਹਾ ਵੀ ਨਹੀਂ ਇਹ ਤਾਂ 200 ਮਿਲੀਗ੍ਰਾਮ ਦਾ ਗਲਾਸ ਹੈ ਨਾ ਕਿਹਾ 200 ਐਮਐਲ ਮੰਨ ਲੈਣੇ ਆ ਤੁਹਾਡੀ ਗੱਲ ਮੰਨ ਲਿਆ ਆਪਾਂ ਜੀ ਜੀ ਤਾਂ 1100 ਬਣਿਆ ਤਾਂ ਮੈਂ ਦੱਸਾਂ ਸਾਨੂੰ ਕਈ ਵਾਰੀ ਪਤਾ ਨਹੀਂ ਸੋ ਤੁਸੀਂ ਮਿਣ ਕੇ ਪਾਣੀ ਪਿਲਾਉਣਾ ਠੀਕ ਹੈ ਜੀ 2 3 ਲੀਟਰ ਪਾਣੀ ਰੋਜ਼ ਬੰਦਾ ਪੀਵੇ ਜੀ ਅੱਧਾ ਕੰਮ ਉਹਦਾ ਠੀਕ ਹੋ ਜਾਣਾ ਜੀ ਪੈਰਾਸੀਟਮੋਲ ਖਾਲੀ ਠੰਡੇ ਪਾਣੀ ਦੀ ਪੱਟੀਆਂ ਰੱਖ ਲੀਆਂ ਜੀ ਤੇ بار بار ਨਿੰਬੂ ਪਾਣੀ ਤੇ ਚਾਹ ਜਿਹੜੇ ਨਾਰੀਅਲ ਦਾ ਪਾਣੀ ਪੀਣਾ ਚਾਹੁੰਦੇ ਨੇ ਉਹ ਪੀ ਲੈਣਾ ਕੋਈ ਇਹਨੂੰ ਪਾ ਕੇ ਪੀ ਲੈਣਾ ਹੈ ਜੀ ਕੋਈ ਆਰਐਸ ਪਾ ਕੇ ਪੀ ਲੈਣਾ ਕੋਈ ਚਾਹ ਕੌਫੀ ਕੁਝ ਵੀ ਪੀ ਜਾਣਾ ਕੋਸਾ ਪਾਣੀ ਪੀ ਲੈਣਾ ਜਿਵੇਂ ਉਹਨਾਂ ਨੂੰ ਚੰਗਾ ਲੱਗਦਾ ਉਹ ਪੀ ਲੈਣਾ ਮੈਂ ਕੋਲ ਲਾ ਵੀ ਚੁੱਕਿਆ ਨਾ ਉਹਨਾਂ ਵੀ ਜਿਹੋ ਜਿਹਾ ਪਾਣੀ ਚੰਗਾ ਲੱਗਦਾ ਹੋ ਜਾ ਪੀ ਲੋ ਪਾਣੀ ਜਿਆਦਾ ਅੰਦਰ ਜਾਣਾ ਚਾਹੀਦਾ ਲਿਕਵਿਡ ਪਾਣੀ ਤੁਸੀਂ ਜ਼ਿਆਦਾ ਪੀਓ ਜ਼ਿਆਦਾ ਪੀਣਾ 3 ਲੀਟਰ ਅਡਲਟ ਬੰਦਾ ਜਿਹੜਾ ਜਿਹੜਾ 16 ਸਾਲ ਤੋਂ ਉੱਪਰ ਹੈ ਉਹਦੇ ਅੰਦਰ 3 ਲੀਟਰ ਪਾਣੀ ਜੇ ਤੁਸੀਂ ਭੇਜਦੇ ਰਹੋਗੇ ਤੇ ਚਾਂਸਸ ਨੇ ਕਿ ਉਹਨੂੰ ਡੈਂਗੂ ਨਾਲ ਨੁਕਸਾਨ ਨਹੀਂ ਹੋਏਗਾ ਪਲੇਟ ਰਾਡ ਜਿੰਨੇ ਮਰਜ਼ੀ ਕਰ ਜਾ ਪਹਿਲੀ ਗੱਲ ਇਹ ਬੜਾ ਸੁੱਕਾ ਹੈ ਤਾਂ ਜੀ ਉਪਰਾਲਾ ਹੈਗਾ ਇੰਨਾ ਕੀ ਕਰਨਾ ਵਾਰ-ਵਾਰ ਗਲਾਸ ਕੋਲ ਰੱਖੋ ਕਾਪੀ ਲੈ ਲਓ ਲਿਖੀ ਜਾ ਵੀ ਕਿੰਨੇ ਗਲਾਸ ਪੀਤੇ ਕੁਝ ਨਹੀਂ ਕਰਨਾ ਵੀ ਅੱਧਾ ਪੀਤਾ ਜਾਂ ਪੂਰਾ ਪੀਤਾ ਉਹਨਾਂ ਉਹਨ ਸਿਗਰਟਸ ਬਾਰ-ਬਾਰ ਪਲਾਉਣਾ ਹੈ। ਲੈ ਲਓ ਆ ਪਾਣੀ ਲੈ ਲਓ ਹੁਣ ਆ ਚਾਹ ਲੈ ਲਓ ਹੁਣ ਆ ਸਕੰਡਰੀ ਲੈ ਲਓ ਹੁਣ ਆ ਇਹਨੂੰ ਪਤਾ ਇਹ ਲੈ ਲਓ ਹੁਣ ਆ ਉਹ ਵਾਲੇ ਸਲ ਲੈ ਲਓ ਹੁਣ ਆ ਖੋਪੇ ਦਾ ਪਾਣੀ ਪੀ ਲਓ ਹੈ ਕੁਛ ਨਾ ਕੁਛ ਕੁਛ ਨਾ ਕੁਛ ਲਈ ਜਾਣਾ ਹੈ। ਸੋ ਜਦ ਤੁਸੀਂ 3 ਲੀਟਰ ਪਾਣੀ ਜਿਹੜਾ ਬੰਦਾ ਪੀਏਗਾ ਉਹਦੇ ਚਾਂਸ ਇਹ ਨੇ ਕਿ ਉਹਨੂੰ ਡੈਂਗੂ ਦੀ ਕੰਪਲਿਕੀਸ਼ਨ ਨਹੀਂ ਹੋਈ। ਠੀਕ ਹੈ ਜੀ। ਸੋ ਅਸੀਂ ਬਚਾ ਲਿਆ ਇਸਨੂੰ। ਜੀ। ਜਦ ਬਾਅਦ ਦੇ ਵਿੱਚ ਉਹ ਜਦ ਪਾਣੀ ਘਟ ਗਿਆ। ਉਹਨੂੰ ਫਿਰ ਅਸੀਂ ਪੀਜੇ ਲਗੇ। ਉਸੇ ਰਾਤ ਤੋਂ ਰਾਤੀ 2 ਲੀਟਰ ਪਾਣੀ ਤਾਂ ਰਾਤ-ਰਾਤੀ ਦੇਣਾ ਪਿਆ। ਉਸੇ ਬੰਦੇ ਨੂੰ ਜਿਹੜਾ ਕਹਿੰਦਾ ਸੀ ਮੈਂ ਬਹੁਤ ਰਾਤ ਨੂੰ 12 ਵਜੇ ਅਸੀਂ ਪਹੁੰਚਿਆ ਸਵੇਰੇ 4 ਵਜੇ ਤੱਕ 2 ਲੀਟਰ ਪਾਣੀ ਇੱਕ 1 ਲੀਟਰ ਤਾਂ ਇੱਕ ਘੰਟੇ ਚ ਦੇਣਾ ਪਿਆ ਤੇਜ਼ੀ ਨਾਲ ਤਾਂ ਮੈਂ ਦੱਸਾਂ ਸੋ ਇਸ ਕਰਕੇ ਇੱਕ ਤਾਂ ਇਹ ਗੱਲ ਸਮਝਾ ਕਿ ਇਹ ਤਾਂ ਕੋਈ ਔਖਾ ਕੰਮ ਨਹੀਂ ਤੁਸੀਂ ਗਲੂਕੋਜ਼ ਨਾਲ ਹੀ ਰਹੀਂ ਬੰਦੀ ਹੋ ਜਾ ਮੂੰਹ ਨਹੀਂ ਘੋਣਾ ਲੈ ਲੋ ਜਿਹੜੀ ਮੂੰਹ ਰਹੀਂ ਲਈ ਜਾ ਸਕਦੀ ਹੈ ਨਾਲੇ ਟੀਕਾ ਲੱਗਦਾ ਨਾਲੇ ਟੀਕਾ ਲੱਗਦਾ ਨਾਲੇ ਉਹਦੇ ਰਿਐਕਸ਼ਨ ਹੋਣ ਦਾ ਚਾਂਸ ਹੈ ਮੂੰਹ ਰਹੀਂ ਤਾਂ ਕੋਈ ਰਿਐਕਸ਼ਨ ਨਹੀਂ ਹੋਣਾ ਨਾਲੇ ਮੂੰਹ ਰਹੀਂ ਟੇਸਟ ਕਰੀ ਤਰ੍ਹਾਂ ਦੇ ਨੇ ਤੁਸੀਂ ਜਿਹੜੇ ਮਰਜ਼ੀ ਟੇਸਟ ਕਰ ਲੈਣ ਤੁਸੀਂ ਉਹਦੇ ਵਿੱਚ ਗਲੂਕੋਜ਼ ਪਾ ਲਓ ਗਲੂਕੋਜ਼ ਪਾ ਤੁਸੀਂ ਗਰੂ ਕੋਲ ਪਾ ਲਓ ਨਮਕ ਪਾ ਲਓ ਚੀਨੀ ਪਾ ਲਓ ਮਿੱਠਾ ਥੋੜਾ ਪਾ ਲਓ ਕੁਝ ਵੀ ਪਾ ਲਓ ਨਿੰਬੂ ਪਾ ਲਓ ਹੈ ਨੀ ਸੋ ਇਸ ਕਰਕੇ ਮੈਂ ਕੋਈ ਕੋਈ ਫਲੇਵਰ ਪਾ ਲਓ ਫਲੇਵਰ ਪਾ ਲਓ ਸੋ ਇਸ ਕਰਕੇ ਮੈਂ ਕਹਿੰਦਾ ਵੀ ਪਾਣੀ ਜ਼ਿਆਦਾ ਪੀਓ ਇੱਕ ਗੱਲ ਦੂਜੀ ਗੱਲ ਆਰਾਮ ਕਰਨਾ ਕਿਉਂਕਿ ਸ਼ਰੀਰ ਨੂੰ ਮਸਲ ਨੂੰ ਤੋੜਦਾ ਇਹ ਜੇ ਤੁਸੀਂ ਕੰਮ ਵੀ ਕਰੀਦੇ ਨਾਲ ਤੁਰੇ ਫਿਰਦੇ ਫਿਰ ਇਹ ਇਹ ਗੜ ਬਣਉਂਦੀ ਹੈ ਜੀ ਇੱਕ ਪਾਸੇ ਜਿਵੇਂ ਇੱਕ ਪਾਸੇ ਪਹਿਵੇਂ ਕਸਾ ਬਿਮਾਰੀ ਦਾ ਦੂਜੇ ਕਸ ਤੁਸੀਂ ਕੰਮ ਦਾ ਪਤਾ ਇਹ ਦੂਜਾ ਕੰਮ ਕਰਨਾ ਹੈ ਠੀਕ ਹੈ ਤੀਜਾ ਕੰਮ ਇਹਦੇ ਚ ਰੱਖਣਾ ਮਨ ਨੂੰ ਤਕੜਾ ਰੱਖਣਾ डरना नहीं ठीक है जी जी ये तीन गल्लासी करेंगे मुखारतारी आओ पानी पी जाओ मन ਨੂੰ ਤਕੜਾ ਰੱਖੋ ਤੇ ਆਰਾਮ ਕਰੋ لمبے لمبے ਸਾਹ ਲਓ لمبے لمبے ਸਾਹ ਇਹਦੇ ਨਾਲ ਜਿਹੜੇ 95% ਆਪੇ ਠੀਕ ਹੋ ਨਾਲ 99% ਤੇ ਜਾ ਰਹੇ ਨੇ ਜੀ ਔਰ ਜਿਹੜੇ 95% ਤੋਂ ਕੋਈ ਕੰਪਲਿਕੇਸ਼ਨ ਹੋਣੀ ਸੀ ਉਹ ਬਚ ਜਾਂਦੀ ਹੈ ਬਚ ਜਾਂਦੀ ਸੋ ਇਹ ਸੌਖਾ ਕੰਮ ਹੈ ਕੋਈ ਕੋਈ ਕਰੇ ਡੂ ਕੰਮ ਹੈ ਕੁਝ ਨਹੀਂ ਗੁੜਲਾ ਲਾਚ ਹੈ ਗਰੀਬ ਤੋਂ ਗਰੀਬ ਦੇ ਘਰੇ ਪਾਣੀ ਹੈਗਾ ਪੀਣ ਨੂੰ ਬਿਲਕੁਲ ਜਿਹੋ ਜਿਹਾ ਪਾਣੀ ਉਹ ਪੀਂਦਾ ਉਹੀ ਪੀ ਜਾਵੇ ਪਰਾਸੈਟਮੋਲ ਤਾਂ ਨਾਰਮਲੀ ਆਪਣੇ ਕੈਮਿਸਟ ਪਰਾਸੈਟਮੋਲ ਨਾਰਮਕਾ ਇਸ ਤੋਂ ਜਦ ਮਰਜ਼ੀ ਖਰੀਦ ਲਓ ਜਦ ਮਰਜ਼ੀ ਐਮੀ ਦਾ 10 10 ਰੁਪਏ ਦਾ 8 10 ਰੁਪਏ ਦਾ ਪਤਾ ਆ ਜਾਂਦਾ 15 ਰੁਪਏ ਦਾ ਹੁਣ ਇੱਕ ਗੋਲੀ ਸਵੇਰੇ ਫਖਾਈ ਜੋ ਕੋਈ ਖਾਸ ਗੱਲ ਨਹੀਂ ਸੋ ਇਹ ਕੰਮ ਜਿਹੜੇ ਜਮੇ ਹੀ ਸੋਖੇ ਨੇ ਜਮੇ ਹੀ ਫਰਸਟ ਡੇਟ ਦੇ ਨੇ ਔਰ ਘਰ 'ਚ ਹੋ ਸਕਦੇ ਨੇ ਉਹ ਕਰੋ ਡਾਕਟਰ ਸਾਹਿਬ ਹਸਪਤਾਲ ਜਾਣ ਦੀ ਨੌਬਤ ਕਦੋਂ ਆਉਂਦੀ ਹੈ ਹਾਂ ਹੁਣ ਮੈਂ ਇਸਦੇ ਬਿਲਕੁਲ ਠੀਕਾ ਤੁਹਾਡਾ ਸਵਾਲ ਹੈ ਕਿਉਂਕਿ ਜਿਹੜਾ ਕਾਮਨ ਮੈਨ ਹੈ ਫਿਰ ਉਹ ਕਹਿੰਦਾ ਚੰਗਾ ਜੀ ਮੈਂ ਇਹ ਕਰੀ ਤਾਂ ਜਾਣਾ ਮੈਨੂੰ ਕਿਵੇਂ ਪਤਾ ਲੱਗੇ ਕਿ ਮੈਨੂੰ ਹਸਪਤਾਲ ਜਾਣਾ ਜ਼ਰੂਰੀ ਹੈ ਜੀ ਡਾਕਟਰ ਉਹਦੇ ਵਿੱਚ ਇਹ ਹੈ ਵੀ ਆਮ ਤੌਰ ਤੇ ਟੈਸਟ ਕਰਾਈ ਜਾਂਦੇ ਨੇ ਜੀ ਜਦ ਤੁਹਾਡੀ ਜੇ ਤਾਂ ਹੀਮੋਗਲੋਬਿਨ ਵੱਧ ਆਉਣ ਲੱਗ ਜੇ ਨਾਰਮਲ ਹੀਮੋਗਲੋਬਿਨ ਮਤਲਬ ਖੂਨ ਦੀ ਮਾਤਰਾ ਹਾਂ ਮਾਤਰਾ ਨਹੀਂ ਹੁੰਦੀ ਉਹ ਹੀਮੋਗਲੋਬਿਨ ਬਸ ਹੁੰਦਾ ਹੈ ਹੀਮੋਗਲੋਬਿਨ ਹੀਮੋਗਲੋਬਿਨ ਨਾਰਮਲੀ 13 ਤੋਂ 15 ਦੇ ਵਿਚਾਲੇ ਰਹਿੰਦੀ ਐ ਅਡਲਟ ਮੇਲ ਦੀ 12 ਤੋਂ 14 ਰਹਿੰਦੀ ਐ ਫੀਮੇਲ ਦੀ ਔਰ ਤਾਂ ਦੀ 12 ਤੋਂ 14 ਗ੍ਰਾਮ ਹੁੰਦੀ ਐ ਜੀ ਤੇ ਮਰਦਾਂ ਦੀ 13 ਤੋਂ 15 ਗ੍ਰਾਮ ਹੁੰਦੀ ਹੈ ਖੋਦੀ ਖੋਹ ਚ ਤੇ ਜੇ ਉਹ ਫਰਜ਼ ਕੋ ਜਿਆਦਾ ਹੋ ਗਈ ਤਾਂ ਇਹਦਾ ਮਤਲਬ ਇਹ ਹੈ ਆ ਵੀ ਇਹਨੂੰ ਅਸੀਂ ਹਿਮੋਕਨਸੈਂਟ੍ਰੇਸ਼ਨ ਕਹਿੰਦੇ ਆ ਇਹਦਾ ਮਤਲਬ ਇਹ ਹੈ ਵੀ ਅੰਦਰ ਪਾਣੀ ਘਟਿਆ ਹੋਇਆ ਤੇ ਖੂਨ ਗਾੜਾ ਹੋ ਰਿਹਾ ਜੀ ਰੱਬ ਖੂਨ ਗਾੜਾ ਹੋਏਗਾ ਉਹਦੇ ਗੱਟਲੇ ਬਣਨਗੇ ਫਿਰ ਇੱਕ ਤਾਂ ਇਹ ਗੱਲ ਜਾਣ ਰੱਖਣੀ ਹੈ ਜੀ ਰੱਬ ਸੋ ਜੇ ਹਿਮੋਗਲਣ ਥੋੜੀ ਵਧ ਗਈ ਜਾਂ ਪਲੇਟਲਟ ਘਟ ਰਹੇ ਨੇ ਪਲੇਟਲਟ ਘਟਣ ਤੋਂ ਡਰਨਾ ਨਹੀਂ ਪੜਾ ਠੀਕ ਹੈ ਜੀ ਹਸਪਤਾਲ ਚ ਜਾਣਾ ਹੈ ਹਸਪਤਾਲ ਚ ਆ ਕੁਆਲੀਫਾਈਡ ਡਾਕਟਰ ਕੋਲ ਜਾਣਾ ਹੈ ਜੇ ਤੁਸੀਂ 언ਕੁਆਲੀਫਾਈਡ ਕੋਲ ਜਾਓਗੇ ਉਹਨਾਂ ਨੂੰ ਤੁਹਾਨੂੰ ਸੋਖ ਕੋਈ ਨਹੀਂ ਪਤਾ ਹੀ ਨਹੀਂ ਵੀ ਇਹਦਾ ਨੁਕਸਾਨ ਕੀ ਹੈ ਉਹ ਤਾਂ ਉਹਨੂੰ ਬਾਅਦ ਚ ਪਤਾ ਲੱਗੂਗਾ ਨਾ ਉਹਨੂੰ ਕੀ ਫਰਕ ਪੈਂਦਾ ਜੇ ਮਰੀਜ਼ ਨੂੰ ਕੁਝ ਹੋ ਗਿਆ ਉਹ ਕਹਿੰਦੇ ਜੀ ਮੈਂ ਤਾਂ ਬਹੁਤ ਇਲਾਜ ਕਰੇ ਸੀ ਹੁੰਦੇ ਤਾਂ ਤੁਹਾਡੀ ਕਿਸਮਤ ਸੀ ਕਿਉਂਕਿ ਉਹ ਤਾਂ ਉਹਦਾ ਤਾਂ ਸੋਖ ਹੀ ਕੰਮ ਹੈ ਨਾ ਵੀ ਰੱਬ ਨੇ ਤੁਹਾਡੀ ਇਨੀ ਲਿਖੀ ਸੀ ਜੀ ਐਂਡ ਇਹ ਹਮਸਾਭਤ ਪਾਣਾ ਬਤ ਤੇ ਵੀ ਜੇ ਰੱਬ ਨੇ ਲਿਖੀ ਹੋਈ ਤਾਂ ਆਪਾਂ ਜੀਣਾ ਮੰਨ ਲੋ ਵੀ ਰੱਬ ਨੇ ਲਿਖੀ ਆ ਫਿਰ ਤਾਂ ਹਸਪਤਾਲਾਂ ਦੀ ਲੋੜ ਹੀ ਨਹੀਂ ਫਿਰ ਕਹਾਨੂੰ ਝਗੜਾ ਕਰਦੇ ਆ ਵੀ ਲੋ ਜੀ ਹਸਪਤਾਲ ਖੋਲੋ ਜੀ ਫਲਾਣਾ ਕਰੋ ਜੀ ਫਿਰ ਤਾਂ ਜਿੰਨੀ ਰੱਬ ਨੇ ਲਿਖੀ ਜੇ ਉਹਨੇ ਮਰਨਾ ਤਾਂ ਮਰ ਜਾਣਾ ਜੇ ਬਚਣਾ ਤਾਂ ਬਚ ਜਾਣਾ ਫਿਰ ਹੋਈ ਜਾਵੇ ਕਰੋਨਾ ਹੋਈ ਜਾਵੇ ਮਲੇਰੀਆ ਹੋਈ ਜਾਵੇ ਡੇਂਗੂ ਹੋਈ ਜਾਵੇ ਫਿਰ ਤਾਂ ਕੁਝ ਵੀ ਹੋਈ ਜਾਵੇ ਸੋ ਐ ਨਹੀਂ ਹੈ ਅੱਛਾ ਹਾਂ ਸੋ ਇਸ ਕਰਕੇ ਕੁਆਲੀਫਾਈਡ ਡਾਕਟਰ ਕੋਲ ਜਾਣਾ ਹੈ ਚਾਹੇ ਹਸਪਤਾਲ ਹੋਵੇ ਸਰਕਾਰੀ ਹਸਪਤਾਲਾਂ ਦੇ ਵਿੱਚ ਫਿਰ ਵੀ ਸਾਰਾ ਜਿੰਨਾ ਮਰਜੀ ਮਾਰਾ ਹਾਲਾ ਸਰਕਾਰ ਦੇ ਵਿੱਚ ਕੁਆਲੀਫਾਈਡ ਡਾਕਟਰ ਤਾਂ ਲੱਗਿਆ ਨਾ ਘਟੂ ਘਟ ਕੁਆਲੀਫਾਈਡ ਉਹ ਤੁਹਾਨੂੰ ਰਾਏ ਤਾਂ ਠੀਕ ਦੇ ਦੂਗਾ ਬਿਲਕੁਲ ਹੋਰ ਕੁਝ ਨਾ ਕਰੇ ਕੋਈ ਦਵਾਈ ਨਾ ਦੇਵੇ ਰਾਏ ਤਾਂ ਠੀਕ ਦੇ ਦੂਗਾ ਸੋ ਇੱਕ ਤਾਂ ਕੁਆਲੀਫਾਈਡ ਡਾਕਟਰ ਕੋਲ ਸਰਕਾਰੀ ਹਸਪਤਾਲ ਚ ਜਾਓ ਐਲੋਪੈਥੀ ਠੀਕ ਹੈ ਮਾਡਰਨ ਮੈਡੀਸਿਨ ਜੀ ਕਿਉਂਕਿ ਜੇਸੀ ਦੇ ਵਿੱਚ ਗੜਬੜ ਹੋ ਰਹੀ ਹੈ ਸਾਰੀ ਉਹ ਕਲੇਮ ਕਰਦੇ ਨੇ ਕਿ ਮਤਲਬ ਦੇਸੀ ਨੁਕਸੇ ਨਾ ਬਣਾਓ ਵੀ ਬੱਕਰੀ ਦਾ ਦੁੱਧ ਪੀ ਲਿਆ ਹੁਣ ਇੱਥੇ ਪੰਜਾਬ 'ਚ ਆਪਣੇ ਬੱਕਰੀ ਦੇ ਦੁੱਧ ਅੱਜ ਦੇ ਕੇਸ ਅਸੀਂ ਜੇ ਨਿਗਾਹ ਮਾਰੀਏ ਤਾਂ ਰੋਜ਼ ਦੁੱਗਣਾ ਵਾਧਾ ਹੋ ਰਿਹਾ ਹੈ ਲਗਾਤਾਰ ਹਾਂ ਤੇ 100-100 ਰੁਪਏ ਕਿਲੋ ਲੀਟਰ ਵਿਕਦਾ ਦੋ-ਦੋ 400 ਰੁਪਏ ਬੱਕਰੀਆਂ ਨਹੀਂ ਲੱਭਦੀਆਂ ਜਿਹੜੇ ਜ ਮਤਲਬ ਹੁਣ ਕਹਿੰਦੇ ਆ ਵੀ ਬੱਕਰੀ ਕਿੱਥੇ ਆ ਭਾਈ ਕਿੱਥੋਂ ਮਿੰਗਣਾ ਕਿੱਥੋਂ ਭਾ ਦੇ ਭਾ ਦੇ ਦੋਸੇ ਇਹ ਕਿਧਰੋਂ ਮਤਲਬ ਇਹ ਜਿਹੜੀ ਜਿਹੜੀ ਜਿਹੜਾ ਜੀ ਲੋਕਾਂ ਦੇ ਵਿੱਚ ਅੰਧਵਿਸ਼ਵਾਸ ਆ ਹਾਂਜੀ ਇਹ ਪੈਦਾ ਕਰਦੇ ਨੇ ਦੇਸੀ ਨੁਕਸੇ ਵਾਲੇ ਲੋਕ ਨਹੀਂ ਇਹ ਸਰਕਾਰ ਨਹੀਂ ਪਤਾ ਕਰ ਸਰਕਾਰ ਚਾਹੁੰਦੀ ਹੈ ਕਿ ਲੋਕ ਵਿਗਿਆਨਕ ਸੋਚ ਵਾਲੇ ਬਣ ਨਹੀਂ ਨਾ ਕਿਉਂਕਿ ਜੇ ਵਿਗਿਆਨਕ ਸੋਚ ਹੋਏਗੀ ਉਹਦੀ ਜੀ ਉਹ ਕੱਦਾਂ ਐਂ ਤਾਂ ਨਹੀਂ ਵੀ ਕੋਈ ਸਾਇੰਸ ਪੜ ਨਹੀਂ ਆਉਨੇ ਵਿਗਿਆਨ ਸੋਚੇ ਸੋਚੂ ਮੈਂ ਗਰੀਬ ਕਿਉਂ ਆ ਮੈਨੂੰ ਨੌਕਰੀ ਕਿਉਂ ਨਹੀਂ ਮਿਲਦੀ ਮੈਨੂੰ ਰੁਜ਼ਗਾਰ ਕਿਉਂ ਨਹੀਂ ਮਿਲਦਾ ਇੱਥੇ ਭ੍ਰਸਤਾਚਾਰ ਕਿਉਂ ਹੈ ਜੀ ਇੱਥੇ ਇੰਨਾ ਗੰਦ ਕਿਉਂ ਹੈ ਹਸਪਤਾਲਾਂ 'ਚ ਸਾਡਾ ਇਲਾਜ ਕਿਉਂ ਨਹੀਂ ਹੁੰਦਾ ਆਹ ਨੇਤਾ ਕੀ ਕਰੀ ਜਾਂਦੇ ਨੇ ਅਫਸਰशाही ਕੀ ਕਰਦੇ ਉਹ ਸਵਾਲ ਕਰੇਗਾ ਸਵਾਲ ਕਰੇਗਾ ਵਿਗਿਆਨਕ ਸੋਚ ਬੰਦੇ ਨੂੰ ਸਵਾਲ ਕਰਨਾ ਆਉਂਦੀ ਹੈ ਜਿਹੜਾ ਅੰਧਵਿਸ਼ਵਾਸ ਹੈ ਉਹ ਸਵਾਲ ਕੰਮ ਤੋਂ ਰੋਕਦਾ ਹੈ ਬਿਨਾਂ ਵਿਸ਼ਵਾਸ ਕਰੋ ਬਸ ਵਿਸ਼ਵਾਸ ਦੇ ਰਹੋ ਹੋਰ ਕੁਝ ਨਹੀਂ ਤੁਹਾਡੀ ਕਿਸਮਤ ਤੁਹਾਡੀ ਕਿਸਮਤ ਚੰਗੀ ਹੈ ਤੁਸੀਂ ਠੀਕ ਹੋ ਜਾਓਗੇ ਜੇ ਅਮਬਾਨੀ ਦਾ ਨੀ ਕੋਲੇ ਦੌਲਤਾਂ ਦੇ ਮਾਰ ਲਾਗੇ ਕੋਰੋਨਾ ਦੇ ਦੌਰਾਨ ਉਹ ਕਹਿੰਦੇ ਉਹਨਾਂ ਦੀ ਕਿਸਮਤ ਚੰਗੀ ਸੀ ਆਮ ਲੋਕਾਂ ਦਾ ਰੁਜ਼ਗਾਰ ਵੀ ਚਲੇ ਗਿਆ ਉਹ ਕਹਿੰਦੇ ਤੁਹਾਡੀ ਕਿਸਮਤ ਵਾੜੀ ਸੀ ਸੋ ਇਹ ਸੌਖਾ ਤਰੀਕਾ ਹੈ ਕਿਸੇ ਦਾ ਵੀ ਨੁਕਸਾਨ ਕਰਕੇ ਉਹਨੂੰ ਕਿਸਮਤ ਦੇ ਖਾਤੇ ਪਾ ਦੇਣਾ ਉਹਨੂੰ ਰੱਬ ਦੇ ਖਾਤੇ ਪਾ ਦੇਣਾ ਇਹਦੂ ਸੌਖਾ ਢੰਗ ਕੋਈ ਹੈ ਹੀ ਨਹੀਂ ਕੋਈ ਨਹੀਂ ਸਕਦਾ ਆ ਲੋਕ ਸਾਰੇ ਮੰਨ ਲੈਂਦੇ ਨੇ ਵੀ ਹਾਂ ਯਾਰ ਇਹ ਤਾਂ ਸਾਡੀ ਕਿਸਮਤ ਹੀ ਹੈ ਜੀ ਸੀ ਇਹ ਠੀਕ ਹੈ ਜਦ ਤੁਹਾਡੀ ਬਿੱਤੋਂ ਬਾਹਰ ਹੋ ਜੇ ਕਈ ਵਾਰ ਐਕਸੀਡੈਂਟ ਹੋ ਜਾਂਦਾ ਹੈ ਡੈਥ ਹੋ ਜਾਂਦੀ ਹੈ ਉਦੋਂ ਬ ਕੋਈ ਨਾ ਵੀ ਚਲੋ ਪਾਣਾ ਮੰਨੋ ਜਿਹੜਾ ਪਾਣਾ ਮੰਨਣਾ ਹੈ ਉਸ ਗੱਲ ਤੇ ਮੰਨੋ ਜਦ ਤੁਹਾਡੇ ਬਿੱਤੋਂ ਬਾਹਰ ਹੈ ਜਿਹੜਾ ਚ ਤੁਹਾਡੇ ਵਿੱਚ ਪ੍ਰਸਾਰਥ ਕਰਨਾ ਤਾਂ ਕੋਈ ਪਰਮਾਤਮਾ ਨਹੀਂ ਤੁਹਾਨੂੰ ਕਹਿੰਦਾ ਵੀ ਪ੍ਰਸਾਰਥ ਨਾ ਕਰੋ ਬੰਦਨ ਦੇ ਨਹੀਂ ਆਪਰੇਟ ਕਰਦਾ ਉਹ ਵੀ ਦੇ ਪਾਏਗੀ ਸੋ ਇਹ ਹੁਣ ਜਿਹੜੇ ਤੁਸੀਂ ਦੂਜਾ ਸਵਾਲ ਪੁੱਛਿਆ ਸੀ ਕਰ ਜਾਵੇ ਹਸਤਾ ਹਾਂਜੀ ਜੀ ਰੋ ਮਤਲਬ ਜੇ ਉਹ ਇੱਕ ਤਾਂ ਆਕਸੀਜਨ ਹੋ ਵਧ ਗਈ ਹੀਮੋਗਲੋਬਿਨ 18 ਹੋ ਗਈ 19 ਹੋ ਗਈ ਜੀ ਦਾ ਮਤਲਬ ਉਹਦੇ ਅੰਦਰ ਪਾਣੀ ਦੀ ਘਾਟ ਹੋਈ ਹੋਈ ਹੈ ਉਹ ਫਿਰ ਹੋਰ ਵੀ ਨਹੀਂ ਪੂਰੀ ਹੁੰਦੀ ਕਈ ਵਾਰੀ ਜੀ ਡਾਕਟਰ ਦੂਜਾ ਉਹਦੇ ਪਲੇਟਲੇਟ ਜੀ ਮੈਂ ਕਹਾਂਗਾ ਵੀ 30000 ਤੋਂ ਘੱਟ ਛਾਣ ਫਿਰ ਉਹ ਡਾਕਟਰ ਦੀ ਸਲਾਹ ਜ਼ਰੂਰ ਲਵੇ ਠੀਕ ਹੈ ਜੀ 30000 ਤੱਕ ਬਹੁਤਾ ਬਾਦਰ ਕਰਨ ਦੀ ਲੋੜ ਨਹੀਂ ਹੈ ਜੀ ਇਸੇ ਤਰ੍ਹਾਂ ਜਦੋਂ ਡਾਕਟਰ ਦੀ ਸਲਾਹ ਲਈਦੀ ਉਦੋਂ ਫਿਰ ਐ ਨਹੀਂ ਕਰਨਾ ਵੀ ਹੁਣ ਜੀ ਆਹ ਵੀ ਕਰ ਦੋ ਆਹ ਵੀ ਕਰ ਦੋ ਕੋਈ ਗੱਲ ਨਹੀਂ ਕੁਝ ਨਹੀਂ ਹੁੰਦਾ ਕਿਉਂਕਿ ਜਿਹੜੀ ਅਸੀਂ ਦਵਾਈਆਂ ਦਿੰਨੇ ਆ ਕਈ ਵਾਰ ਉਹ ਨਾਦਰ ਰੈਕਸ਼ਨ ਵੀ ਖਰਾਬ ਕਰਦਾ ਦੀ ਬੋਡੀ ਤੇ 10000 ਦੇ ਪਲੇਟ ਡਟ ਰਹੇ ਸੀ 15000 ਤੇ ਪਹਿਲਾਂ ਲਾ ਦਿੰਦੇ ਸੀ ਉਹ ਰਿਐਕਸ਼ਨ ਹੁੰਦਾ ਸੀ ਨੁਕਸਾਨ ਹੁੰਦੇ ਸੀ ਫੇਰ ਆਗੇ ਅਸੀਂ ਵੀ ਨਹੀਂ 10000 ਤੋਂ ਪਹਿਲਾਂ ਨਹੀਂ ਲਾਉਣੇ ਹੁਣ 10000 ਤੇ ਵੀ ਲਾ ਕੇ ਦੇਖਿਆ ਹੈ ਕਈਆਂ ਦੇ ਵੀ ਰਿਐਕਸ਼ਨ ਹੋ ਜਾਂਦਾ ਤੁਸੀਂ ਮਰੀਜ਼ ਨੂੰ ਰਿਐਕਸ਼ਨ ਨਾਲ ਥੋੜੋ ਮਾਰਨਾ ਸੋਇਸ ਕਰਕੇ ਪਲੇਟ ਨਾਲ ਸਾਨੂੰ ਪਤਾ ਵੀ ਨਹੀਂ ਮਰਨ ਦੇ ਰਾ ਸੀ ਇਹਨੂੰ ਜੇ ਲੋੜ ਪੋਗੀ ਲਾ ਲਾਂਗੇ ਸੋ ਜੇ ਤਾਂ ਉਹਦੇ ਖੂਨ ਵਗਦਾ ਜਿਵੇਂ ਇੱਥੇ ਧੱਬੀਏ ਹੋ ਗਏ ਖੱਚੀ ਚ ਖੂਨ ਆਉਣ ਲੱਗ ਗਿਆ ਟੱਟੀ ਕਾਲੀ ਆਉਣ ਲੱਗੀ ਉਲਟੀ ਜਖੂਨ ਆਉਣ ਲੱਗਾ ਇਹ ਨਿਸ਼ਾਨੀਆਂ ਨੇ ਕਿ ਉਹਨੂੰ ਹਸਪਤਾਲ ਜਾਣਾ ਜ਼ਰੂਰੀ ਹੈ ਜਦੋਂ ਜਦੋਂ ਮਤਲਬ ਇਹ ਨਿਸ਼ਾਨੀਆਂ ਹੋਣ ਚਾਹੇ ਉਹ ਤੱਬੇ ਕਾਲੇ ਹੋਣ ਹਾਂ ਬੋਡੀ ਦੇ ਉੱਤੇ ਸਰੀਰ ਦੇ ਉੱਤੇ ਜਾਂ ਉਹਨਾਂ ਨੂੰ ਲਾਲ ਲਾਲ ਤੱਬੇ ਲਾਲ ਤੱਬੇ ਦਾਣੇ ਦਾਣੇ ਹਾਂ ਰੈਸ਼ ਹਾਂ ਰੈਸ਼ ਇਹ ਕਿਹਦਾ ਰੈਸ਼ ਹੁੰਦੇ ਨੇ ਦਾਣੇ ਦਾਣੇ ਬਣ ਜਾਂਦੇ ਆਏ ਜਿਵੇਂ ਪਿੱਲ ਕਰ ਜਿਨੀ ਕਰੋ ਲਾਲ ਲਾਲ ਮਤਲਬ ਮੋٹے ਮੋٹے ਜੇ ਹਾਂ ਬਹੁਤ ਬਾਰੀਕ ਮੋਟ ਉਬਲੇ ਹੋਏ ਪਿਤ ਜੀ ਜਿਹਨੂੰ ਕਹਿੰਦੇ ਪਿਤ ਵਰਗੇ ਪੰਜਾਬੀ ਚ ਆਪਣੇ ਪੰਜਾਬੀ ਕਹਿੰਦੇ ਪਿਤ ਜਿਆਦਾ ਹੁੰਦੀ ਹੈ ਇਹ ਥੋੜੇ ਹੋਣਗੇ ਬਸ ਥੋੜੇ ਹੁੰਦੇ ਇਹ ਲਾਲ ਥੋੜੀ ਹਾਂ ਉਹ ਹੀ ਪਿਤ ਵਰਗੇ ਬਸ ਜੀ ਇਹ ਸਹੀ ਗੱਲ ਹੈ ਪਿਤ ਵਰਗੇ ਹੋਣਗੇ ਪਰ ਗਿਣਤੀ ਬਹੁਤ ਥੋੜੀ ਹੋ ਉਨੀ ਨਹੀਂ ਹੋਣੀ ਜਿੰਨੀ ਪਿਤ ਚ ਹੁੰਦੀ ਹੈ ਤੇ ਉਦੋਂ ਥੋੜੇ ਜਿਹਾ ਮੋਟੇ ਹੋਣਗੇ ਪਿਤ ਨਾਲ ਜੀ ਡਾਕਟਰ ਸਾਹਿਬ ਸੋ ਇੱਕ ਤਾਂ ਇਹ ਹੁਣ ਜੇ ਤਾਂ ਫਿਰ ਜਾਣਾ ਹੈ ਇਹਦਾ ਮਤਲਬ ਖੂਨ ਬਗ ਰਿਹਾ ਅੰਦਰ ਦੂਜਾ ਪਲੇਟਲੇਟ ਜੇ 30000 ਤੋਂ ਘਟ ਕੇ ਤਾਂ ਵੀ ਜਾਣਾ ਹੈ ਡਾਕਟਰ ਕੋ 50000 ਤੋਂ ਕੱਠੀ ਵਿੱਚ ਡਰ ਜਾਨ ਮੈਨੂੰ ਕੋਈ ਤਰਾਜ ਨਹੀਂ ਆ ਜੀ ਡਾਕਟਰ ਸਾਹਿਬ ਪਰ ਕਬੜਾਉਣਾ ਨਹੀਂ ਤੇ ਤੀਜੀ ਗੱਲ ਜੇ ਖੂਨ ਦੀ ਉਲਟੀ ਆਉਂਦੀ ਹੈ ਜਾਂ ਖਾਂਸੀ ਚ ਖੂਨ ਆਉਂਦਾ ਜੀ ਥੁੱਕ ਚ ਖੂਨ ਆਉਂਦਾ ਯਾਨੀ ਜਾਂ ਚੱਟੀ ਕਾਲੀ ਆਉਂਦੀ ਹੈ ਜਾਂ ਚੱਟੀ ਚ ਖੂਨ ਆਉਂਦਾ ਸਿੱਧਾ ਹੀ ਜਾਂ ਪਿਸ਼ਾਬ ਚ ਖੂਨ ਆਉਂਦਾ ਤਾਂ ਵੀ ਜੀ ਡਾਕਟਰ ਸਾਹਿਬ ਜਾਣਾ ਜ਼ਰੂਰੀ ਹਸਪਤਾਲ ਚ ਐ ਦੂਜੀ ਨਿਸ਼ਾਨੀ ਹੈ ਠੀਕ ਹੈ ਤੀਜੀ ਨਿਸ਼ਾਨੀ ਇਹ ਹੈ ਵੀ 10300 ਬੁਖਾਰ ਵਧ ਗਿਆ ਇਕਸਾ ਟੈਂਟ ਬਾ ਦੇ ਕੇ ਹਾਂ ਉਹਨਾਂ ਅਸੀਂ ਹਾਈਪਰਪਰੋਕਸੀਗਨ ਫਿਰ ਹਸਪਤਾਲ ਜਾਣਾ ਠੀਕ ਹੈ ਸੋ ਇਹ ਤਿੰਨ ਚਾਰ ਚੀਜ਼ਾਂ ਨੇ ਜਿੰਨਾ ਚਿਰ ਇਸ ਤੋਂ ਅੱਗੇ ਕਿ ਸਾਹ ਉਹ ਖਾਣ ਲੱਗਿਆ ਜੇ ਸਾਹ ਉਹ ਖਾਣ ਲੱਗਿਆ ਤਾਂ ਵੀ ਜਾਣਾ ਹੈ ਠੀਕ ਹੈ ਇਹ ਤਾਂ ਹੋ ਗਿਆ ਆਮ ਮਰੀਜ਼ਾਂ ਵਾਸਤੇ ਪਰ ਇੱਕ ਹੋਰ ਕੈਟਾਗਰੀ ਅਮਰੀਜ਼ਾਂ ਦੀ ਜਿਨ੍ਹਾਂ ਨੂੰ ਇਹਨਾਂ ਤੋਂ ਜਲਦੀ ਦਿਖਾਣਾ ਜ਼ਰੂਰੀ ਹੈ ਹਸਪਤਾਲ ਜੀ ਡਾਕਟਰ ਸਾਹਿਬ ਜਿਹੜੇ ਬੱਚੇ ਨੇ 14 ਸਾਲ ਤੋਂ ਘੱਟ ਦੀ ਉਮਰ ਦੇ ਜੀ ਉਹਨਾਂ ਨੂੰ ਜਿਹੜੇ ਬਜ਼ੁਰਗ ਨੇ 60 ਸਾਲ ਤੋਂ ਉੱਪਰ ਦੀ ਉਮਰ ਦੇ ਜਾਂ ਜਿਨ੍ਹਾਂ ਨੂੰ ਕੋਈ ਹੋਰ ਬਿਮਾਰੀ ਆ ਡਾਇਬੀਟਿਸ ਆ ਸ਼ੂਗਰ ਦੀ ਬਿਮਾਰੀ ਆ ਜਾਂ ਬਲੱਡ ਪ੍ਰੈਸ਼ਰ ਆ ਜਾਂ ਆਠ ਦੀ ਬਿਮਾਰੀ ਆ ਜਾਂ ਸਾਹ ਦੀ ਬਿਮਾਰੀ ਆ ਜਾਂ ਜਿਗਰ ਦੀ ਬਿਮਾਰੀ ਆ ਗੁਰਜਨ ਦੀ ਬਿਮਾਰੀ ਆ ਉਹਨਾਂ ਨੂੰ ਜੀ ਕਿ ਜਾਂ ਜਿਹੜੀਆਂ ਔਰਤਾਂ ਦੇ ਬੱਚਾ ਹੋਣਾ ਹੋਵੇ ਠੀਕ ਹੈ ਜੀ ਗਰਭਤੀ ਔਰਤਾਂ ਗਰਭਤੀ ਔਰਤਾਂ ਨੂੰ ਜੀ ਇਹ ਚਾਰ ਕੈਟਾਗਰੀਆਂ ਨੂੰ ਅਸੀਂ ਸਮਝਿਆ ਜਿਆਦਾ ਖਤਰਾ ਹੁੰਦਾ ਹੈ ਇਸ ਕਰਕੇ ਇਹਨਾਂ ਨੂੰ ਥੋੜਾ ਪਹਿਲਾਂ ਦਿਖਾ ਲੈਣਾ ਚਾਹੀਦਾ ਜੀ ਮਾਲੋ 103 ਤੋਂ ਬੁਖਾਰ ਜੇ 103 ਤੋਂ ਬੁਖਾਰ ਹੋਈ ਜਾਵੇ ਜੀ ਇਹ ਬੁਖਾਰ ਕਰਦਾ ਹੈ ਫਿਰ ਕੋਈ ਗੱਲ ਨਹੀਂ ਜੀ ਇਹ ਬੁਖਾਰ ਦੇ ਨਾਲ ਮਮਲੀ ਵੀ ਉਲਟੀ ਲੱਗੀ ਫਿਰ ਉਹਨਾਂ ਨੂੰ ਜਲਦੀ ਲਾਈਓ ਦੂਜੇ ਨੂੰ ਮਰੀ ਮੋਟੀ ਉਲਟੀ ਲੱਗੀ ਸਰ ਸਕਦਾ ਹੈ ਠੀਕ ਹੋ ਗਿਆ ਜੀ ਸੋ ਇਹ ਆਪਾਂ ਨੇ ਨਿਸ਼ਾਨੀਆਂ ਰੱਖਣੀਆਂ ਨੇ ਕਿ ਜਿਹੜੇ ਬਿਲਕੁਲ ਕੋਈ ਹੋਰ ਤਕਲੀਫ ਨਹੀਂ ਹੈ ਨੌਜਵਾਨ ਨੇ 14 ਸਾਲ ਤੋਂ 60 ਸਾਲ ਤੱਕ ਦੀ ਉਮਰ ਦੇ ਨੇ ਇੱਕ ਅੱਧੀ ਉਲਟੀ ਆ ਗਈ ਕੋਈ ਗੱਲ ਨਹੀਂ ਹੈ ਉਹਨਾਂ ਨੂੰ ਸਿਰਫ ਉਦੋਂ ਹਸਪਤਾਲ ਲੈ ਕੇ ਜਾਣਾ ਹੈ ਜਦ ਉਹਨਾਂ ਦੇ ਖੂਨ ਵਗਣ ਦੀਆਂ ਨਿਸ਼ਾਨੀਆਂ ਹੋਣ ਜਿਹੜੀਆਂ ਮੈਂ ਦੱਸੀਆਂ ਨੇ ਕੀ ਟਕਟਿਚ ਖੂਨ ਆਉਂਦਾ ਚਾ ਕਾਲੀ ਆਉਂਦੀ ਹੈ ਚਾ ਡਾਲ ਆਉਂਦੀ ਹੈ ਜੀ ਡਾਕਟਰ ਸਾਹਿਬ ਉਲਟੀ ਚ ਖੂਨ ਆਉਂਦਾ ਥੁੱਕ ਚ ਖੂਨ ਆਉਂਦਾ ਜਾਂ ਖੂਨ ਦੇ ੱੱਬੇ ਪੈਣੇ ਸ਼ੁਰੂ ਹੋ ਗਏ ਇਹਨਾਂ ਚੀਜ਼ਾਂ ਤੋਂ ਪਰ ਮਤਲਬ ਹੈ ਜਾਂ ਫਿਰ ਉਹਨਾਂ ਨੂੰ ਸਾਹ ਚੜਨ ਲੱਗਿਆ ਜੀ ਡਾਕਟਰ ਸਾਹਿਬ ਇਹਦਾ ਮਤਲਬ ਛਾਤੀ 'ਚ ਕੋਈ ਨੁਕਸ ਪੈ ਗਿਆ ਸੋ ਉਹਨਾਂ ਚੋਂ ਉਹਨਾਂ ਨੂੰ ਲਿਜਾਣ ਦੀ ਲੋੜ ਨਹੀਂ ਹੈ ਪਰ ਜਿਹੜੇ ਹੈਗੇ ਨੇ ਬੱਚੇ ਨੇ 14 ਸਾਲ ਤੋਂ ਘੱਟ ਦੇ ਜੀ ਜਿਹੜੇ ਗਰਭਤੀ ਔਰਤਾਂ ਨੇ ਜਿਹੜੇ 60 ਸਾਲ ਤੋਂ ਵੱਧ ਦੀ ਉਮਰ ਦੇ ਨੇ ਜਾਂ ਜਿਨ੍ਹਾਂ ਨੂੰ ਕੋਈ ਹੋਰ ਬਿਮਾਰੀ ਹੈ ਉਹਨਾਂ ਨੂੰ ਅਸੀਂ ਜਦ ਪਲੇਟ ਲਟ ਇਵਨ 1 ਲੱਖ ਜੇ ਰਹਿ ਗਏ ਤਾਂ ਲੈ ਜਾਣਾ ਚਾਹੀਦਾ 103 ਨਾ ਬੁਖਾਰ ਜੀ 3 4 5 ਦਿਨ ਨਹੀਂ ਟੁੱਟਦਾ ਫਿਰ ਵੀ ਲੈ ਜਾਣਾ ਚਾਹੀਦਾ ਜੀ ਡਾਕਟਰ ਸਾਹਿਬ 3 ਦਿਨ ਤੋਂ ਬਾਅਦ ਜੇ 103 ਹੀ ਰਹਿੰਦਾ ਨਾਰਮਲੀ ਘਟ ਜਾਣਾ ਚਾਹੀਦਾ ਜੇ 103 ਹੀ ਰਹਿੰਦਾ ਫਿਰ ਵੀ ਉਹਨਾਂ ਨੂੰ ਲੈ ਜਾਣਾ ਚਾਹੀਦਾ ਪਰ ਨੌਜਾਨਾਂ ਨੂੰ ਜਾਂਦੀ ਕੋਈ ਲੋੜ ਨਹੀਂ 103 ਤੇ ਵੀ 3 4 5 ਦਿਨ ਬੰਦਰ ਠੀਕ ਹੈ ਇੱਕ ਆਪਣ ਨੂੰ ਇਹ ਯਾਦ ਰੱਖਣਾ ਚਾਹੀਦਾ ਹੈ ਵੀ ਤੀਜੇ ਦਿਨ ਤੋਂ ਲੈ ਕੇ ਪੰਜਵੇਂ ਦਿਨ ਐ ਗੱਲ ਜਿਹੜੀ ਹਰੇਕ ਬੰਦੇ ਨੂੰ ਇਹ ਤਾਂ ਸਮਝ ਸਕਦਾ ਨਾ ਬੰਦਾ ਜੀ ਜੀ ਵੀ ਤੀਜੇ ਤੋਂ ਪੰਜਵੇਂ ਦਿਨ ਬੜਾ ਖਤਰਨਾਕ ਹੁੰਦਾ ਇਹਦੇ ਵਿੱਚ ਮਤਲਬ ਪਹਿਲੇ ਮਤਲਬ ਤੀਜੇ ਤੋਂ ਪੰਜਵੇਂ ਹਾਂ ਪਹਿਲੇ 2 ਦਿਨ ਠੀਕ ਪਹਿਲੇ 2 ਦਿਨ ਕੋਈ ਗੱਲ ਨਹੀਂ ਜੋ ਮਰਜ਼ੀ ਹੋਈ ਜਾਵੇ ਤੀਜੇ ਦਿਨ ਜੇ ਗੱਲਾਂ ਚ ਕੋਈ ਲਾਮਤ ਸ਼ੁਰੂ ਹੁੰਦੀ ਹੈ ਫਿਰ ਤੁਰੰਤ ਡਾਕਟਰ ਕੋਲ ਲੈ ਜਾਓ ਠੀਕ ਹੈ ਜੀ ਪੰਜਵੇਂ ਦਿਨ ਤੋਂ ਬਾਅਦ ਹੁੰਦੀ ਆ ਕੋਈ ਏਡੀ ਵੱਡੀ ਗੱਲ ਨਹੀਂ ਹੁੰਦੀ ਕਿਉਂਕਿ 3 ਤੇ 5 ਦਿਨ ਖਤਰੇ ਦੇ ਅਸੀਂ ਮੰਨਦੇ ਆ ਉਹ ਕੋਈ ਅਸੀਂ ਨਹੀਂ ਮੰਨਦੇ ਵਿਗਿਆਨਕ ਤੌਰ ਤੇ ਸਾਡੇ ਕੋਲ ਸਬੂਤ ਨਹੀਂ ਜੀ ਡਾਕਟਰ ਜੇ 5 ਤੋਂ 7 ਦਿਨਾਂ ਚ ਬੰਦਾ ਠੀਕ ਹੋ ਜਾਂਦਾ ਹੈ ਕਈ 10 ਦਿਨਾਂ ਚ ਠੀਕ ਹੋ ਜਾਂਦਾ ਹੈ। ਤਾਂ ਆ ਆਪਣੇ ਕੋਲ ਹੈ ਕਿ ਡੈਂਗੂ ਨੂੰ ਆਪਾਂ ਕਿਵੇਂ ਟੈਕਲ ਕਰਨਾ ਹੈ। ਹੁਣ ਹਸਪਤਾਲਾਂ ਦੀ ਕੀ ਪ੍ਰੋਬਲਮ ਹੈ? ਹੱਦੇ ਕੋਲ ਕੀ ਸਮੱਸਿਆ ਹੈ? ਜੀ ਡਾਕਟਰ ਸਾਡੀ ਸਮੱਸਿਆ ਇਹ ਹੈ ਕਿ ਸਰਕਾਰ ਨੇ 1980 ਤੋਂ ਲੈ ਕੇ ਪੰਜਾਬ ਸਰਕਾਰ ਨੇ ਗਿਣਤੀ ਬੈੱਡ ਦੀ ਵਧਾਈ ਨਹੀਂ ਘਟਾਈ ਹੈ। ਅੱਜ ਤੱਕ ਅੱਜ ਤੱਕ ਚਾਹੇ ਕੋਰੋਨਾ ਜਾਲ ਹੁੰਦਾ ਸੀ ਹੁਣ 18000 ਆ ਰਹਿ ਗਿਆ। ਇਹਨਾਂ ਦੇ ਆਪਦੇ ਕਾਗਜਾਂ ਮਤਲਬ ਪੂਰੇ ਪੰਜਾਬ ਦੇ ਵਿੱਚ ਸਰਕਾਰੀ ਹਸਪਤਾਲਾਂ ਦੇ ਵਿੱਚ 18000 ਹੀ ਬੈੱਡ ਹੈ ਜੋ ਕਿ ਜਨਸੰਖਿਆ ਸਾਡੀ ਜੇ ਅਸੀਂ ਦੇਖੀ 3 ਕਰੋੜ ਲੋਕਾਂ ਲਈ 18000 ਬੈੱਡ 18000 ਬੈੱਡ ਉਹ 18000 ਤੋਂ 24 ਅਸਲੀ ਬੈੱਡ ਕਾਗਜ਼ਾਂ ਦਾ ਹੈ ਜੀ ਡਾਕਟਰ ਸਾਹਿਬ ਅਸਲੀ ਬੈੱਡ 10000 ਹੈ ਮਤਲਬ 8 ਤਾਂ ਹਵਾ 'ਚ ਹੀ ਹੈ ਹਾਂ ਮੈਂ ਦੱਸਦਾ ਕਿਵੇਂ ਠੀਕ ਹੈ ਜੀ ਉਹ ਕੀ ਹੈ ਇਹਨਾਂ ਕੋਲ 12-1300 ਡਿਸਪੈਂਸਰੀ ਹੈ ਉਹ ਚ ਕਹਿ ਰੱਖਿਆ ਵੀ 4-400 ਬੈੱਡ ਹੈ 5000 ਤੋਂ ਹੋ ਹੀ ਗਿਆ ਉੜ ਗਿਆ ਆਈ ਨਹੀਂ ਬੈੱਡ ਤਾਂ ਫਿਰ ਇਹਨਾਂ ਨੇ ਕਹੀ ਹਸਾਲ ਕਹਿੰਦੇ ਇੱਤੀ-ਇੱਤੀ ਬੈੱਡ ਦੇਵੇ ਜਿੰਦੇ ਹਸਤਾਲੇ ਹੋ 151 ਜੀ ਉਹਨਾਂ ਚ ਕਿਸੇ 6 ਨੇ ਕਿਸੇ 8 ਨੇ ਕਿਸੇ 12 ਨੇ ਬਹੁਤ ਘੱਟ ਨੇ ਜਿੰਨੇ 3 ਇਦਾਂ ਹੀ ਆ ਮੁਹੱਲੀ ਆ ਜੀ ਇੱਥੇ 200 ਬੈੱਡ ਦਾ ਹਸਤਾਲਾ ਇਹ ਪ੍ਰੈਕਟੀਕਲ ਬੈੱਡ ਆਪ ਹੀ ਲਿਖਿਆ ਹੋਇਆ ਵੀ ਸਾਡੇ ਕੋਲ 200 ਆ ਨਵਾਂ ਸ਼ਹਿਰ ਚ 100 ਬੈੱਡ ਦਾ ਹਸਤਾਲਾ ਵੀ ਆਪ ਹੀ ਵੀ ਕਿਹਾ ਜੀ 60 ਬੈੱਡ ਨੇ ਅੱਥੀ ਉੱਥੇ ਡਾਕਟਰ ਸਾਹਿਬ ਵੀ ਸਾਡਾ ਪੰਜਾਬ ਜਾ ਕਿੱਧਰ ਨੂੰ ਰਿਹਾ ਇਹ ਪੋਲੀਟਿਸ਼ੀਅਨ ਜਿਹੜੇ ਨੇ ਹੂੰ ਇਸਕੇ ਅਸੀਂ ਸਿੱਖਿਆ ਸਿਹਤ ਸੁਧਾਰ ਕਰਦੇ ਆਂਗੇ ਆਪਾਂ ਪਿਛਲੀ ਵਾਰੀ ਸਿੱਖਿਆ ਦੀ ਬੜਚੋਲ ਵੀ ਕੀਤੀ ਹੈ ਸਿਹਤ ਦੀ ਬੜਚੋਲ ਵੀ ਆਪਾਂ ਕਰ ਲਈ ਹੈ ਤੇ ਕੱਢਣ ਪਾਉਣ ਨੂੰ ਤਾਂ ਕੱਖ ਨਿਕਲਦਾ ਨਹੀਂ ਬਿਲਕੁਲ ਠੀਕ ਤੇ ਗੱਲਾਂ ਹੀ ਨੇ ਨਵਜੋਤ ਸਿੰਘ ਸਿੱਧੂ ਕਹਿੰਦੇ ਆ ਮੈਂ ਪੰਜਾਬ ਮਾਡਲ ਲੈ ਕੇ ਆਉਣਾ 60 ਸਾਲ ਹੋ ਗਏ ਸਾਨੂੰ ਐਡੀਆਂ ਸਰਕਾਰਾਂ ਰਹਿ ਗਈਆਂ ਕਾਂਗਰਸ ਨੇ ਰਾਜ ਕਰ ਲਿਆ ਸ਼੍ਰੋਮਣੀ ਅਕਾਲੀ ਦਲ ਨੇ ਕਰ ਲਿਆ ਰਾਜ ਹੋਰ ਪਾਰਟੀਆਂ ਦੇ ਆ ਹਾਲ ਪੰਜਾਬ ਦੇ ਵਿੱਚ 3 ਕਰੋੜ ਦੀ ਬਾਜ਼ੀ ਦੇ ਪਿੱਛੇ 18000 ਦੀ ਬੈਡ ਤੋਂ ਵੀ ਘੱਟ ਦੀ ਗਿਣਤੀ ਤੁਸੀਂ ਦੱਸਦੇ ਹੋ ਇਹ ਕਿੱਧਰ ਨੂੰ ਹੈ ਜੀ ਇਹ ਮਾਨਸੇਰ ਸਰ ਇਹ ਐਸ ਤਰ੍ਹਾਂ ਨਹੀਂ ਹੈ ਜੀ 80 ਤੱਕ ਬਹੁਤ ਅੱਛਾ ਸੀ ਸਿਸਟਮ 1980 ਤੱਕ ਹਾਂ ਸੇਤ ਵੀ ਸਿੱਖਿਆ ਵੀ ਸਾਰੇ ਸਰਕਾਰੀ ਸਕੂਲਾਂ ਚ ਪੜੇ ਨੇ ਮੈਨੂੰ ਤੁਹਾਡਾ ਤਾਂ ਪਤਾ ਨਹੀਂ ਤੁਹਾਡੇ ਏਜ ਗਰੁੱਪ ਦਾ ਸਾਡੇ ਏਜ ਗਰੁੱਪ ਸਾਰੇ ਤਕਰੀਬਨ ਸਰਕਾਰੀ ਸਕੂਲਾਂ ਚ ਪੜਿਆ ਹੋਇਆ ਜਿਲ੍ਹੇ ਵੀ ਅਫਸਰ ਨੇ ਜੀ ਜਿੰਨੇ ਵੱਡੇ ਅਫਸਰ ਨੇ ਸਾਡੀ ਏਜ ਗਰੁੱਪ ਦੇ ਉਹਨਾਂ ਚੋਂ 100 ਦੇ ਵਿੱਚੋਂ 90 ਜਿਹੜੇ ਅਫਸਰ ਨੇ ਉਹ ਤੱਪੜ ਸਕੂਲਾਂ ਚ ਪੜ ਕੇ ਬੁਰੀ ਕਰੋਣੇ ਕਿ ਜਾਂਦੇ ਸੀ ਜੀ ਡਾਕਟਰ ਸਾਹਿਬ ਔਰ ਚੰਗੇ ਪੜੇ ਨੇ ਜੀ ਡਾਕਟਰ ਸਾਹਿਬ ਕੰਮ ਵੀ ਇਮਾਨਦਾਰੀ ਨਾਲ ਕਰਦੇ ਨੇ 80 ਤੋਂ ਬਾਅਦ 90 ਤੋਂ ਬਾਅਦ ਖਾਸ ਕਰਕੇ ਸਰਕਾਰ ਨੇ ਪ੍ਰਾਈਵੇਟਾਈਜੇਸ਼ਨ ਸ਼ੁਰੂ ਕਰਤੀ ਉਹਦੇ ਜਿਹੜੀ ਮਰਜ਼ੀ ਪਾਰਟੀ ਆ ਜੋ ਪ੍ਰਾਈਵੇਟਾਈਜੇਸ਼ਨ ਨੂੰ ਤੁਰੀ ਹੋਈ ਆ ਹੁਣ ਇਸ ਕਰਕੇ ਇੱਕ ਨਵੇਂ ਪੰਜਾਬ ਨੂੰ ਇੱਕ ਨਵੇਂ ਰਸਤੇ ਦੀ ਰੋੜਾ ਨਵੇਂ ਲੀਹੇ ਦੀ ਰੋੜਾ ਹੈ ਪੁਰਾਣੇ ਲੀਹੇ ਤੇ ਧਰੇ ਤੇ ਕੋਈ ਵੀ ਚੱਲ ਸਕਦਾ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਗੁਰੂ ਨਾਨਕ ਦੇਵ ਜੀ ਆਖੇ ਵੀ ਨਾਮ ਲੀ ਗਾਉਣਾ ਕਿੰਨਾ ਜ਼ਰੂਰੀ ਹੈ ਬਸੰਤ ਹਿੰਦੋਲ ਮਹੱਲਾ ਪਹਿਲਾ ਦੇ ਵਿੱਚ ਗੁਰੂ ਨਾਨਕ ਦੇਵ ਜੀ ਕਹਿੰਦੇ ਨੇ ਸੋੜੜੀ ਵਤ ਸਭ ਕੀ ਚਸਾਂਜੀ ਪੇਵ ਕੜੀ ਧੰਨ ਰਖੇ ਆਪ ਕੋ ਚੱਜੀ ਦੋਸਨ ਦੇਵ ਜਾਣਾ ਨਹੀਂ ਰਖੇ ਹਉ ਆਪੇ ਪਰਮ ਪੁਰਾਨੀ ਅੱਖਰ ਲਿਖੇ ਸੇਈ ਗਾਵਾਂ ਅਭ ਨ ਜਾਣਵਾਨ ਕਿੰਨੇ ਆਪ ਹੀ ਪਰਮਚੁੱਲੀ ਫਿਰਦੀਆਂ ਜੋ ਲਿਖਿਆ ਮੈਂ ਉਹੀ ਪੜੀ ਜਣਾ ਉਹਦੇ ਨਾਲ ਤਾਂ ਪਹਿਲੇ ਨਹੀਂ ਪਹੁੰਚਦੀ ਆਪਦੇ ਮੁਰਸ਼ਿਦ ਕੋਲੇ ਮੈਂ ਕਿੱਥੋਂ ਪਹੁੰਚ ਜਾਣਾ ਨਵੇਂ ਰਸਤੇ ਨੂੰ ਖੋਜਣੇ ਆਵਰ ਲ ਜਾਣਾ ਬਣੀ ਨਵੇਂ ਰਸਤੇ ਨਾਲ ਕੋਲ ਸਾਜਨ ਨਵੇਂ ਰਸਤੇ ਦੀ ਲੋੜ ਹੈ ਪੰਜਾਬ ਨੂੰ ਨਵੇਂ ਨਵੇਂ ਰਸਤੇ ਦੀ ਲੋੜ ਹੈ ਨਵਾਂ ਰਸਤਾ ਕੀ ਹੈ ਇੱਕ ਆਪਦੇ ਹੱਕ ਲੈ ਕੇ ਸੇਹ ਜਿਹੜੀ ਹੈ ਕੇਂਦਰ ਨੇ ਆਪਦੇ ਕਬਜ਼ੇ 'ਚ ਕਰ ਰੱਖੀ ਆ ਬਹੁਤ ਸਾਰਨੀ ਕੀਆ ਸਿੱਖਿਆ ਵੀ ਕੇਂਦਰ ਨੇ ਕਬਜ਼ੇ ਹਾਂ ਸਿੱਖਿਆ ਮੈਡੀਕਲ ਸਿੱਖਿਆ ਵੀ ਸੋ ਉਹ ਸਾਨੂੰ ਵਾਪਸ ਲੈਣੀ ਪੈਗੀ ਵੀ ਅਸੀਂ ਆਪਦਾ ਜਿਹੋ ਜਿਹਾ ਚੰਗਾ ਮਾਰਾ ਜਿਹੋ ਜਿਹਾ ਸਾਡੇ ਕੋਲ ਹੈਗਾ ਅਸੀਂ ਆਪਦੇ ਹੋਡਪੁਡ ਦੇ ਹਿਸਾਬ ਨਾਲ ਦੇਖਾਂਗੇ ਆਪਦੀ ਖੇਤੀ ਜਿਹੋ ਜੀ ਹੈ ਉਹੀ ਜੇ ਅਸੀਂ ਲੋਕਾਂ ਨੂੰ ਕੋ ਜੰਦਿਆਂਗੇ ਜਿਹੋ ਜਿਹਾ ਸਾਡੇ ਕੋਲ ਦੁੱਧ ਉਹੀ ਜੇ ਦਿਆਂਗੇ ਜੋ ਸਾਡੀ ਸੋ ਇਸ ਕਰਕੇ ਇੱਕ ਤਾਂ ਇਹ ਹੈ ਵੀ ਸਿਹਤ ਸਵਾਵਾ ਨੂੰ ਤਕੜਾ ਕਰਨਾ ਸਰਕਾਰੀ ਤੌਰ ਤੇ ਜ਼ਰੂਰੀ ਹੈ ਦੂਜਾ ਇਹ ਹੈ ਵੀ ਅਸੀਂ ਪਿੱਛੇ ਲੱਗਣਾ ਨਹੀਂ ਹੈ ਅੱਗੇ ਅਸੀਂ ਕੀ ਕਰ ਰਹਾਂਗੇ ਅਸੀਂ ਸਿਹਤ ਸਵਾਵਾ ਨੂੰ ਜਿੰਨੀਆਂ ਤਕੜੀਆਂ ਸੀਗੀਆਂ ਉਹਨਾਂ ਨੂੰ ਕਮਜ਼ੋਰ ਕਰੀ ਜਾਂਦੇ ਆ ਜਿਹੜੀਆਂ ਫੀਸਾਂ ਨੇ ਮੈਡੀਕਲ ਕਾਲ ਜਾਂਦੀਆਂ ਕਿਸੇ ਨੂੰ ਅੱਜ ਪੰਜਾਬ 'ਚ ਪੁੱਛ ਕੇ ਦੇਖ ਲੋ ਵੀ ਉਹਨਾਂ ਨੂੰ ਪਤਾ ਵੀ ਫੀਸ ਕਿੰਨੀ ਵਧੀ ਹੋਈ ਆ ਪੰਜਾਬ 'ਚ ਪੰਜਾਬ ਦੇ ਸਰਕਾਰੀ ਕਾਲਜ ਦੀ ਐਮਬੀਬੀ ਦੀ ਫੀਸ 9.8 ਲੱਖ ਰੁਪਇਆ ਹੋਗੀ ਜਿਹੜੀ ਕਿ ਜਦ ਅਸੀਂ ਪੜ੍ਹਦੇ ਸੀ ਇੱਕ ਸੈਮੈਸਟਰ ਦੀ ਨਹੀਂ ਪੂਰੀ ਕੋਰਸ ਦੀ ਜਦ ਅਸੀਂ ਪੜ੍ਹਦੇ ਸੀ ਉਹ ਟੋਟਲ ਕੋਰਸ ਦੀ ਫੀਸ 1800 ਸੀ 1800 ਤੋਂ 9.8 ਲੱਖ ਹੋ ਗਈ ਪਰ ਜਿਹੜਾ ਆਰਟਸ ਕਾਲਜ ਹੈ ਉਹਦੀ 144 ਹੁੰਦੀ 12 ਰੁਪਏ ਮਹੀਨਾ ਹੁਣ ਵੀ 12 ਰੁਪਏ ਮਹੀਨਾ ਹੀ ਆ ਐਮਡੀ ਐਮਐਸ ਦੀ ਪ੍ਰਾਈਵੇਟ 'ਚ ਐਮਬੀਬੀ ਦੀ ਫੀਸ 70 ਲੱਖ एमडीएमएस ਦੀ 50 ਲੱਖ ਸਵਾ ਕਰੋੜ ਰੁਪਏ ਜਿਹੜਾ ਖਰਚੂਗਾ 9 ਸਾਲ ਪੜ੍ਹਾਈ ਕਰੂਗਾ ਉਹ ਕਿੱਥੋਂ ਦੇਵਤਾ ਤੁਹਾਨੂੰ ਰੱਬ ਜੂਆ ਵੀ ਉਹ ਫਿਰ ਪੈਸੇ ਨਹੀਂ ਕਮਾਊਗਾ ਸੋ ਸਰਕਾਰ ਨੂੰ ਚਾਹੀਦਾ ਹੈ ਕਿ ਸਿੱਖਿਆ ਜਿਹੜੀ ਮੈਡੀਕਲ ਸਿੱਖਿਆ ਹੈ ਸਿਹਤ ਹੈ ਸਿਹਤ ਲੋਕਾਂ ਵਾਸਤੇ ਜੇ 1 ਰੁਪਿਆ ਸਰਕਾਰ ਲਾਉਂਦੀ ਹੈ ਉਹਨੇ ਕਈ ਗੁਣਾ ਪੈਸੇ ਮਿਲਦੇ ਨੇ ਕਿਉਂਕਿ ਲੋਕ ਕੰਮ ਕਰਦੇ ਨੇ ਸੋ ਅੱਜ ਡੈਂਗੂ ਤੋਂ ਬਚਾਉਣ ਵਾਸਤੇ ਵੀ ਜ਼ਰੂਰੀ ਹੈ ਇਹਦੀ ਬਜਾਏ ਕਿ ਲੋਕਾਂ ਨੂੰ ਬਹਿਮਾ ਪਰ ਮਚ ਪਾਵੇ ਇਹਦੀ ਬਜਾਏ ਕਿ ਲੋਕਾਂ ਨੂੰ ਕਹੇ ਕੋਈ ਨਹੀਂ ਜਿਹਨੂੰ ਲੋੜ ਹੈ ਉਹਨੂੰ ਵੀ ਦਰਖਲ ਨਾ ਕਰ ਸਕੇ ਜਾਂ ਸਫਾਰਸ਼ ਨਾਲ ਜਿਹਨੂੰ ਰੋਡ ਨਹੀਂ ਉਹਨੂੰ ਵੀ ਢਾਕਲ ਕਰ ਦੇ ਇਹ ਦੋਨਾਂ ਚੀਜ਼ਾਂ ਨੂੰ ਬਦਲਣਾ ਪੈਗਾ ਵਿਗਿਆਨਕ ਤੌਰ ਤੇ ਸਾਨੂੰ ਫੈਸਲੇ ਲੈਣੇ ਪੈਣਗੇ ਪੂਰੇ ਘੱਟੋ ਘੱਟ ਕਮਿਊਨਿਟੀ ਹੈਲਥ ਸੈਂਟਰ ਤੱਕ ਕਿੰਝ-ਕੀ ਬੈੱਡ ਜ਼ਰੂਰੀ ਪੈਦਾ ਕਰੇ ਜਾਣ ਉੱਥੇ ਹਸਪਤਾਲ ਉਹਨੇ ਖੁੱਲੇ ਜਾਣ ਜਿੰਨਾਂ ਦੀ ਰੋਡ ਹੈ ਜੋ ਘੱਟੋ ਘੱਟ ਨੌਰਮ ਹੈ ਉਹਦੇ ਮੁਤਾਬਕ ਜੇ ਬੈੱਡ ਹੋਣਗੇ ਤਾ ਕਿਸੇ ਮਰੀਜ਼ ਨੂੰ ਪੀਜੀਆ ਚਾਉਣ ਦੀ ਲੋੜ ਨਹੀਂ ਕਿਸੇ ਨੂੰ ਰਜਿੰਦਰਾ ਹਸਤਾ ਜਾਂ ਜੀਜੇ ਹਸਤਾ ਮੈਡੀਕਲ ਕਾਲਜ ਗੁਰੂ ਨਾਨਕ ਦੇਵ ਹਸਤਾ ਚ ਜਾਂ ਗੁਰੂ ਤੇਗ ਬਹਾਦਰ ਹਸਤਾ ਦੇ ਵਿੱਚ ਜਾਂ ਗੁਰੂ ਗੋਬਿੰਦ ਸਿੰਘ ਹਸਤਾ ਫਰੀਦਕੋਟ ਦੇ ਵਿੱਚ ਜਾਨ ਦੀ ਲੋੜ ਨਹੀਂ ਪੈਗੀ ਮੈਜੋਰਟੀ ਨੂੰ ਉਹ ਉੱਥੇ ਜੀ ਠੀਕ ਹੋ ਜਾਏਗਾ ਜੇ ਤੁਹਾਡੇ ਮਾਨਸਾ ਦੇ ਵਿੱਚ ਤੁਸੀਂ ਮਾਨਸਾ ਦੇ ਹੋ ਖਿਆੜਾ ਕਲਾਂ ਦਾ ਹਸਤਾ ਜਿਹੜਾ ਪੀਐਸਸੀ ਤਕੜਾ ਬਣਾ ਦੋਗੇ ਅਨ ਚੌਕ ਦੇ ਉੱਤੇ ਬਿਲਕੁਲ ਉਹ ਕਿਉਂ ਜੋ ਗਗਲਾ ਮਾਨਸਾ ਸ਼ਹਿਰ ਚ ਵੀ ਉਹ ਕਹਿੰਦਾ ਇੱਥੇ ਕਰਾ ਲਓ ਯਾਰ ਇੱਥੇ ਤਾਂ ਕੁਝ ਹੋ ਸਕਦਾ ਮੈਨੂੰ ਕਾफी ਸਹੂਲਤਾ ਉੱਥੇ ਮਿਲਦੀ ਹੈ ਸੋ ਮੈਂ ਤਾਂ ਕਹਿਣਾ ਵੀ ਕਮਿਊਨਿਟੀ ਹੈਲਥ ਸੈਂਟਰਨ ਤੱਕਲੇ ਕਰੋ ਕਮਿਊਨਿਟੀ ਹੈਲਥ ਸੈਂਟਰ ਤੱਕਲੇ ਕਰਨ ਨਾਲ ਜਿਹੜੇ ਰੂਰਲ ਦੇ ਆਬਾਦੀ ਆ ਉਹਦਾ ਹੀ ਡੈਂਗੂ ਦਾ ਹੱਲ ਹੈ ਉਹਦੇ ਵਾਸਤੇ ਕੋਈ ਬਹਿਮਚ ਨਹੀਂ ਫੇਰੋ ਪਹੇਗਾ ਜਦ ਬੰਦੇ ਨੂੰ ਇਲਾਜ ਮਿਲਦਾ ਫੇਰ ਬਹਿਮਚ ਕਿਉਂ ਜਾਏਗਾ ਬਿਲਕੁਲ ਪਿੰਡ ਦੇ ਵਿੱਚ ਤਾਂ ਪੈ ਰਹੇ ਨੇ ਕਿ ਉਹਨਾਂ ਨੂੰ ਇਲਾਜ ਮਿਲਦਾ ਨਹੀਂ ਸੋ ਆਪਾਂ ਇਸ ਦੀ ਡੈਂਗੂ ਦੀ ਮੈਂ ਗੱਲ ਕੀਤੀ ਆਪਦੀ ਗੱਲ ਨੂੰ ਕਰਾਂਗਾ ਫਿਰ ਤੁਹਾਡਾ ਸਵਾਲ ਸੁਣਾਗਾ ਕੀ ਇੱਕ ਤੋਸੀਅਾ ਅਪਡੇਟ ਰੱਖੀਏ ਦੂਜਾ ਅਸੀਂ ਹੁਣ ਕਿਉਂਕਿ ਚੋਣਾ ਆ ਰਹੀਆਂ ਨੇ ਅਸੀਂ ਸਰਕਾਰ ਤੋਂ ਮੰਗ ਕਰੀਏ ਬਈ ਡੈਂਗੂ ਚ ਵੀ ਇੰਨੀਆਂ ਮੌਤਾਂ ਹੋ ਗਈਆਂ ਤੁਸੀਂ ਦੱਸੋ ਤੁਸੀਂ ਕੀ ਕਰਦੇ ਸੀ ਤੁਹਾਡਾ ਮੰਤਰੀ ਕੀ ਕਰਦਾ ਸੀ ਤੁਹਾਡੇ ਮੰਤਰੀ ਜੀ ਨੇ ਡਿਪਟੀ ਮੁੱਖ ਮੰਤਰੀ ਨੇ ਉਹ ਤਾਂ ਉਹਨਾਂ ਨੇ ਹੁਣ ਕਹਿ ਦਿੱਤਾ ਵੀ ਮੈਂ ਇੰਜ ਹੀ ਕਹਿ ਤਾ ਆਪਕਾ ਗਿੰਗ ਹੋ ਜਾਈਏ ਪੁਰਾਣਾ ਹੋ ਜਾਈਏ ਕਹਿਣ ਨਾਲ ਹੋ ਜਾਂਦਾ ਜਦੋਂ ਕਰੋਨਾ ਚ ਵੀ ਇਹੀ ਹੁੰਦਾ ਰਿਹਾ ਕਰੋਨਾ ਦੇ ਵਿੱਚ ਵੀ ਪੰਜਾਬ ਦੇ ਵਿੱਚ ਹਸਪਤਾਲਾਂ ਚ ਬੈੱਡ ਨਹੀਂ ਸੀ ਬਿਲਕੁਲ ਠੀਕ ਹਨਾ ਜੀ ਤੇ ਨਾ ਹੀ ਡਾਕਟਰ ਪੂਰੇ ਹੋਏ ਕਿਉਂਕਿ ਜਿਸ ਤਰ੍ਹਾਂ ਤੁਸੀਂ ਦੱਸਿਆ ਵੀ ਜੇ 8 ਲੱਖ ਰੁਪਏ ਐ MBBS ਦੀ ਫੀਸ ਹੈ ਇਥੋਂ ਸਾਡੇ ਸਿਆਸਤਦਾਨਾਂ ਦੀ ਬૌਧਿਕ ਪੱਧਰ ਦਾ ਪਤਾ ਲੱਗਦਾ ਹੈ ਜਾਂ ਉਹਨਾਂ ਨੂੰ ਕਾਰਪੋਰੇਟਾਂ ਨੂੰ ਬढ़ावा ਦੇਣ ਦੇ ਵਿੱਚ ਸਾਡੇ ਸਿਆਸਤਦਾਨ ਜ਼ਿੰਮੇਵਾਰ ਨੇ ਕਿ ਉਹ ਚਾਹੁੰਦੇ ਨੇ ਕਿ ਇੱਕ ਆਰਟਸ ਦੀ ਫੀਸ ਹਾਂ ਆਰਟਸ ਦੇ ਸਬਜੈਕਟ ਦੀ ਫੀਸ ਮਤਲਬ ਜਿੱਥੇ ਉਹਨਾਂ ਕਿਸੇ ਸਟੂਡੈਂਟ ਦਾ ਜਿਹੜਾ ਬૌਧਿਕ ਪੱਧਰ ਆ ਉਹ ਵਿਗਿਆਨਕ ਪੱਖੋਂ ਨਾ ਵਧੇ ਹਾਂ ਹਣਾ ਜੀ ਉਹ ਸਾਇੰਸਦਾਰ ਨਾ ਬਣ ਸਕਦੇ ਪੜਪੜਕੇ ਦੇ ਤੁਰੇ ਰਹੇ ਪੜਪੜਕੇ ਵਸੇ ਇਹਨਾਂ ਦਾ ਇਹਨਾਂ ਦਾ ਜਿਹੜਾ ਲੈਵਲ ਆ ਉਸ ਤਰੀਕੇ ਦਾ ਰਵੇ ਚਾਹੇ 8 ਸਾਲੇ ਸਟੂਡੈਂਟ ਵੀ ਕਈ ਆਈਐਸ ਹੋਰ ਪਾਸੇ ਜਾਂਦੇ ਨੇ ਪਰ ਦੂਜੀ ਪਾਸੇ ਜਿੱਥੇ ਲੋਕਾਂ ਦੀਆਂ ਜਾਨਾਂ ਬਚਾਉਣੀਆਂ ਨੇ ਸਾਡੇ ਸਿਹਤ ਸਿਸਟਮ ਨਾਲ ਜਿਉਂ ਐਮਬੀਬੀਐਸ ਪੜ੍ਹ ਕੇ ਡਾਕਟਰ ਵੱਧ ਬਣਨਗੇ 8 ਸਾਲੇ ਵਸੇ ਤਾਂ ਲੋਕ ਜ਼ਿਆਦਾ ਜਾਣਗੇ ਕਿਉਂਕਿ ਉੱਥੇ ਫੀਸ ਘੱਟ ਹੈ ਹੁਣ ਇੱਥੇ 8 ਲੱਖ ਰੁਪਿਆ ਫੀਸ ਦੇ ਕੇ ਡਾਕਟਰ ਬਣਨ ਤੋਂ ਪਰੇ ਇਹਦਾ ਮਤ ਜੀ ਤੁਸੀਂ ਗੱਲ ਠੀਕ ਹੈ ਨਾ ਪਰ ਮੈਂ ਹੋਰ ਕਹਿਣਾ ਜੀ ਡਾਕਟਰ ਸਾਹਿਬ ਜਿਹੜੇ ਡਾਕਟਰ ਨੇ ਉਹ ਤਾਂ ਹੈਗੇ ਨੇ ਜੀ ਅਸੀਂ ਬੰਦੇ ਦਾ ਮਨ ਨਹੀਂ ਬਦਲ ਸਕਦੇ ਅਸੀਂ ਤਾਂ ਬੰਦੇ ਦਾ ਦਿਮਾਗ ਬਦਲ ਸਕਦੇ ਆ ਜਿਹੜੇ 8 ਸਾਲੀ ਵੀ ਪੜ੍ਹਾਈ ਨਹੀਂ ਹੋ ਰਹੀ ਜੇ ਆਰਟਸ ਹੀ ਪੜ੍ਹਾਈ ਵਧੀਆ ਹੋਵੇ ਚੰਗੇ ਗੀਤ ਲਿਖੇ ਜਾਣ ਚੰਗੇ ਲੇਖ ਲਿਖੇ ਜਾਣ ਚੰਗੀਆਂ ਕਹਾਣੀਆਂ ਲਿਖੇ ਜਾਣ ਸਭਿਆਚਾਰ ਚੰਗਾ ਹੋਏਗਾ ਤਾਂ ਲੋਕਾਂ ਦਾ ਮਨ ਉੱਚਾ ਰਹੇਗਾ ਉੱਚਾ ਰਹੇਗਾ ਲੋਕਾਂ ਦੀ ਵਿਗਿਆਨਕ ਸੋਚ ਆ ਜਿਹੜੀ ਉਹ ਵਿਗਿਆਨ ਤੋਂ ਨਹੀਂ ਬੰਦੀ ਜੀ ਡਾਕਟਰ ਸਾਹਿਬ ਉਹ ਫਲਸਫੇ ਤੋਂ ਬੰਦੀ ਆ ਫਲਸਫਾ ਆਰਟਸ ਦਾ ਸਬਜੈਕਟ ਹੈ ਸੋ ਇਸ ਕਰਕੇ ਸਾਡੇ ਪੜ੍ਹਾਈ ਦਾ ਸਾਰੇ ਪਾਸਿਓਂ ਪੱਠਾ ਬੈਠਾ ਹੋਇਆ ਹੈ ਉਹ ਗੱਲ ਵੱਖਰੀ ਹੈ ਵੀ ਆਰਟਸ ਕਾਲ ਜਾਂਦੇ ਕਿਉਂਕਿ ਉਹਨਾਂ ਨੇ ਅਪਲਾਈਮ ਜਿਹੜੀ ਵਿਦਿਆ ਸਸਤੀ ਕਰਨ ਦੀ ਲੋੜ ਸੀ ਉਹ ਸਾਰੀ ਹੋਈ ਸਾਰੀ ਸਸਤੀ ਹੋਣੀ ਚਾਹੀਦੀ ਹੈ ਉਹ ਨਹੀਂ ਕਰੀ ਉਹਨੂੰ ਇਹਨਾਂ ਨੇ ਬਿਜ਼ਨਸ ਬਣਾਤਾ ਅਲਾਜ ਵੀ ਅਮੈਕਸ ਫੋਰ ਕਿੰਨੇ ਵੀ ਤੁਸੀਂ ਦੇਖ ਲਓ ਪ੍ਰਾਈਵੇਟ ਜਿਹੜੇ ਨੇ ਮੈਡੀਕਲ 70% ओपीडी ਆ ਜਿਹੜਾ ਉਹ ਪ੍ਰਾਈਵੇਟਾਂ ਨਾਲ ਕੋਲ ਜਾਂਦਾ ਹੈ ਬਿਲਕੁਲ ਜਿਹੜੇ ਦਾਖਲ ਮਰੀਜ਼ ਨੇ ਉਹਨਾਂ ਦਾ ਵੀ ਤਕਰੀਬਨ 40-45% ਪ੍ਰਾਈਵੇਟਾਂ ਜਾਂਦਾ ਹੈ ओपीडी ਦਾ 70% ਪ੍ਰਾਈਵੇਟ ਕਿਉਂ ਕਹਿੰਦਾ ਜੇ ਮੈਂ ਉੱਥੇ ਲਾਈਨ 'ਚ ਕਿਉਂ ਖੜਾ ਰਹਿਣਾ ਹਸਪਤਾਲ 'ਚ ਡਾਕਟਰੇ ਸਿੱਧੇ ਮੂੰਹ ਨਹੀਂ ਬੋਲਣਾ ਮੈਂ ਕਿਉਂ ਜਾਵਾਂ ਉੱਥੇ ਸੋ ਇਸ ਕਰਕੇ ਸਾਨੂੰ ਓਵਰਹਾਲ ਕਰਨ ਦੀ ਲੋੜ ਹੈ ਅਸੀਂ ਕੱਲਾ ਕੱਲਾ ਪੁਰਜਾ ਬਦਲ ਕੇ ਇਹਨੂੰ ਠੀਕ ਨਹੀਂ ਕਰ ਸਕਦੇ ਡੈਂਗੂ ਨੂੰ ਅਸੀਂ ਇਸ ਤਰ੍ਹਾਂ ਲੈਣੇ ਆ ਕਿ ਡੈਂਗੂ ਸਾਰੀਆਂ ਚੀਜ਼ਾਂ ਆ ਜਾਂਦੀਆਂ ਨੇ ਛਰੇਲੋ ਰਾਜ ਕਿਵੇਂ ਕਰਨਾ ਹੈ ਬਿਮਾਰੀ ਨੂੰ ਰੋਕਣਾ ਕਿਵੇਂ ਹੈ ਬੰਦਿਆਂ ਦਾ ਹੌਸਲਾ ਕਿਵੇਂ ਬਣਾ ਕੇ ਰੱਖਣਾ ਹੈ ਬੰਦੇ ਨੂੰ ਦੱਸਣਾ ਕਿਵੇਂ ਹੈ ਕਮਿਊਨਿਟੀ ਲੀਡਰ ਨੂੰ ਕਿਵੇਂ ਦੱਸਣਾ ਵੀ ਜਦ ਤੁਹਾਡੀ ਲੋੜ ਹੈ ਉਦੋਂ ਹਸਪਤਾਲ ਕਾ ਪਹੁੰਚਣਾ ਹੈ ਨਿਸ਼ਾਨੀਆਂ ਕਿਵੇਂ ਦੇਖਣੀਆਂ ਨੇ ਤੇ ਉੱਥੇ ਜਾ ਕੇ ਉਹਨੂੰ ਟ੍ਰੀਟਮੈਂਟ ਕਿਵੇਂ ਮਿਲੇ ਤਾਂ ਕਿ ਉਹ ਠੀਕ ਹੋ ਕੇ ਆਵੇ ਨਾ ਕਿ ਮੌਤ ਦੇ ਮੂੰਹ ਜਾਵੇ ਇਸ ਕੱਲਾ ਡੈਂਗੂ ਦੇ ਹਾਲਾਲੇ ਹੁਣ ਸਕਦੀ ਆ ਵੀ ਕਿਵੇਂ ਹਸਪਤਾਲ ਬਿਲਕੁਲ ਜੀ ਬਿਲਕੁਲ ਸਭ ਤੁਸੀਂ ਬੜਾ ਡੁਘਾਈ ਦੇ ਵਿੱਚ ਇਹ ਚਾਨਣਾ ਪਾ ਰਹੇ ਹੋ ਸਾਡੇ ਦਰਸ਼ਕਾਂ ਨੂੰ ਦੇਖਣ ਵਾਲਿਆਂ ਨੂੰ ਖਾਸ ਕਰਕੇ ਅਸੀਂ ਪੰਜਾਬੀਆਂ ਨੂੰ ਇਹ ਦੱਸਣਾ ਚਾਹੁੰਦੇ ਆ ਵੀ ਡੇਂਗੂ ਤੋਂ ਤੁਸੀਂ ਡਰਨਾ ਨਹੀਂ ਹਾਂ ਨਾਈ ਸਰਕਾਰਾਂ ਦੀਆਂ ਜਿਹੜੀਆਂ ਮਮੋ ਠਗਨੀਆਂ ਮਮੋ ਠਗਨੀਆਂ ਜਾਂ ਸਰਕਾਰ ਦੇ ਹੱਥਾਂ ਵਾਲਾਂ ਦੇਖੋ ਇਹਨੇ ਸਰਕਾਰਾਂ ਨੇ ਕੁਝ ਨਹੀਂ ਕਰਨੀਆਂ ਜਿਹੜੀਆਂ ਸਰਕਾਰਾਂ ਤੁਹਾਡੇ ਲਈ ਇੱਕ ਬੈੱਡ ਦਾ ਪ੍ਰਬੰਧ ਨਹੀਂ ਕਰ ਸਕਦੀਆਂ ਉਹ ਤੁਹਾਨੂੰ ਥੋੜੀ ਜਾਣ ਕਿਵੇਂ ਵਿਸਾ ਸਕਦਾ ਕਰੋੜਾ ਰੁਪਏ ਡ ਘਾਰ ਜਾਂਦੇ ਨੇ ਅਰਬਾਂ ਅਰਬਾਂ ਕਰੋੜ ਅਰਬ ਰੁਪਏ ਚਾਹੇ ਉਹ ਦਵਾਈ ਮੁਫਤ ਮਿਲਦੀ ਸਰਕਾਰੀ ਹਸਪਤਾਲਾਂ ਦੇ ਵਿੱਚ ਕਹਿੰਦੇ ਨੇ ਪਰ ਦਾ ਆਪਾਂ ਦੇਖਦੇ ਆ ਕਿ ਮਿਸਟਰੀ ਅਧਿਕਾਰਨਾ ਪੂਰੇ ਖੁੱਲੀਆਂ ਪ੍ਰਾਈਵੇਟ ਦੀਆਂ ਸਰਕਾਰ ਦੀ ਦਵਾਈ ਅੰਦਰ ਖਾਤੇ ਹ ਬਦਲਦੀ ਰਹਦੀ ਹੈ ਇਸ ਕਰਕੇ ਇਹਦੇ ਇਹਨਾਂ ਲੀਡਰਾਂ ਤੋਂ ਸਾਨੂੰ ਉਮੀਦ ਨਹੀਂ ਹੈ ਡਾਕਟਰ ਸਾਹਿਬ ਇੱਕ ਸਵਾਲ ਇਹ ਵੀ ਆ ਲੋਕਾਂ ਦੇ ਵਿੱਚ ਜਿਹੜਾ ਜਾਂਦਾ ਹੈ ਬੱਚਿਆਂ ਦੀ ਜਿਵੇਂ ਤੁਸੀਂ ਗੱਲ ਕੀਤੀ ਹੈ ਬੱਚਿਆਂ ਦੇ ਵਿੱਚ ਇਹ ਜ਼ਿਆਦਾ ਆਉਂਦਾ ਜਿਹੜੀ ਖੁਰਾਕ ਹੈ ਹਾਂਜੀ ਡੇਂਗੂ ਦੇ ਬਿਮਾਰੀ ਦੇ ਚਲਦੇ ਇੱਕ ਤਾਂ ਤੁਸੀਂ ਕਿਹਾ ਵੀ ਪਾਣੀ ਵੱਧ ਪੀਣਾ ਚਾਹੀਦਾ ਜੀ ਕਰਾਕ ਕਹੇ ਜੀ ਖਾਣੀ ਚਾਹੀਦੀ ਹੈ ਜਿਹਦੇ ਨਾਲ ਸਰੀਰ ਦੇ ਵਿੱਚ ਤਾਕਤ ਆਵੇ ਜਾਂ ਉਹ ਸੈੱਲਾਂ ਨਾਲ ਲੜਨ ਦੀ ਸਮਰੱਥਾ ਹੋਵੇ ਜਾਂ ਕਈ ਹੁਣ ਜਿਵੇਂ ਬੈਂ ਭਰਮਪਾਤੇ ਬੱਕਰੀ ਦਾ ਦੁੱਧ ਪੀ ਲੋ ਫਲਾ ਨਾ ਕਹਦਾ ਆਹ ਖਾ ਲੈ ਕੀ ਵੀ ਖਾ ਲੈ ਉਹ ਖਾ ਲੈ ਤੁਹਾਡੇ ਮੁਤਾਬਿਕ ਬੱਚਿਆਂ ਨੂੰ ਕੀ ਖਾਣਾ ਚਾਹੀਦਾ ਹੈ ਜਾਂ ਜਿਹੜਾ ਮਰੀਜ਼ ਆ ਉਹਨੂੰ ਕੀ ਖਾਣਾ ਚਾਹੀਦਾ ਦੇਖੋ ਗੱਲ ਇਹ ਹੈ ਵੀ ਵੈਸੇ ਚਾਹੇ ਬੱਚਾ ਹੈ ਚਾਹੇ ਬਜ਼ੁਰਗ ਹੈ ਜੀ ਅਸੀਂ ਕਹਿੰਦੇ ਆ ਵੀ ਜਦ ਬੱਚਾ ਨਾ 6 ਮਹੀਨਿਆਂ ਦਾ ਹੋ ਗਿਆ ਉਹਨੂੰ ਉਹ ਸਾਰਾ ਕੁਝ ਖਲਾਣਾ ਸ਼ੁਰੂ ਕਰ ਦਿਓ ਜੋ ਤੁਹਾਡੇ ਘਰ 'ਚ ਹੈ ਠੀਕ ਹੈ ਜੀ ਉਹ ਖਲਾਉਣ ਦਾ ਤਰੀਕਾ ਵੱਖਰਾ ਹੈ ਬਸ ਠੀਕ ਹੈ ਜੀ ਕੀ ਜੋ ਹੀ ਖਲਾਨੀ ਹੈ ਇਹੀ ਮੈਂ ਇੱਥੇ ਕਹਨਾ ਵੀ ਹਰੇਕ ਨੂੰ ਉਹ ਚੀਜ਼ ਖਲਾਨੀ ਸ਼ੁਰੂ ਕਰ ਦੋ ਜੋ ਖਰਚਾ ਬੱਚੇ ਨੂੰ ਉਹ ਕੀ ਕੀ ਖਲਾਨਾ ਹੈ ਬੱਚਾ ਹੈ ਬਜ਼ੁਰਗ ਹੈ ਕੋਈ ਵੀ ਹੈ ਜੀ ਡਾਕਟਰ ਸਾਹਿਬ ਕਿ ਉਹ ਬੱਚਿਆਂ ਦੇ ਵਾਸਤੇ ਅਸੀਂ ਕਿਹਾ ਸੀ ਇੱਕ ਜਿਵੇਂ ਕਿ ਕਿੰਨਾ ਪਝੂਲ ਦੇ ਦੇ ਦੋ ਜੀ ਆਧੂ ਪਝੂਲ ਦੇ ਦੇ ਦੋ ਜਿਹੜੇ ਸਾਡੇ ਵਰਕਰ ਨੇ ਕਈ ਵਾਰੀ ਅੰਗਰੇਜ਼ੀ ਪੜ੍ਹੇ ਹੁੰਦੇ ਨੇ ਉਹ ਕਹਿੰਦੇ ਐ ਮੈਸ਼ ਕਰ ਦੇਣਾ ਉਹ ਵਿਚਾਰੇ ਨੂੰ ਪਤਾ ਹੀ ਨਹੀਂ ਵੀ ਮੈਸ਼ ਕੀ ਆ ਫਿਰ ਅਸੀਂ ਇੱਕ ਇਹਦੇ ਤੇ ਦੋਹਾ ਬਣਾਇਆ ਦਲੀਆ ਖਿਚੜੀ ਕੇੰਦਾ ਆਲੂ ਦਲੀਆ ਕਿਚੜੀ ਕੇਲਾ ਆਦੂ ਮਾਂ ਦੇ ਦੁੱਧ ਨਾਲ ਕਰ ਦਿਓ ਚਾਲੂ ਬਸ ਨੰਨੇ ਮੁੰਨੇ ਦੀ ਇਹੋ ਖੁਰਾਕ ਸਿਹਤ ਬਣੇ ਫਿਰ ਆਪੇ ਆਪ ਇਹ ਆ ਜਦ ਤੁਸੀਂ ਲੋਕਾਂ ਦੀ ਭਾਸ਼ਾ ਚ ਗੱਲ ਕਰਨੀ ਹੈ ਬਿਲਕੁਲ ਹੁਣ ਇੱਥੇ ਜਿਹੜਾ ਡੇਂਗੂ ਦੇ ਵਿੱਚ ਜੀ ਇੱਕ ਪਾਣੀ ਦੀ ਆਪਾਂ ਗੱਲ ਕਰਦੀ ਦੂਜਾ ਉਹਨੂੰ ਸੈਮੀ ਸੋਲਿਡ ਦਿਓ ਜਾਨਕੀ ਖਿਚੜੀ ਦੇ ਦਿਓ ਦਲੀਆ ਦੇ ਦਿਓ ਦਾਲ ਦੇ ਦਿਓ ਦਾਲ ਦਾ ਪਾਣੀ ਦੇ ਦਿਓ ਤਰੀ ਦੇ ਦਿਓ ਮੀਟ ਦੀ ਤਰੀ ਦੇ ਜਿਹੜਾ ਜਿਹੜਾ ਕੁਝ ਕੰਦਾ ਘੁਰਜੀ ਬਣਾ ਕੇ ਦੇ ਦਿਓ ਅੰਡੇ ਦੀ ਛੋਲਿਆਂ ਦਾ ਪਾਣੀ ਛੋਲਿਆਂ ਦਾ ਪਾਣੀ ਦੇ ਦਿਓ ਹਾਂਜੀ ਇਹ ਚੀਜ਼ਾਂ ਤੁਸੀਂ ਉਸ ਨੂੰ ਬ੍ਰੈਡ ਪਾ ਦੋ ਦੁੱਧ ਦੇ ਵਿੱਚ ਦੁੱਧ ਪਾ ਦੋ ਹਾਂਜੀ ਬਿਸਕੁਟ ਖਿਲਾ ਦਿਓ ਰੋਟੀ ਖਿਲਾ ਦਿਓ ਕਣਕ ਦੀ ਕਣਕ ਦੀ ਰੋਟੀ ਦਾਲ ਚ ਭਜੂੜ ਕਰਕੇ ਖਿਲਾ ਦਿਓ ਕੋਈ ਚੀਜ਼ ਵੀ ਖਿਲਾਓ ਵਾਰ-ਵਾਰ ਖਿਲਾਓ ਖਵਾਉਂਦੇ ਰਹੋ ਖਵਾਉਂਦੇ ਰਹੋ ਧੋਧੋ ਟੈਂਟੈਂ ਕੰਡੇ ਵਾ ਥੋੜਾ ਥੋੜਾ ਖਿਲਾਓ ਜ਼ਿਆਦਾ ਨਹੀਂ ਖਿਲਾਉਣਾ ਠੀਕ ਹੈ ਇਹ ਚਾਹੇ ਬੱਚਾ ਜੀ ਚਾਹੇ ਬਜ਼ੁਰਗ ਚਾਹੇ ਨੌਜਵਾਨ ਨੌਜਵਾਨ ਰੋਟੀ ਖਾ ਲੇਗਾ ਦਾਲ ਨਾਲ ਬੱਚੇ ਨੂੰ ਆਪਾਂ ਭਜੂੜ ਕੇ ਚੂਰੀ ਬਣਾ ਲਾਂਗੇ ਜਾਂ ਚੂਰੀ ਕਰ ਦੋ ਥੋੜਾ ਜਿਹਾ ਕੀ ਬਾਕੀ ਚੂਰੀ ਕਰ ਦੋ ਕੋਈ ਗੱਲ ਨਹੀਂ ਵਧੀਆ ਗੱਲ ਸੋ ਇਸ ਕਰ ਖਾਣ ਪੀਣ ਚ ਕੋਈ ਪਰਹੇਜ਼ ਨਹੀਂ ਸਵਾਏ ਇਸ ਦੇ ਕਿ ਬੱਚੇ ਨੂੰ ਜਿਹੋ ਜਆ ਪਸੰਦ ਆ ਥੋੜਾ ਜਿਹਾ ਉਹਨੂੰ ਟੇਸਟ ਹੀ ਲੱਗੇ ਸਵਾਦ ਲੱਗੇ ਹਰ ਕਰ ਦਾ ਸਵਾਦ ਆਪਣਾ ਉਹਨੂੰ ਉਸ ਤਰ੍ਹਾਂ ਦਾ ਬਣਾ ਦੋ ਕਿ ਉਹ ਸੌਖਾ ਖਾ ਲੇ ਬਹੁਤਾ ਚਬਾ ਜਿਆਦਾ ਜ਼ੋਰ ਨਾ ਲਾਉਣਾ ਪਵੇ ਉਹਨੂੰ ਉਹੀ ਜੀ ਚੀਜ਼ ਬਣਾ ਦੋ ਹਰ ਕਰਛ ਹੈਗੀ ਆ ਕੋਈ ਖਿਚੜੀ ਬਣਾਏਗਾ ਕੋਈ ਮਿਸੀ ਰੋਟੀ ਬਣਾਏਗਾ ਕੋਈ ਰੋਟੀ ਦੀ కూਰੀ ਬਣਾਏਗਾ ਕੋਈ ਪੰਜੀਰੀ ਬਣਾਏਗਾ ਕੋਈ ਦਲੀਆ ਬਣਾਏਗਾ ਕੋਈ ਜਿਹੜੇ ਦੂਜੇ ਆਪਣੇ ਵਰਗੇ ਮੀਡਲ ਕਲਾਸ ਘਰ ਨੇ ਉਹ ਕਹਿੰਦੇ ਕੌਰਨ ਫਲੈਕਸ ਬਣਾਦੇ ਜੀ ਹੈ ਨੀ ਉਹ ਨਹੀਂ ਜਪਾ ਲੋਜੀ ਉਹ ਅੰਗਰੇਜ਼ੀ ਦੇ ਚਾਹਤ ਵਰਤਣਗੇ ਗਲਤ ਦੜੀਆ ਹੀ ਹੈ ਕੋਈ ਪੋਫਾ ਬਣਾਊਗਾ ਉਹ ਮੈਨੂੰ ਕੋਈ ਪਰਾਲ ਨਹੀਂ ਕੋਈ ਕੇਲਾ ਖਿਲਾਉ ਕੋਈ ਨਾਰ ਖਿਲਾਉ ਕੋਈ ਸੇਬ ਖਿਲਾਉ ਕੋਈ ਨਾਸ਼ਪਤੀ ਖਿਲਾਉ ਉਹ ਜਿਹੜਾ ਉਹਦੀ ਪ੍ਰੋਖੋ ਚ ਖਲਾਈ ਜਾਵੇ ਨਹੀਂ ਹੈਗਾ ਕੋਈ ਜ਼ਰੂਰੀ ਨਹੀਂ ਖਾਣਾ ਜੋ ਹੈਗਾ ਉਹ ਖਵਾ ਦਿਓ ਜੋ ਕਰਚਾ ਹੈ ਉਹ ਖਿਲਾਣਾ ਤੁਸੀਂ ਰੱਖੋ ਫੈਸਲਾ ਇਹ ਕਰਕੇ ਰੱਖਣਾ ਦੋ ਗੱਲਾਂ ਦਾ ਖਾਣ ਪੀਣ ਚ ਇੱਕ ਪਾਣੀ ਪਲਾਉਣਾ ਜਿਹੜਾ ਪਹਿਲਾਂ ਕਿਹਾ ਉਹ ਹਰੇਕ ਚ ਘਰ ਚ ਜਿਉ ਜਾ ਹੈਗਾ ਪਲਾਈ ਜਾਓ ਇੱਕ ਜੋ ਕੁਝ ਘਰ ਚ ਬੰਦਾ ਹੈ ਉਹ ਬੱਚੇ ਨੂੰ ਬਜ਼ੁਰਗ ਨੂੰ ਜਿਹਨੂੰ ਵੀ ਡੈਂਗੂ ਹੈਗਾ ਹੈ ਜੰਬੂ ਕਾਰ ਹੈਗਾ ਉਹਨੂੰ ਬਾਰ-ਬਾਰ ਤਿੰਨ ਚ ਪੰਜ ਛੇ ਵਾਲੀ ਚ ਥੋੜਾ ਥੋੜਾ ਕਰਕੇ ਖਲੋਂਦੇ ਹੋ ਜੀ ਡਾਕਟਰ ਸਾਹਿਬ ਡਾਕਟਰ ਸਾਹਿਬ ਡੈਂਗੂ ਦੇ ਨਾਲ ਨਾਲ ਕਰੋਨਾ ਦੇ ਕੇਸ ਵੀ ਹੁਣ ਲਗਾਤਾਰ ਪੰਜਾਬ ਇੰਡੀਆ ਦੇ ਵਿੱਚ ਵਧਣ ਲੱਗੇ ਨੇ ਖਾਸ ਕਰਕੇ ਲੋਕ ਇਹ ਇਹਦੇ ਲਈ ਲੋਕ ਵੀ ਜ਼ਿੰਮੇਵਾਰ ਸਰਕਾਰਾਂ ਤਾਂ ਹੈ ਹੀ ਆ ਸਰਕਾਰੀ ਢਾਂਚੇ ਦਾ ਚਾਹੁੰਦਾ ਹੀ ਆ ਕਿਉਂਕਿ ਉਹਨਾਂ ਨੂੰ ਤਾਂ ਇਹ ਜਿਹੜਾ ਗਿੱਲੀ ਬਾਣੀ ਛੱਕਾ ਟਟਿਆ ਦੀ ਕਰਦਾ ਲੁੱਟਣ ਦਾ ਮੌਕਾ ਹੀ ਮਿਲਦਾ ਹੈ ਕਰੋੜਾਂ ਅਰਬਾਂ ਰੁਪਏ ਇਸ ਕਰੋਨਾ ਦੇ ਕਾਲ ਦੇ ਵਿੱਚ ਸਰਕਾਰਾਂ ਨੇ ਬਣਾਏ ਨੇ ਲੁੱਟਖੋ ਲੀਡ ਲੀਡਰਾਂ ਨੇ ਕੀਤੀ ਆ ਕਦੇ ਉਹ कोरोना किटਾਂ ਦਾ ਰੋਲਾ ਪੈ ਗਿਆ ਕਦੇ ਆ ਹੋ ਗਿਆ ਹੋ ਗਿਆ ਹੁਣ করোনা ਦੇ ਕੇਸ 47000 ਰੁਪਏ 40000 ਕੇਸ ਆਪਣੇ ਅੱਗੇ ਨੇ ਜੀ ਤੇ ਇਹ 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 ਵੀ ਪਤਾ ਨਹੀਂ ਸ਼ੁਰੂ ਹੋ ਗਈ ਚਿੰਤਾ ਦਾ ਕੁਝ ਇਹ ਦੇਖੋ ਇਹ ਹੈ ਇੱਕ ਡੈਲਟਾ ਵੇਰੀਐਂਟ ਹੈ ਉਹ ਆਉਣ ਲੱਗ ਗਿਆ ਹੈ ਮਹਾਰਾਸ਼ਟਰ ਚੋਂ ਮਿਲ ਗਿਆ ਹੈ ਡੈਲਟਾ ਵੇਰੀਐਂਟ ਹਾਂ ਡੈਲਟਾ ਵੇਰੀਐਂਟ ਯੂਪੀ ਚ ਮਿਲ ਗਿਆ ਹੈ ਕਈ ਸੂਬਿਆਂ ਚੋਂ ਮਿਲਿਆ ਹੈ ਤੇ ਇਹ ਚਿੰਤਾ ਦਾ ਵਿਸ਼ਾ ਤਾਂ ਹੈਗਾ ਪਰ ਇਹ 40000 ਕੇਸ ਜਦ ਅਸੀਂ 4 ਲੱਖ ਕੇਸ ਦੇਖ ਚੁੱਕੇ ਹਾਂ ਤਾਂ 40000 ਕੋਈ ਵੱਡੀ ਗੱਲ ਨਹੀਂ ਹੈ ਇਹਦਾ ਪ੍ਰਬੰਧ ਹੁਣ ਜਿਹੜਾ ਮਹਾਰਾਸ਼ਟਰ ਨੇ ਕਾਫੀ ਅੱਛਾ ਪ੍ਰਬੰਧ ਕਰਿਆ ਸੀ ਉਹਨਾਂ ਦੇ ਆਈ ਇਸ ਅਸਫਰ ਨੂੰ ਆਨਲਾਈਨ ਕਰਿਆ ਲੋਕਾਂ ਨੇ ਮਿਸਟਰ ਚਾਹਲ ਜਿਹੜੇ ਹਾਂ ਸੋ ਉਹਦੇ ਵਿੱਚ ਸ਼ੋਗਵੀਦੀ ਰੋਡ ਹੈ ਤੇ ਦੂਜੀ ਗੱਲ ਸਰਕਾਰ ਕਰੋਨਾ ਨੂੰ ਕਈ ਵਾਰੀ ਵਰਤ ਚੁੱਕੀ ਆ ਤੇ ਹੁਣ ਵੀ ਵਰਤਦੀ ਆ ਕਰੋਨਾ ਦੇ ਰਾਹੀਂ ਭੈ ਪੈਦਾ ਕਰਕੇ ਲੋਕਾਂ ਨੂੰ ਆਪਣੀਆਂ ਮੰਗਾਂ ਵਾਸਤੇ ਖੜੇ ਹੋਣ ਤੋਂ ਰੋਕਦੀ ਆ ਕਿ ਇਸ ਕਰਕੇ ਲੋਕਾਂ ਨੂੰ ਇਹ ਦੋ ਗੱਲੇ ਦੋਨੇ ਪਾਸੇ ਚੇਤਨ ਰਹਿਣਾ ਪਊ ਇੱਕ ਪਾਸੇ ਕਰੋਨਾ ਦਾ ਪਰਹੇਜ਼ ਰੱਖਣਾ ਤੇ ਦੂਜੇ ਪਾਸੇ ਬਿਨਾਂ ਮਤਲਬ ਦੇ ਡਰਨਾ ਨਹੀਂ ਜੀ ਰਟ ਸਰ ਇਹ ਦੋਨੇ ਗੱਲਾਂ ਸਾਨੂੰ ਕਰਨੀਆਂ ਪੈਣੀਆਂ ਕਿਉਂਕਿ ਜੇ ਅਸੀਂ ਸਰਕਾਰ ਦੀਆਂ ਜਿਹੜੀਆਂ ਗਲਤ ਲੋਕਾਂ ਨੂੰ ਦਬਾ ਕੇ ਰੱਖਣ ਦੀਆਂ ਨੀਤੀਆਂ ਨੇ ਉਹਨਾਂ ਦੇ ਖਿਲਾਫ ਲੜਾਈ ਨਹੀਂ ਕਰਦੇ ਤਾਂ ਕਰੋਨਾ ਖਿਲਾਫ ਵੀ ਨਹੀਂ ਲੜ ਸਕਦੇ ਕਿਉਂਕਿ ਫਿਰ ਡਰ ਪੈ ਜਾਊ ਡਰ ਪੈਦਾ ਹੋਣ ਨਾਲ ਬੰਦਾ ਜਿਹੜਾ ਜ਼ਹਿਲ ਕੀ ਮਰ ਜਾਂਦਾ ਸੋ ਜ਼ਹਿਲ ਕੇ ਮਰਨਾ ਆਪਣੇ ਆਪ ਚ ਬਹੁਤ ਵੱਡੀ ਗੱਲ ਹੈ ਪਾਗਲ ਹੋ ਜਾਂਦਾ ਹੈ ਜੇ ਕਮਜ਼ੋਰ ਹੋ ਜਾਂਦਾ ਹੈ ਉਹਨੂੰ ਰੋਟੀ ਨਹੀਂ ਪਚਦੀ ਸੋ ਇਸ ਕਰਕੇ ਡਰ ਦੂਰ ਕਰ ਦੋ ਭੈ ਕਾਹੂ ਕੋ ਜੇਤ ਨਹੀਂ ਨਾ ਪੈ ਮੰਨਤਾ ਨਾ ਡਰਨਾ ਨਾ ਡਰਾਉਣਾ ਡਰ ਤੋਂ ਨਿਕਲ ਜਾਓ ਕਰੋਨਾ ਹੋ ਜਾਏਗਾ 95% ਨੇ ਆਪੇ ਠੀਕ ਹੋ ਜਾਣਾ ਹੈ ਜਿਹੜੇ 5% ਨੂੰ ਹਸਪਤਾਲ ਤੇ ਲਜਾਣ ਦੀ ਲੋੜ ਹੈ ਜਿਹੜਾ ਨੇੜੇ ਹਸਪਤਾਲਾ ਉੱਥੇ ਲੈ ਜਾਓ ਉੱਥੇ ਆਕਸੀਜਨ ਦਾ ਪ੍ਰਬੰਧ ਹੋ ਜੇ ਤੇ ਉਹ ਠੀਕ ਹੋ ਜਾਂਦੇ ਨੇ ਜ਼ਿਆਦਾ ਮਰੀਜ਼ ਜੀ ਡਾਕਟਰ ਸਾਹਿਬ ਤੁਸੀਂ ਕਾਫੀ ਵਿਸਤਾਰ ਦੇ ਵਿੱਚ ਦੱਸਿਆ ਡੇਂਗੂ ਦੀ ਗੱਲ ਕੀਤੀ ਆ ਆਪਾਂ ਸਰਕਾਰੀ ਸਿਸਟਮ ਦੀ ਗੱਲ ਕੀਤੀ ਆ 2022 ਦੀਆਂ ਚੋਣਾਂ ਸਿਰ ਤੇ ਨੇ ਹਾਂਜੀ ਹੁਣ ਅਸੀਂ ਤਾਂ ਸਾਡਾ ਕੰਮ ਆ ਲੋਕਾਂ ਨੂੰ ਜਗਾਉਣਾ ਬਿਲਕੁਲ ਚੌਕੀਦਾਰਾਂ ਅਸੀਂ ਲੋਕਾਂ ਦੇ ਹਾਂ ਇਹ ਤਾਂ ਹੌਕਾ ਦੇਣਾ ਅਸੀਂ ਤਾਂ ਹੌਕਾ ਦੇਣਾ ਬਿਲਕੁਲ ਠੀਕ ਹੈ ਮੀਡੀਆ ਹੌਕਾ ਹੀ ਦਿੰਦਾ ਜਾਗਦੇ ਰਹੋ ਵੀ ਭਾਈ ਹੁਣ ਜਾਗੋ ਇਹਨਾਂ ਨੂੰ ਪੁੱਛੋ ਤੁਹਾਡੇ ਪਿੰਡ ਦੇ ਵਿੱਚ ਡਿਸਪੈਂਸਰੀਆਂ ਕਿੰਨੀਆਂ ਬਣਾਈਆਂ ਤੁਹਾਡੇ ਪਿੰਡ ਕਿਮਿਊਨਿਟੀ ਸੈਂਟਰ ਕਿੰਨੇ ਬਣਾਏ ਹੈਲਥ ਸੈਂਟਰ ਜਿਹੜੇ ਨੇ ਤੁਹਾਡੇ ਪਿੰਡ ਦੇ ਵਿੱਚ ਡਾਕਟਰ ਕਿੰਨੇ ਨੇ ਹਾਂ ਮਤਲਬ ਤੁਸੀਂ ਆਪਣੇ ਪਿੰਡ ਤੋਂ ਸ਼ੁਰੂ ਹੋ ਜਾਓ ਆ ਬਸ ਫਿਰ ਪੰਜਾਬ ਪਿੰਡ ਤੋਂ ਸ਼ੁਰੂ ਹੋ ਕੇ ਪੰਜਾਬ ਬਣਦਾ ਹੈ ਉਹਨਾਂ ਨੂੰ ਸਿੰਪਲ ਪੁੱਛੋ ਡੈਂਗੂ ਦੇ ਉੱਤੇ ਵੀ ਵੀ ਤੁਸੀਂ ਇਹ ਬਿਮਾਰੀਆਂ ਕਦੇ ਡੇਂਗੂ ਫੈਲ ਗਿਆ ਕਦੇ ਕਰੋਨਾ ਫੈਲ ਗਿਆ ਕਦੇ ਮਲੇਰੀਆ ਫੈਲ ਗਿਆ ਕਦੇ ਪੋਲੀਓ ਜਿਆਦਾ ਫੈਲ ਗਿਆ ਕਦੇ ਝਰਕਾਨ ਫੈਲ ਗਿਆ ਕਾਲਾ ਪੀਲੀਆ ਇੱਕ ਲੱਖ ਤੋਂ ਉੱਪਰ ਕੇਸ ਆ ਚੁੱਕਿਆ ਪੰਜਾਬ 'ਚ ਕਾਲੇ ਪੀਲੀਏ ਦਾ ਇਹਨਾਂ ਦੇ ਆਪਣੇ ਅੰਕੜੇ ਕਹਿੰਦੇ ਨੇ ਮੈਂ ਨਹੀਂ ਕਹਿ ਰਿਹਾ ਸੋ ਜੇ ਇਹ ਸਾਰਾ ਕੁਝ ਫੈਲ ਰਿਹਾ ਹੈ ਇਹ ਬਹੁਤਾ ਪਾਣੀ ਨਹੀਂ ਜਾਂ ਰਹਿਣ ਦੀਆਂ ਮਾੜੀਆਂ ਹਾਲਤਾਂ ਨਹੀਂ ਪੈਦਾ ਹੋ ਰਿਹਾ ਤੁਸੀਂ ਇਹ ਹਾਲਤਾਂ ਕਿੱਦਾਂ ਬਦਲੋਗੇ ਕਿੱਦਾਂ ਕਿੱਦਾਂ ਤੁਸੀਂ ਇਹ ਲਹਿਰ ਖੜੀ ਕਰੋਗੇ ਲੋਕਾਂ ਨੂੰ ਹਾਂ ਤੁਸੀਂ ਤੁਸੀਂ ਕਿਵੇਂ ਕਿੱਦਾਂ ਬਦਲੋਗੇ ਕਿ ਲੋਕਾਂ ਨੂੰ ਪਾਣੀ ਠੀਕ ਮਿਲੇ ਮੱਛਰ ਪਾਣੀ ਖੜਾ ਨਾ ਰਹੇ ਜਿੱਥੇ ਮੱਛਰ ਪੈਦਾ ਹੁੰਦੇ ਨੇ ਫੋਗਿੰਗ ਠੀਕ ਹੁੰਦੀ ਰਹੇ ਕਿ ਜਿਹੜਾ ਜਰਕਾਨ ਹੋ ਰਿਹਾ ਹੈ ਕਾਲਾ ਪੀੜੀ ਜਿਹਨੂੰ ਕਹਿੰਦੇ ਨੇ ਉਹ ਨਸ਼ਾ ਕਰਕੇ ਵੀ ਹੋ ਰਿਹਾ ਹੋ ਪਾਣੀ ਕਰਕੇ ਵੀ ਹੋ ਰਿਹਾ ਇਹਨਾਂ ਨੂੰ ਤੁਸੀਂ ਕਦੋਂ ਠੀਕ ਕਰੋਗੇ ਕਿਵੇਂ ਕਰੋਗੇ ਸਵਾਲ ਪਹਿਲਾਂ ਇਹ ਕਹਿੰਦਾ ਇਹ ਨਹੀਂ ਉਹ ਕਹਿੰਦਾ ਅਸੀਂ ਠੀਕ ਕਰਾਂਗੇ ਜੀ ਮੈਂ ਤਰੀਕਾ ਦੱਸੋ ਕਿਵੇਂ ਕਰੋਗੇ ਹਰ ਇੱਕ ਪਿੰਡ 'ਚ ਪਾਣੀ ਕਿਵੇਂ ਪਚਾਓਗੇ ਕੋਈ ਰੋਡ ਮੈਪ ਕੀ ਹੈ ਰੋਡ ਮੈਪ ਕੀ ਹੈ ਇਹ ਆਪਾਂ ਪੁੱਛਣਾ ਸ਼ੁਰੂ ਕਰੀਏ ਤੇ ਕਹਿ ਲਈਏ ਹੁਣ ਜਾਗੋ ਆਈ ਹੈ ਵੀ ਹੁਣ ਜਾਗੋ ਆਈ ਹੈ ਬੈਲ ਕਰੂਜੀ ਡਾਕਟਰ ਸਾਹਿਬ ਕਹਿੰਦੇ ਨੇ ਗਲੀਆਂ ਨਾਲੀਆਂ ਪੱਕੀਆਂ ਕਰ ਦਿਆਂਗੇ ਪੀਣ ਵਾਲਾ ਪਾਣੀ ਦੇਵਾਂਗੇ ਅਸੀਂ ਪੰਜਾਬ ਨੂੰ ਇੱਕ ਕਰ ਦਿਆਂਗੇ ਅਸੀਂ ਉਹ ਕਰ ਦਿਆਂਗੇ ਬਿਜਲੀ ਮਾਫ ਕਰ ਦਿਆਂਗੇ ਅਸੀਂ ਤੁਹਾਨੂੰ ਇਹ ਪੈਨਸ਼ਨਾਂ ਦੇ ਦਾਂਗੇ ਹਨਾ ਜੀ ਅਸੀਂ ਤੁਹਾਨੂੰ ਘਰ ਘਰ ਨੌਕਰੀਆਂ ਦੇ ਦਾਂਗੇ ਉਹ ਜੇ ਲੋਕ ਬਚਣਗੇ ਫੇਰ ਹੀ ਤੁਸੀਂ ਇਹ ਕਰ ਰਹੇ ਲੋਕਾਂ ਨੂੰ ਤੁਸੀਂ ਮਾਰਨ ਲੱਗੇ ਹੋ ਤੁਸੀਂ ਲੋਕਾਂ ਨੂੰ ਬਚਾਓ ਰੋਜ਼ਗਾਰ ਦੇ ਦਿਓ ਉਹ ਆਪੇ ਭੋਜਨ ਖਾ ਲੈਣਗੇ ਜੇ ਰੋਜ਼ਗਾਰ ਹੋਏਗਾ ਉਹਨਾਂ ਨੂੰ ਰੋਜ਼ਗਾਰ ਦਾ ਪ੍ਰਬੰਧ ਕਰੋ ਤੇ ਉਹਨਾਂ ਦੀ ਸਿਹਤ ਨੂੰ ਠੀਕ ਕਰੋ ਕਿ ਸਿੱਖਿਆ ਦਿਓ ਸਿੱਖਿਆ ਸਿਹਤ ਤੇ ਰੋਜ਼ਗਾਰ ਇਹ ਤਿੰਨ ਗੱਲਾਂ ਕਰਨੀਆਂ ਸ਼ੁਰੂ ਕਰ ਦੋਂਗੇ ਉਹ ਪਰਿਆਵਰਣ ਵੀ ਬਚਾ ਲੈਣਗੇ ਉਹ ਆਪਣੀ ਸਿਹਤ ਵੀ ਬਚਾ ਲੈਣਗੇ ਉਹ ਖਾਣਾ ਪੀਣਾ ਵੀ ਬਚਾ ਲੈਣਗੇ ਸਭ ਕੁਝ ਕਰਦਾ ਹੈ ਜੀ ਡਾਕਟਰ ਸਾਹਿਬ ਸਮਾ ਜਿਹੜਾ ਘੜੀਆਂ ਸਮੇਂ ਦੀਆਂ ਬੜੀ ਤੇ ਤੇ ਚੱਲਦੀਆਂ ਨੇ ਸਾਡਾ ਤਾਂ ਜੀ ਕਰਦਾ ਵੀ ਅਸੀਂ ਪੰਜਾਬ ਲਈ ਸਾਡੇ ਪੰਜਾਬੀਆਂ ਲਈ ਬੱਤੋ ਬੱਤ ਜਿੰਨੀ ਸਾਡੇ ਕੋਲੇ ਸੂਚਨਾ ਹੈਗੀ ਆ ਉਹਨਾਂ ਨੂੰ ਪਹਚਾਈਏ ਉਹਨਾਂ ਨੂੰ ਜਾਗਰੂਕ ਕਰੀਏ ਉਹਨਾਂ ਨੂੰ ਦੱਸੀਏ ਕਿ ਅਸੀਂ ਤੁਹਾਡੇ ਆ ਤੁਹਾਡੇ ਲਈ ਆ ਤੁਹਾਡਾ ਬਹੁਤ ਬਹੁਤ ਧੰਨਵਾਦ ਡਾਕਟਰ ਸਾਹਿਬ ਅਗਲੇ ਹਫਤੇ ਫਿਰ ਤੁਹਾਡੇ ਨਾਲ ਪੰਜਾਬ ਦੇ ਮੁੱਦੇ ਦੇ ਉੱਤੇ ਭੱਖ ਦੇ ਜਿਹੜੇ ਮੁੱਦੇ ਨੇ ਉਹਨਾਂ ਚਰਚਾ ਕਰਾਂਗੇ ਇਸ ਵਾਰੀ ਸਾਡਾ ਇਹ ਸੀਗਾ ਵੀ ਡੇਂਗੂ ਦਾ ਜਿਹੜੇ ਮੌਤਾਂ ਹੋ ਰਹੀਆਂ ਨੇ ਬੜਾ ਚਿੰਤਾਜਨਕ ਵਿਸ਼ਾ ਸਾਡੇ ਲੋਕਾਂ ਨੂੰ ਜਾਗਰੂਕ ਕਰੇ ਤੁਸੀਂ ਵਿਚੋਂ ਦੀ ਭਾਵੇਂ ਆਪਾਂ ਇਹ ਵੱਖਰਾ ਵਿਸ਼ਾ ਲਿਆ ਹੈ ਤੇ ਚੰਗਾ ਕਰਿਆ ਧੰਨਵਾਦ ਜੀ ਡਾਕਟਰ ਸਾਹਿਬ ਸ਼ੁਕਰੀਆ ਤਾਂ ਡਾਕਟਰ ਸਾਹਿਬ ਨੇ ਦੱਸਿਆ ਜੀ ਕਿ ਪੰਜਾਬ ਦੇ ਵਿੱਚ 3 ਕਰੋੜ ਦੀ ਆਬਾਦੀ ਹੈ 18000 ਬੈੱਡ ਕਾਗਜ਼ਾਂ ਦੇ ਵਿੱਚ ਕਹਿੰਦੇ ਨੇ ਇਹ ਵੀ ਸਰਕਾਰੀ ਹਸਪਤਾਲਾਂ ਦੇ ਵਿੱਚ ਐਥੋਂ ਹੀ ਅਸੀਂ ਅੰਦਾਜ਼ਾ ਲਾ ਸਕਦੇ ਹਾਂ ਕਿ ਸਾਡੀਆਂ ਸਰਕਾਰਾਂ ਤੇ ਸਾਡੇ ਲੀਡਰ ਜਿਹੜੇ ਕੀ ਵੋਟਾਂ ਮੰਗਣ ਤੁਹਾਡੇ ਕੋਲੇ ਆਉਂਦੇ ਨੇ ਇਹਨਾਂ ਦੀ ਸੋਚ ਕਿੱਧਰ ਨੂੰ ਆ ਤੇ ਕਿਉਂ ਇਹ ਲੋਕਾਂ ਨੂੰ ਮਰਨ ਲਈ ਮਜਬੂਰ ਕਰਦੇ ਨੇ ਚੰਗੀਆਂ ਸਿਹਤ ਸਵਾਵਾ ਨਹੀਂ ਦਿੰਦੇ ਤੇ ਲੋਕਾਂ ਨੂੰ ਆਪਣਾ ਆਪ ਆਪ ਹੀ ਬਚਾਉਣਾ ਪੈਂਦਾ ਇਹ ਤਾਂ ਰੱਬ ਦੇ ਸਾਰੇ ਜਾਂ ਅਸੀਂ ਜਿਹੜਾ ਸਿਸਟਮ ਨੂੰ ਸਮਝਦੇ ਆਂ ਜੇ ਮੜਾ ਮੋਟਾ ਜਾਗਰੂਕ ਹੋ ਜਾਗੇ ਤਾਂ ਅਸੀਂ ਡੇਂਗੂ ਵਰਗੀਆਂ ਤੇ ਕਰੋਨਾ ਵਰਗੀਆਂ ਦੀਆਂ ਬਿਮਾਰੀਆਂ ਤੋਂ ਬਚ ਸਕਾਂਗੇ ਪਰ ਇਹ ਲੀਡਰਾਂ ਦੇ ਸਾਰੇ ਜਾਂ ਸਰਕਾਰਾਂ ਦੇ ਸਾਰੇ ਸਾਡੇ ਲਈ ਰਹਿਣਾ ਹੁਣ ਬਹੁਤ ਔਖਾ ਹੈ ਤੇ ਦੂਜੇ ਪਾਸੇ ਮੈਡੀਕਲ ਦੀ ਪੜ੍ਹਾਈ ਆ ਜਿਹੜੀ ਉਹ ਇੱਕ ਐਮਬੀਬੀਐਸ ਦੀ ਸੀਟ ਦੇ ਲਈ 8 8-8 ਲੱਖ ਰੁਪਇਆ ਫੀਸ ਆ ਜਿਹੜੀ ਮੈਡੀਕਲ ਦੀ ਪੜ੍ਹਾਈ ਕਰਨੀ ਪੈਂਦੀ ਆ ਦੂਜੇ ਪਾਸੇ ਹੋਰ ਪੜ੍ਹਾਈਆਂ ਦਾ ਹਾਲ ਆਪਾਂ ਦੇਖਦੇ ਆਂ ਜੇ ਡਾਕਟਰ ਇਹਨਾਂ ਨੇ ਪੈਦਾ ਹੀ ਨਹੀਂ ਕਰਨੇ ਡਾਕਟਰ ਇਹਨਾਂ ਨੇ ਬੰਨ ਨਹੀਂ ਦੇਣੇ ਗਰੀਬ ਘਰਾਂ ਦੇ ਮੁੰਡੇ ਜਿਹੜੇ ਮਿਹਨਤ ਕਰਨਾ ਚਾਹੁੰਦੇ ਨੇ ਪੜ੍ਹਨਾ ਚਾਹੁੰਦੇ ਆ ਪਰ ਉਹ ਉਹ ਇੰਨੀਆਂ ਮਹਿੰਗਾ ਫੀਸਾਂ ਦੇ ਮੂਰੇ ਬੇਵੱਸ ਹੋ ਜਾਣਗੇ ਤਾਂ ਪੰਜਾਬ ਕਿੱਧਰ ਨੂੰ ਜਾਊਗਾ ਪੰਜਾਬੀਓ ਪੁੱਛੋ ਇਹਨਾਂ ਨੂੰ ਜਿਹੜੇ ਮਰਜੀ ਲੀਡਰ ਨੇ ਅਸੀਂ ਕਿਸੇ ਵੀ ਪਾਰਟੀ ਦੀ ਪ੍ਰੋਟਤਾ ਨਹੀਂ ਕਰਦੇ ਜਿਹੜੇ ਵੀ ਤੁਹਾਨੂੰ ਬਾਦੂ ਦੇ ਸੁਪਨੇ ਦਿਖਾਉਂਦੇ ਨੇ ਜਾਂ ਕੋਈ ਕਹਿੰਦਾ ਮੈਂ ਕਰ ਦੂੰ ਕੋਈ ਕਹਿੰਦਾ ਮੈਂ ਕਰ ਦੂੰ ਵੀ ਭਾਈ ਲੋਕਾਂ ਦੀ ਕਚੈਰੀ 'ਚ ਸੋਣ ਨੂੰ ਖੜਨਾ ਪਊਗਾ ਪੰਜਾਬ ਲਈ ਤੁਹਾਨੂੰ ਰੋਡ ਮੈਪ ਦੇਣਾ ਪਊਗਾ ਸਿਆਸਦਾਨਾਂ ਨੂੰ ਇਹ ਹੁਣ ਚਾਗਰੂਪ ਹੋ ਜਾਣਾ ਚਾਹੀਦਾ ਅਸੀਂ ਲੋਕਾਂ ਨੂੰ ਵੀ ਜਾਗਰੂਕ ਕਰਦੇ ਆ ਤੇ ਸਿਆਸਦਾਨਾਂ ਨੂੰ ਵੀ ਜਾਗਰੂਕ ਕਰ ਰਹੇ ਆ ਕਿ ਪੰਜਾਬੀ ਹੁਣ ਆਪਣੇ ਹੱਕਾਂ ਲਈ ਜਾਗ ਚੁੱਕੇ ਨੇ ਲਹਿਰ 222 ਦੀਆਂ ਚੋਣਾਂ ਵਿੱਚ ਖੜੀ ਹੋਊਗੀ ਪੰਜਾਬੀ ਪੁੱਛਣਗੇ ਨਾ ਗੱਲ ਇੱਧਰ ਦੀ ਤੇ ਨਾ ਉੱਧਰ ਦੀ ਸਿਰਫ ਪੰਜਾਬ ਤੇ ਪੰਜਾਬੀਆਂ ਦੀ ਤੁਸੀਂ ਦੇਖਦੇ ਰਹੋ ਪ੍ਰਾਈਮੇਸ਼ੀਆ ਟੈਲੀਵਿਜ਼ਨ ਕੈਮਰਾਮੈਨ ਦੀਪਕ ਖੁਰਾਨ ਦੇ ਨਾਲ ਨਿਰਮਲ ਸਿੰਘ ਮਾਨਸ਼ਈਆ ਦੀ ਬਿਊਰੋ ਰਿਪੋਰਟ ਚੰਡੀਗੜ੍ਹ ਸਸੀ ਕਾਲ